शीट्स आप दवांगे आज OMR शीट इन्हें विच की होगा कि पेपर किस तरीके नाल मेंटेन करना किस तरीके नाल सॉल्व करना वो सारा दस के जावांगे अज सब तो पहला ये जिहड़ी शीट हैगी है इन्हें कुछ रूल है सब तो पहला कि इत्थे ब्लू या ब्लैक पेन चलाना कोई बॉल पेन जैल पेन अलाउड नहीं है सैकेंडली की है इसको तुसीं मोड़ोगे नहीं शीट नूं पेपर दे विच ठीक है कि नहीं है उस तो बाद कोई पेंसिल नहीं यूज करूंगा कोई किसी का स्प्रे वगैरह कोई मतलब मार्कर वगैरह कुछ भी नहीं यूज नहीं करूंगा राइट मेथड की है वो तुहानूं इत्थे पता लग जाना ताडे कोल दो शीट्स आऊगी क्वेश्चन पेपर आऊगा एक अंतर शीट आऊगी अंतर शीट सेम इदा ही आऊगी ये सारे ने क्रॉस मोल करके लेके आनी है तुहानूं दवांगे आपां इहदे विच की है तुसीं सब तो पहला एंट्री योर नेम अपना नेम एंटर करना एंट्री योर फादर नेम अपना फादर नेम एंटर करना ब्रांच कोड जिहड़ा है अच्छा तुहाडी ब्रांच कोड की है ਕੰਪਿਊਟਰਾਈਜ਼ ਚੈੱਕ ਬਣਾ ਲਈ OMR ਸ਼ੀਟ ਨੰਬਰ ਇਹ ਬਲੈਂਕ ਛੱਡਿਆ ਗਿਆ ਤੇ OMR ਸ਼ੀਟ ਨੰਬਰ ਤੁਹਾਡਾ ਜਿਹੜਾ ਕੁਐਸਚਨ ਪੇਪਰ ਹੋਊਗਾ ਉੱਤੇ OMR ਸ਼ੀਟ ਨੰਬਰ ਪ੍ਰਿੰਟਡ ਹੋਣਾ ਜਦੋਂ ਉੱਤੇ ਕੋਈ ਤਾਂ ਪ੍ਰਿੰਟ ਆਊਗਾ ਮਤਲਬ ਤੁਹਾਡੇ ਤੇ ਬਲੈਂਕ ਹੈ ਪੇਪਰ ਦੇ ਵਿੱਚ ਉੱਤੇ ਲਿਖਿਆ ਹੋਊਗਾ OMR ਸ਼ੀਟ ਨੰਬਰ 001234 ਕੁਛ ਵੀ ਹੋ ਸਕਦਾ ਉਹ ਜਿਹੜਾ ਪੇਪਰ ਦਾ ਸ਼ੀਟ ਨੰਬਰ ਤੁਹਾਡਾ ਹੋਊਗਾ ਆਪਣੇ ਕੁਐਸਚਨ ਪੇਪਰ ਤੇ ਟਾਈਪ ਕਰ ਲਿਖ ਦਿਓ ਤਾਂ ਕਿ ਕੁਐਸਚਨ ਪੇਪਰ ਤੇ ਤੁਹਾਡਾ ਇਹ ਇਕੱਠਾ ਰਹੇ ਜਦ ਕੁਐਸਚਨ ਪੇਪਰ ਦੇ ਵਿੱਚ ਤੁਹਾਡੇ ਐਗਜ਼ਾਮਪਲ ਦਾ ਲਾਸਟ ਪੇਜ ਫੋਟੋ 49 ਪੇਜ ਇਹ ਮੋਡਲ ਟੈਸਟ ਪੇਪਰ ਆ ਗਿਆ ਮੋਡਲ ਟੈਸਟ ਪੇਪਰ ਦੇ ਵਿੱਚ ਕੀ ਹੈ ਕਿ ਪਹਿਲਾ ਕੁਐਸਚਨ ਹੈ ਫਿਰ ਚਾਰ ਹੰਦੀ ਆਪਸ਼ਨ ਹੈਗੀ ਹੈ ਤਾਂ ਜਿਹੜੀ ਆਪਸ਼ਨਲ ਹੈ ਜਿਹੜੀ ਆਪਸ਼ਨ ਹੈਗੀ ਹੈ ਇਹ ਟਿਕ ਮਾਰਕਿੰਗ ਕਰਨੇ ਹੈ ਹੁਣ ਪੇਪਰ ਦੇ ਵਿੱਚ ਕੁਐਸਚਨ ਮਾਰਕ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਆਪਸ਼ਨ ਆਣੀ ਹੈ ਤੁਸੀਂ ਕੀ ਕਰੋਗੇ ਬੈਸਟ ਦੇ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਕੁਐਸਚਨ ਪੇਪਰ ਨੂੰ ਹੀ ਸੋਲਵ ਕਰ ਲਓ ਟਿਕ ਮਾਰਕਿੰਗ ਕਰਕੇ ਕਿਹੜਾ ਸਹੀ ਹੈ ਕਿਹੜਾ ਗਲਤ ਫਿਰ ਉਹਨੂੰ ਪੜ੍ਹ ਲਓਗੇ ਕਿ ਹਾਂਜੀ ਹੁਣ ਸਹੀ ਹੈ ਉਸ ਤੋਂ ਬਾਅਦ ਐਂਡ ਦੇ ਵਿੱਚ ਤੁਸੀਂ ਜਿਹੜਾ ਹੈਗਾ ਇਹਦੇ ਵਿੱਚ ਡਾਰਕ ਕਰਨੇ ਸਟਾਰਟ ਕਰੋ ਡਾਰਕ ਕਰਨ ਦਾ ਤਰੀਕਾ ਹੈਗਾ ਤੁਸੀਂ ਜਿਹੜਾ ਏ ਬੀ ਸੀ ਡੀ ਸਭ ਤੋਂ ਪਹਿਲਾਂ ਜਿਹੜਾ ਹੈਗਾ ਰੋਲ ਨੰਬਰ ਆਇਆ ਸੈੱਟ ਆਜੂਗਾ ਫਿਰ ਤੁਹਾਡਾ ਸੈੱਟ ਜਿਹੜਾ ਸੈੱਟ ਇਗਜ਼ਾਮ ਦੇ 5 ਸੈੱਟ ਆਣੇ ਏ ਬੀ ਸੀ ਡੀ ਈ ਤਾਂ ਕੋਈ ਵੀ ਕਿਸੇ ਵੱਲ ਨਕਲ ਮਾਰਨ ਦੀ ਕੋਸ਼ਿਸ਼ ਨਾ ਕਰੇ ਮਰਾਦ ਦੀ ਕੋਸ਼ਿਸ਼ ਨਾ ਕਰੇ ਪਤਾ ਨਹੀਂ ਕੀ ਹੈਗਾ ਤੁਹਾਡੇ ਕਿਹੜਾ ਸੈੱਟ ਹੈ ਪਿਛਲਾ ਕਿਹੜਾ ਸੈੱਟ ਹੈ ਤੁਹਾਡੇ ਕਿਹੜੇ ਆਪਸ਼ਨ ਹੈ ਜਿਹੜੇ ਕਿਹੜੇ ਆਪਸ਼ਨ ਹੈ ਇਸ ਕਰਕੇ 10 ਪੇਪਰ ਬਣੇ ਸੀ ਉਹਨਾਂ ਵਿੱਚੋਂ 5 ਸਿਲੈਕਟ ਹੋਏ 5 ਪੇਪਰ ਅਲੱਗ ਅਲੱਗ ਨੇ ਉਹਨਾਂ ਦਾ ਕਿਸੇ ਨਾਲ ਕੋਈ ਮੈਚ ਨਹੀਂ ਹੈਗਾ ਇਸ ਕਰਕੇ ਨਕਲ ਮਾਰਨ ਵਾਲਾ ਕੰਮ ਨਹੀਂ ਹੋਣਾ ਤਾਂ ਤੁਸੀਂ ਜਿਹੜਾ ਵੀ ਆਪਸ਼ਨ ਸਿਲੈਕਟ ਕਰੋਗੇ ਏ ਬੀ ਸੀ ਡੀ ਉਹਨੂੰ ਬਿਲਕੁਲ ਸਰਕਲ ਦੇ ਵਿੱਚ ਸਰਕਲ ਡਾਰਕ ਕਰ ਦੇਣਾ ਐਗਜ਼ਾਮਪਲ ਇੱਥੇ ਦਿੱਤਾ ਹੋਇਆ ਬਿਲਕੁਲ ਡਾਰਕ ਕਰ ਦੇਣਾ ਉਸ ਤੋਂ ਬਾਅਦ ਜਿਹੜਾ ਰੋਲ ਨੰਬਰ ਪਾਵਾਂਗੇ ਆਪਾਂ ਇੱਥੇ ਨਮੈਰਿਕਲ ਨਾਲ ਨੰਬਰ ਪਾਓਗੇ ਉੱਤੇ ਬਾਕਸ ਦੇ ਵਿੱਚ ਤੇ ਨੀਚੇ ਜਿਹੜਾ ਹੈਗਾ 0 to 9 ਇਸ ਤਰੀਕੇ ਨਾਲ 0 to 9 ਮੈਂ ਤੁਹਾਨੂੰ ਇੱਥੇ ਸਮਝਾ ਦਿੰਦਾ ਫਿਰ ਇਸ ਦੇ ਵਿੱਚ ਕੀ ਹੋ ਗਿਆ ਸਰ ਇਹਦਾ ਉਸ ਤੋਂ ਬਾਅਦ 7 ਆ ਗਿਆ ਤਾਂ 0 1 2 3 4 5 6 7 7 ਸੈਕਿੰਡ ਰੋ ਹੈ ਤਾਂ ਸੈਕਿੰਡ ਨੂੰ ਡਾਲ ਕਰ ਦਾਂਗੇ ਆਪਾਂ ਉਸ ਤੋਂ 6 ਹੈ ਤਾਂ ਥਰਡ ਰੋ ਹੈ ਥਰਡ ਰੋ ਦੇ ਵੀ ਜਿਹੜਾ 6 ਹੋਊਗਾ ਉਹ ਡਾਲ ਕਰ
फिर आगे ਤੁਹਾਡਾ 2 ਤਾਂ ਜਿਹੜਾ ਉਹਦੇ 2 ਦੇ ਥੱਲੇ ਹੋਗਾ 1 0 1 2 ਐਸੇ ਇਹ ਲੱਗ ਗਿਆ ਤਾਂ ਦੇਖਿਆ ਜਾਵੇ ਟੌਪ ਟੂ ਡਾਊਨ ਸਿਰਫ ਇੱਕੋ ਹੀ ਡਾਟ ਹੋਊਗਾ ਟੌਪ ਟੂ ਡਾਊਨ ਸਿਰਫ ਇੱਕੋ ਹੀ ਡਾਟ ਹੋਊਗਾ ਲੈਫਟ ਟੂ ਰਾਈਟ ਦੋ ਵੀ ਹੋ ਸਕਦੇ ਤਿੰਨ ਵੀ ਹੋ ਸਕਦੇ ਐਗਜ਼ਾਮਪਲ ਦੇ ਤੌਰ ਤੇ ਆਪਾਂ ਇੱਥੇ ਕਰ ਦਿੰਨੇ ਆ 2 ਕਰ ਦਿੰਨੇ ਦੁਬਾਰਾ ਤੇ ਤਾਂ 0 1 2 ਤਾਂ ਇੱਥੇ ਆ ਗਿਆ ਹੁਣ ਐਗਜ਼ਾਮਪਲ ਤੌਰ ਤੇ ਮੰਨ ਲਓ ਤੁਸੀਂ ਪਹਿਲਾਂ ਆਨਸਰ ਸ਼ੀਟ ਨੂੰ ਸੋਲਵ ਕਰਨਾ ਸਟਾਰਟ ਕਰਤਾ ਬਾਅਦ ਚ ਤੁਹਾਨੂੰ ਪਤਾ ਲੱਗ ਪੜਨ ਤੋਂ ਬਾਅਦ ਪਤਾ ਲੱਗਿਆ ਨਹੀਂ ਨਹੀਂ ਇਹਦਾ ਆਨਸਰ ਬੀ ਵੀ ਸੀ ਸੀਗਾ ਹੁਣ ਇਸ ਨੂੰ ਤੁਸੀਂ ਕਿਵੇਂ ਕਰੋਗੇ ਇਹ ਤਾਂ ਡਾਟ ਹੋ ਚੁੱਕਾ ਲੂਡ ਯੂਜ਼ ਕਰੋਗੇ ਮਸ਼ੀਨ ਚੱਕੇ ਨਾ ਚੱਕੇ ਇਸ ਦੇ ਵਿੱਚ ਕੋਈ ਉਹ ਨਹੀਂ ਹੈ ਕਿਉਂਕਿ ਸਾਰੇ ਪੇਪਰ ਮੇਰਾ ਕੰਪਿਊਟਰਾਈਜ਼ ਚੈੱਕ ਹੋਣੇ ਆ ਇਸ ਕਰਕੇ ਤੁਸੀਂ ਪਹਿਲਾਂ ਕੁਐਸਚਨ ਪੇਪਰ ਸੋਲਵ ਕਰੋ ਜਿਹੜਾ ਤੁਹਾਡੇ ਬੁੱਕ ਦੇ ਵਿੱਚ ਐਗਜ਼ਾਮਪਲ ਤੌਰ ਤੇ ਇਹਨੂੰ ਤੁਸੀਂ ਸੋਲਵ ਕਰੋਗੇ ਆਪਣੇ ਪੇਪਰ ਦੇ ਵਿੱਚ ਪੇਪਰ ਨੂੰ ਸੋਲਵ ਕਰਨ ਤੋਂ ਬਾਅਦ ਫਿਰ ਤੁਸੀਂ ਜਿਹੜਾ ਹੈਗਾ ਆਪਣੇ ਇਸ ਨੂੰ ਡਾਟ ਕਰਨਾ ਸਟਾਰਟ ਕਰੋ ਪਹਿਲਾਂ ਸੋਲਵ ਕਰ ਲਓ ਫਿਰ ਪੜ੍ਹ ਲਓ ਫਿਰ ਡਾਟ ਕਰੋ ਫਿਰ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਣੀ ਵੈਸੇ ਅੱਜ ਕੱਲ੍ਹ 8 10 ਪਲੱਸ 2 ਦੇ ਪੇਪਰ ਓ ਐਮ ਆਰ ਸ਼ੀਟ ਦੇ ਹੀ ਹੁੰਦੇ ਆ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇਸ ਬਾਰੇ ਫਿਰ ਵੀ ਸਾਡੀ ਇਹ ਡਿਊਟੀ ਬਣਦੀ ਅਸੀਂ ਪੂਰੀ ਕਰਾਂਗੇ ਕਿਉਂ ਨਹੀਂ ਬਤਾਉਂਦਾ ਹੁਣ ਤੁਸੀਂ ਕੀ ਕਰੋਗੇ ਇਹ ਜਿਹੜੀ ਸ਼ੀਟਸ ਹੈ ਇਹ ਲੈ ਕੇ ਜਾਓਗੇ ਇਹਨੂੰ ਜਿਹੜਾ ਹੈਗਾ ਇਸ ਪੇਪਰ ਦੇ ਨਾਲ ਸੋਲਵ ਕਰੋਗੇ ਜਿਹੜਾ ਗੁਜਰੀ 49 ਨੰਬਰ ਦੇ ਜਿਹੜਾ ਪੇਪਰ ਹੈਗਾ ਉਸ ਨੂੰ ਇਸ ਸ਼ੀਟ ਦੇ ਪੇਪਰ ਨੂੰ ਸੋਲਵ ਕਰੋਗੇ ਤੇ ਸੋਮਵਾਰ ਨੂੰ ਜਿਹੜਾ ਹੈਗਾ ਤੁਸੀਂ ਇਹਨੂੰ ਵਾਪਸ ਸਾਨੂੰ ਸਬਮਿਟ ਕਰਾ ਦਿਓ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਕਿ ਤੁਸੀਂ ਸਹੀ ਕਰ ਸਕਦੇ ਵੀ ਨਹੀਂ ਕਰ ਸਕਦੇ ਕਲੀਅਰ ਆਪਣਾ ਰੋਲ ਨੰਬਰ ਜਿਹੜਾ ਤੁਹਾਡਾ ਐਡਮਿਟ ਕਾਰਡ ਹੈ ਐਡਮਿਟ ਕਾਰਡ ਨੂੰ ਹਮੇਸ਼ਾ ਜਿਹੜਾ ਤੁਸੀਂ ਇਹ ਹੈਗਾ ਕਿ ਰੋਲ ਨੰਬਰ ਜਦੋਂ ਤੁਸੀਂ ਪੇਪਰ ਪਾਉਣ ਜਾਓਗੇ ਜਿਹੜਾ ਤੁਹਾਨੂੰ ਰੋਲ ਨੰਬਰ ਦਿੱਤੇ ਅਸੀਂ ਉਹ ਤੁਹਾਡਾ ਐਡਮਿਟ ਕਾਰਡ ਹੈ ਐਡਰੈਸ ਤਾਂ ਹੀ ਮਿਲਣੀ ਹੈ ਜੇ ਤੁਹਾਡੇ ਰੋਲ ਨੰਬਰ ਹੋਊਗਾ ਕੋਈ ਬੱਚਾ ਜੇ ਕਹਿ ਦੇਵੇ ਕਿ ਸਰ ਮੈਂ ਰੋਲ ਨੰਬਰ ਘਰ ਭੁੱਲ ਗਈ ਆ ਭੁੱਲ ਗਿਆ ਅੰਮ੍ਰਿਤਸਰ ਸਾਹਮਣੇ ਵੀ ਖੜੇ ਹੋਵੇ ਤਾਂ ਤਾਂ ਵੀ ਐਂਟਰੀ ਨਹੀਂ ਮਿਲਣੀ ਕਿਉਂਕਿ ਉਸ ਤੋਂ ਬਿਨਾਂ ਜਿਹੜੇ ਬੱਚੇ ਜਿਹੜੇ ਟੀਚਰ ਡਿਊਟੀ ਗੇਟ ਤੇ ਲੱਗੀ ਹੈ ਉਹਨੇ ਰੋਲ ਨੰਬਰ ਚੈੱਕ ਕਰਨੇ ਆ ਫੋਟੋ ਤੁਹਾਡੀ ਲੱਗੀ ਹੋਈ ਹੈ ਤਾਂ ਤੁਹਾਨੂੰ ਐਂਟਰੀ ਦੇਣੀ ਅਦਰਵਾਈਜ਼ ਮੈਂ ਵਾਪਸ ਭੇਜ ਦੇਣਾ ਤਾਂ ਵੀ ਲੇਟ ਹੋਵੇ ਤੁਹਾਡਾ ਪੇਪਰ ਹੋਵੇ ਨਾ ਹੋਵੇ ਉਹਦੇ ਡਿਊਟੀ ਦਾ ਫੋਨ ਬਣੀ ਟੀਚਰ ਵੀ ਜੇ ਕਹੂਗੀ ਕਿ ਨਹੀਂ ਨਹੀਂ ਸਰ ਮੇਰਾ ਸਟੂਡੈਂਟ ਹੈ ਨਹੀਂ ਮੰਨੂਗਾ ਇਸ ਕਰਕੇ ਰੋਲ ਨੰਬਰ ਜਿਹੜਾ ਹੈਗਾ ਨਾਲ ਲੈ ਕੇ ਜਾਇਓ ਉਸ ਤੋਂ ਬਾਅਦ ਤੁਹਾਨੂੰ ਪੇਪਰ ਪਤਾ ਲੱਗ ਗਿਆ ਕਿੱਦਾਂ ਸੋਲਵ ਹੋਣਾ ਕਿਸੇ ਦਾ ਕੋਈ ਕੁਐਸਚਨ ਹੈ ਤਾਂ ਆਪ ਖੜਾ ਕਰਕੇ ਕਰ ਸਕਦਾ ਹਾਂ ਠੀਕ ਹੈ ਉਸ ਤੋਂ ਬਾਅਦ ਆ ਜਾਓ ਵਾਈਵਾ ਚੱਲਦੀ ਵੀਡੀਓ ਸਰ ਉਸ ਤੋਂ ਬਾਅਦ ਗੱਲ ਆਉਂਦੀ ਵਾਈਵਾ ਦੀ ਵਾਈਵਾ ਦੇ ਵਿੱਚ ਕੀ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਤੁਸੀਂ ਪੰਜਾਬ ਨੰਬਰ ਦੇ ਜਿਹੜੇ ਅਸੈਸਮੈਂਟ ਸੀਗੇ ਉਹਦੇ ਵਿੱਚ ਸੈਂਟਰ ਦੇ ਰਿਵਿਊ ਪਾਉਣਾ ਆਪਣੇ YouTube ਦੇ ਪੇਜ ਨੂੰ ਸਬਸਕ੍ਰਾਈਬ ਕਰਨਾ Facebook ਦਾ ਪੇਜ ਲਾਈਕ ਕਰਨਾ ਇਹ ਤਾਂ ਕਰ ਚੁੱਕੇ ਹਾਂ ਨਾਲੇ ਤੁਹਾਡੇ ਉੱਤੇ ਅਟੈਂਡੈਂਸ ਵੀ ਮਾਇਨੇ ਰੱਖਦੀ ਤੁਸੀਂ ਕਿੰਨੀ ਕੁ ਅਟੈਂਡੈਂਸ ਲਾਉਂਦੇ ਹੋ ਕਿੰਨੀ ਕੁ ਛੁੱਟੀਆਂ ਕੀਤੀ ਹੈ ਉਸ ਹਿਸਾਬ ਨਾਲ ਜਿਹੜੇ ਬੱਚੇ ਦੀ ਅਟੈਂਡੈਂਸ ਕੰਪਲੀਟ ਹੈ ਉਹਦੇ ਉਹਨੇ ਸਾਰੇ ਰਿਵਿਊ ਵਗੈਰਾ ਪਾਤੇ ਉਹਨੂੰ 50 ਨੰਬਰ ਅਸੈਸਮੈਂਟ ਦੇ ਮਿਲਣੇ ਆ ਜੇ ਤੁਹਾਡੀ ਅਟੈਂਡੈਂਸ ਘਟਦੀ ਪਈ ਹੈ ਜਾਂ ਅੱਗੇ ਜਾਂ ਘਟੂਗੀ ਤਾਂ ਉਹ ਜਿਹੜੀ ਅਸੈਸਮੈਂਟ ਆ ਅੱਗੇ ਘਟ ਜਾਣੀ ਇਸ ਕਰਕੇ ਲਗਾਤਾਰ ਸੈਂਟਰ ਤੇ ਆਉਣਾ ਛੁੱਟੀ ਨਹੀਂ ਕਰਨੀ ਹੈ ਤੇ ਵਾਈਵਾ ਦੇ ਵਿੱਚ ਜਿਹੜਾ ਹੈਗਾ 50 ਨੰਬਰ ਦੀ ਅਸੈਸਮੈਂਟ ਹੋ ਗਈ 100 ਨੰਬਰ ਦਾ ਪੇਪਰ ਹੋ ਗਿਆ 150 ਨੰਬਰ ਤੇ 50 ਨੰਬਰ ਦਾ ਵਾਈਵਾ ਪੇਪਰ ਹੈ ਵਾਈਵੇ ਪੇਪਰ ਦੇ ਵਿੱਚ ਤੁਸੀਂ ਜਿਹੜਾ ਹੈਗਾ ਕੰਫੀਡੈਂਟ ਦਿਖਾ ਕੇ ਵੀ ਨੰਬਰ ਲੈ ਸਕਦੇ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਤੁਸੀਂ ਜਦੋਂ ਪੇਪਰ ਪਾ ਰਹੇ ਹੋ 1 by 1 ਟੀਚਰ ਨੇ ਤੁਹਾਨੂੰ ਬੁਲਾਉਣਾ 5-5 ਬੱਚੇ ਰੋਲ ਨੰਬਰ ਵਾਈਸ ਵਾਈਵਾ ਰੂਮ 'ਚ ਜਾਓਗੇ ਤੇ ਉਹਨਾਂ ਨੂੰ ਉੱਥੇ ਟੀਚਰ ਬੈਠੇ ਹੋਏ ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਕੁਐਸਚਨ ਉਹਨਾਂ ਨੇ ਪੁੱਛਣੇ ਆ ਤੁਸੀਂ ਆਨਸਰ ਦੇਣੇ ਆ ਤਾਂ ਕੁਐਸਚਨ ਕੋਈ ਵੀ ਹੋ ਸਕਦਾ ਪਹਿਲੇ ਕੰਪਿਊਟਰ ਦਾ ਨਾਮ ਕੀ ਹੈ ਫਸਟ ਜਨਰੇਸ਼ਨ ਕਦੋਂ ਸਟਾਰਟ ਹੋਈ ਹੈ ਜਾਂ ਕੋਈ ਸ਼ੋਰਟਕਟ ਕੀ ਹੈ ਫੁੱਲ ਫਾਰਮ ਕੋਈ ਵੀ ਕੁਐਸਚਨ ਹੋ ਸਕਦਾ ਤੁਹਾਨੂੰ ਪੁੱਛੂਗੇ ਉਹ ਕੁਐਸਚਨ ਦਾ ਆਨਸਰ ਜਿਹੜਾ ਹੈਗਾ ਮੰਨ ਲਓ ਐਗਜ਼ਾਮਪਲ ਤੌਰ ਤੇ ਤੁਹਾਨੂੰ ਯਾਦ ਸੀਗਾ ਪਰ ਤੁਸੀਂ ਭੁੱਲ ਗਏ ਜਾਂ ਤੁਹਾਨੂੰ ਅੱਧਾ ਯਾਦ ਰਹਿ ਗਿਆ ਤੇ ਅੱਧਾ ਤੁਸੀਂ ਭੁੱਲ ਗਏ ਤੁਸੀਂ ਗਲਤੀ ਨਹੀਂ ਲਾਣੀ ਤੁਸੀਂ ਜਵਾਬ ਜੋ ਵੀ ਤੁਹਾਨੂੰ ਆਉਂਦਾ ਕੰਫੀਡੈਂਟ ਦੇ ਨਾਲ ਤੁਸੀਂ ਆਪਣਾ ਆਨਸਰ ਦੇ ਦਿਓ ਟੀਚਰ ਆਨਸਰ ਦਊਗੇ ਤਾਂ ਜੇ ਤੁਸੀਂ ਜੀ ਗਲਤ ਲਾ ਲਓ ਤਾਂ 0 ਨੰਬਰ ਤੁਹਾਡਾ ਪੱਕਾ 0 ਤੋਂ 1 ਨੰਬਰ ਵੀ ਨਹੀਂ ਹੋ ਸਕਦਾ ਬਟ ਜੇ ਤੁਸੀਂ ਕੰਫੀਡੈਂਟ ਦੇ ਨਾਲ ਜਵਾਬ ਦੋਗੇ ਤਾਂ ਹੋ ਸਕਦਾ ਤੁਹਾਡਾ ਕੁਐਸਚਨ ਜਿਹੜਾ ਆਨਸਰ ਸਹੀ ਹੋ ਜੇ ਤਾਂ 10 ਨੰਬਰ ਮਿਲ ਜਾਣੇ ਹੋ ਸਕਦਾ ਆਨਸਰ ਗਲਤ ਹੋ ਜਾਵੇ ਤਾਂ ਵੀ ਤੁਹਾਡਾ ਕੰਫੀਡੈਂਟ ਦੇਖ ਕੇ ਟੀਚਰ ਤੁਹਾਡੇ ਨੰਬਰ ਲਗਾਉਣੇ ਪੈਣੇ ਆ
वो भावे चार लगावे तीन लगावे वो नंबर लगाऊगा। तुम ये सोचो कि जो अद्धा भी सही हो गया तो आप छे सात नंबर ला लेने तब वाइवा दे बोलन के नंबर है तुम जो याद है जो ता क्वेश्चन सुन के आंसर आ रहा मन से वो जवाब देना सही गल बाल की गल है। इस करके तुम जो है आंसर देने के नाल ही कॉन्फिडेंस के नंबर भी मिलने और टीचर की मर्जी तीन ला रहे चार ला रहे हैं क्वेश्चन का कि सही है कि गलत है तो वो तुम नंबर लै सकते हो क्योंकि कई बच्चे क्वेश्चन याद हों आंसर याद हों पर नवी थान पर जाके भूल जाना जिम्मे इंटरव्यू होंगे तो तुम जवाब देना गर्दन नहीं हिलानी तो तुम नंबर मिलेगी इस चीज़ की मेरी गलती जीरो का मतलब यही कि बच्चे ने गर्दन हिला कि नहीं जाना और वो काम आप नहीं करना आप अपना जो तुम पता वो जवाब देना कॉन्फिडेंस जवाब देना टीचर नंबर लाने क्लीयर है जी। तो उन्हें भी तीन क्वेश्चन पूछे जाओगे तुम जो तुम तीन क्वेश्चन के सही जवाब देते तो तुम 30 नंबर तुम 50 नंबर मिलने हैं 20 नंबर की असैसमेंट उनके भी वाइप जो तुम ना गर्दन हिला के आंसर दिते सही गल बाद की गल है आंसर दिते गर्दन नहीं हिलाई भावें तीन 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 नंबर ले कॉन्फिडेंट भी टीचर अगर 20 नंबर से तुम 10 नंबर असैसमेंट तुम मिल जाएंगे जिन्हें सही क्वेश्चन सुनाए हैं उन्होंने अगर 20 नंबर की असैसमेंट मिल गई जिन्हें मतलब कॉन्फिडेंट जवाब दिते सही गल बाद की गल है उन्होंने ही असैसमेंट के 10 नंबर मिलने हैं तो 20-25 नंबर वाइवा चो अभी लै सकते हैं जो सू नहीं कुछ आता कॉन्फिडेंट के नाम ठीक है जी। तो वाइवा के कोई भी बच्चा गर्दन ला के जवाब नहीं दूगा सीधा जो क्वेश्चन पूछा वह आंसर दो जो तुम पता वो आंसर दो तो 50 नंबर का वाइवा हो गया 50 नंबर की असैसमेंट हो गई तो 100 नंबर का अपना एग्जाम हो गया तो 200 के बीचों जोड़ा है मार्क्स लैके आने वाइया फर्स्ट सैकेंड थर्ड हर सेंटर तो आते हैं एक होंगे इस बारी जो है तुम पता गैदरिंग ज्यादा हैगी है अपने 3000 बच्चे पेपर पा रहे हैं तो पेपर जो है दो शिफ्ट से लै रहे हैं 10 to 12 एक तो तीन तो फेयरवेल पार्टी भी दो ही शिफ्ट के होनी है एक 19 तरीक को होनी है एक 20 तरीक होनी है मॉर्निंग पेपर है सर इवनिंग है मॉर्निंग 19 तरीक को फेयरवेल पार्टी की होनी है तो उन्हें जो दो फेयरवेल पार्टी होनी है इस बार जो पहली बार स्टार ऑफ द ईयर में दो बनने पहला एक बनता सर 3000 के एक बच्चा आता हूँ 3000 दो बच्चे को चांसिस जो होर बढ़ गए तो सेंटर का कई साल दो तीन साल तो बहुत अच्छा रिजल्ट आ रहा बच्चे बहुत मेहनत करते पे है तो स्टार ऑफ द ईयर भी तुम जो कोशिश करोगे तो कोई ना कोई तो आ ही जाऊगा बस हूँ जो हफ्ता रह गया इन डट के पढ़ना स्टार्ट कर लो हफ्ते के तैयारी कर लोगे तो भी ओके कोई टेंशन नहीं तो हम तुम पता लग गया पेपर किमें अटैम्प्ट करना जो किसी का भी क्वेश्चन है तो वह पूछ सकते इस चीज़ का ध्यान रखो ठीक है। पहला जो क्वेश्चन पेपर है वह सोल्व कर लो मान लो बाई चांस किसी बच्चे का क्वेश्चन ऐसे सब समझ नहीं आ रहे बच्चे ने ए किया बी किया कोई दिक्कत आ गई तो वो बच्चे डिवीजन बनती पड़ी है अद्धे नंबर तो डिवीजन जी है इधर उधर हो जाती है तो जे वो बच्चे ने क्वेश्चन पेपर भी सोल्व किया होगा तो जे सब किसी क्वेश्चन से कोई दिक्कत आऊगी आप क्वेश्चन पेपर चो चक लेंगे वो सिर्फ डिवीजन वाले बच्चे तो तुम जो है किसी बच्चे डिवीजन ना जाए इस करके ही कह रहे हैं कि जो है टिक मार्किंग कर लो उस तो बाद सोल्व करो ताकि जो सू इत कोई दिक्कत आई पर क्वेश्चन पेपर कर सकते हैं क्लीयर है जी। हम आप पढ़ना स्टार्ट कर रहे पेपर तुम पता लग ही गया क्या होना उस तो बाद जो है कैलकुलेशन को जो कंप्यूटर कंप्यूटर वर्ड तो मतलब कंप्यूटर कंप्यूटर मतलब कैलकुलेशन लैटिन लैंग्वेज तो लिखा गया था जी अपना एक एक बार यूज टू कैलकुलेशन ओनली एज पर द डेवलपमेंट इन द इलेक्ट्रॉनिक फील्ड इट बिकम सच ऑलराउंडर मशीन मतलब अपनी फील्ड के कंप्यूटर जो है एक ऑलराउंडर मशीन बन गई है सारे काम कंप्यूटर ने करने शुरू करते पर यह जी स्टार्ट हुई है सिर्फ कैलकुलेशन वास्ते मशीन बनी थी उस तो चैलेंज बाबे जो है वो इंग्लिश मकैनिकल इंजीनियर पॉलीमैथ है मतलब कंप्यूटर का जो पिता मनिया जाता वो चार्ल्स बाबेज मनिया जाता जो कि 19th सेंचुरी के कंप्यूटर बनाया था इसे करके इन जो कंप्यूटर का पिता मनिया जाता इन्हें इलेक्ट्रॉनिक कंप्यूटर बनाया थी पहला उस तो जनरेशन आ गई हूँ जनरेशन तुम सारे ने अपना RCCI का पेज फॉलो किया इंस्टाग्राम से उत्ते भी लगातार पोस्ट पै रही है वो सारी पोस्ट के पेपर आना ही आना जे किसी नहीं फॉलो किया घर जाके फॉलो करियो इंस्टाग्राम के RCCI वर्ल्ड पेज उस तो बाद कई बच्चों ने क्वेश्चन किए जो आप जनरेशन पाई हाँ तो जी जनरेशन इन है दोनों से फर्क है क्योंकि जनरेशन जो होंगे ना ये कदम भी कोई स्टंप नहीं लग जाती कि इन इन्नी साल में यह जनरेशन आई है नहीं
हौली हौली बदलाव होंगे तो कोई इतिहासकार कहता कि जनरेशन इधर उदो बनी है, कोई इतिहासकार कहता नहीं उदो तो बनी है। तो इस करके क्वेश्चन हम आंसर दो हो गए, बच्चे कन्फ्यूजन होगी तो ता जो राइट आंसर मनिया वो बुक को मनिया जाएगा। आप क्लीयर कर देंगे कोई यही चीज हो जाती है जी बुक के अलग है तो अलग है या तो अपने टीचर डिस्कस कर लिया होंगे तो बुक का जो आंसर सही होगा वो मनिया जाएगा। तो जी फर्स्ट जनरेशन है 1940-56 तो 56 लैके 63 सैकंड जनरेशन का जनरेशन का ईयर याद कर लियो, हर सैट के दो तीन तीन क्वेश्चन जनरेशन पर आने हैं। क्लीयर है जी। अगर फर्स्ट जनरेशन आ गया तो फर्स्ट जनरेशन कंप्यूटर यूज वैक्यूम ट्यूब एज ए मेजर पीस ऑफ टेक्नोलॉजी, मतलब फर्स्ट जनरेशन के वैक्यूम ट्यूब ही इस्तेमाल की गई है। वैक्यूम ट्यूब इस फोटो लगी हुई वैक्यूम ट्यूब की। वैक्यूम ट्यूब आर वाइडली यूज इन कंप्यूटर फॉर 1940-90, मतलब वैक्यूम ट्यूब का जो इस्तेमाल किया गया फर्स्ट जनरेशन 1940-56 का किया गया। वैक्यूम ट्यूब आर लार्जली कॉम्पोनेंट एंड रिजल्ट इज द फर्स्ट जनरेशन कंप्यूटर्स बीइंग क्वाइट लार्ज इन साइज टेकिंग अप ए लॉट ऑफ स्पेस इन रूम एंड सम ऑफ द फर्स्ट जनरेशन कंप्यूटर लुक अप एंटायर रूम। वैक्यूम ट्यूब के साइज करके फर्स्ट जनरेशन का कंप्यूटर जोड़ा है वाला होता है, हिसाब तौर पर यह हॉल जिन्ना वाला इन्ना नॉर्मल कंप्यूटर सेगा यह हॉल इन्ना वाला, क्योंकि उनके जोड़ा है बहुत ही ज्यादा वैक्यूम ट्यूब लगी होंगी लोड ऑफ एनर्जी, मतलब जो इन्नी वीड्डी मशीन चलूगी तो एनर्जी कि लगेगी तो हीट कि छूगी, तो वह जोड़ा है फर्स्ट कंप्यूटर जोड़ा वो हॉल इन्ना वाला होता है। द ENIAC इज अ ग्रेट एग्जाम्पल ऑफ फर्स्ट जनरेशन कंप्यूटर इज कंसिस्टेड ऑफ नियरली 20,000 ट्यूब 10,000 कैपेसिटर 70,000 रजिस्टर, मतलब 20,000 वैक्यूम ट्यूब 10,000 कैपेसिटर 70,000 रजिस्टर। सोचो एक मशीन के इन्ना ज्यादा समान लगे होगा तो वो मशीन का साइज कितना होना, हीट कितनी छड़ूगा। तो ENIAC इज अ ग्रेट एग्जाम्पल ऑफ फर्स्ट जनरेशन, हुण एग्जाम्पल के तौर पर ENIAC का नाम खुल गया तो क्वेश्चन बनूगा फर्स्ट जनरेशन कंप्यूटर सिलेक्ट वन इज द फर्स्ट जनरेशन कंप्यूटर, उस एक जोड़ा है फर्स्ट जनरेशन कंप्यूटर का होगा, बाकी जो सैकेंड थर्ड फोर्थ जनरेशन के कंप्यूटर दिते होंगे। तो याद होगा ENIAC जोड़ा है फर्स्ट जनरेशन का कंप्यूटर तभी निकलता होगी, इस करके योजे जो जिन्ना कोई नाम है या कोई ईयर है या किसने बनाया इनवेंट किन्ने किया यो चीज़ा नहीं छड़ी बुक के कोई फुल फॉर्म है, फुल फॉर्म अलग तो दी बट बुक के अंदर भी दी हुई LCD LED CRT VDA सारिया, तो जेडे ईयर ने जेडे कंप्यूटर के नेम ने ते जिन्ना ने बनाया उन्होंने नेम है वह सारा तुम चंगी तरीके याद करना। ठीक है, ऑप्शन को पेपर है तो इतों ही ऑप्शन पैनी है। उस तो बाद जो है कि इनका जो भार से 30 टन तो ज़्यादा सगा। अदर एग्जाम्पल ऑफ द फर्स्ट जनरेशन कंप्यूटर इंक्लूड EDSAC IBM 701 एंड मैनचेस्टर मार्क 1। इस तरीके का फर्स्ट जनरेशन चार कंप्यूटर का देखता नाम, इन्हों के कोई भी क्वेश्चन आ सकता जरूरी नहीं ENIAC आए तो इजी है वो छड़ के सर दूजा पास दे IBM 701 ये भी पै सकता, यही फर्स्ट जनरेशन का कंप्यूटर है। इस तरीके का सैकेंड जनरेशन है, सैकेंड जनरेशन जोड़ा है वैक्यूम ट्यूब हटा के उसे ट्रांजिस्टर लगा दिए गए हैं जो कि 1956 लैके 1963 तक चलिया। हूँ जो वैक्यूम ट्यूब हटा के एक छोटा जहा फोटो लगे ट्रांजिस्टर की ट्रांजिस्टर लगा देंगे तो ऑटोमैटिक साइज जरा घट जाएगा, हीट घट जानी है तो स्पीड फास्ट हो जानी है। सैकेंड ए फोटो जी लगी हुई है इतने जो पर्सन खड़ा है यह फर्स्ट जनरेशन कंप्यूटर के नाल खड़ा है, उन्हें सैकेंड जनरेशन का कंप्यूटर अगर थर्ड जनरेशन का फोर्थ जनरेशन का कितना कितना साइज छोटा होता चला गया और जनरेशन का भी इस फोटो नमें समझ आ जाए। उस तो बाद फर्स्ट जनरेशन द फर्स्ट कंप्यूटर टू यूज ट्रांजिस्टर वाज TX0 वाज इंट्रोड्यूस इन 1956। ये भी इंपॉर्टेंट लाइन है, एक्चुअली बनने दो क्वेश्चन बन सकते हैं कि जोड़ा सैकेंड जनरेशन का कंप्यूटर जोड़ा है या फिर TX0 जोड़ा है कि साल के आया से, क्वेश्चन सारे इदा ही बनने हैं। ठीक है, नहीं है उस तो बाद बाकी अदर कंप्यूटर के नाम भी लिखे हुए तो याद कर लेने। नैक्सट पेज से आ जाओ, अगे आ गया थर्ड जनरेशन। थर्ड जनरेशन के हैगा IC इनवेंट हुई थी इंटरग्रेटेड सर्किट, हूँ वैक्यूम ट्यूब भी गई और ट्रांजिस्टर भी गई, उनके नाम की लग गया IC। इको IC के काफ़ी सारे ट्रांजिस्टर कट्ठे लग सकते हैं। तो थर्ड जनरेशन के IC आ गया सीगा, नियरली ऑल कंप्यूटर सिंस द मिड ऑफ द लेट 1960s हैव यूटिलाइज्ड IC व्हाइल द थर्ड जनरेशन इज कंसीडर्ड बाय मेनी पीपल टू हैव स्पेंट 1964 तो लेकर 1972 तक जी है ये जनरेशन चली सी IC वाली, तो इस इन्होंने कोई भी कंप्यूटर नहीं दसा जिन्हें IC इस्तेमाल की थी, तो क्वेश्चन भी नहीं आया। पिछले फाइल के IC किन्ने इनवेंट की थी जेटली ने, पर इस नहीं है तो नहीं क्वेश्चन है, जो बुक के पेपर उ
ਉਸ ਤੋਂ ਫੋਰਥ ਜਨਰੇਸ਼ਨ ਹੈ ਤੁਹਾਨੂੰ ਨਾਲ ਦਿੱਤਾ ਪਰ ਫੋਰਥ ਜਨਰੇਸ਼ਨ ਦੇ ਵਿੱਚ ਜਿਹੜੀ ਫੋਟੋ ਲੱਗੀ ਹੋਈ ਹੈ ਇਹ ਸੀਪੀਯੂ ਦੀ ਫੋਟੋ ਹੈ ਮਾਈਕਰੋ ਪ੍ਰੋਸੈਸਰ ਜਿਹਨੂੰ ਕਹਿੰਦੇ ਆ ਅੱਜ ਕੱਲ੍ਹ ਜਿੰਨੇ ਵੀ ਕੰਪਿਊਟਰ ਹੈਗੇ ਉਹਨਾਂ ਸਾਰੇ ਮਾਈਕਰੋ ਪ੍ਰੋਸੈਸਰ ਲੱਗੇ ਹੁੰਦੇ ਆ ਪਰ ਉਦੋਂ ਜਿਹੜਾ ਮਾਈਕਰੋ ਪ੍ਰੋਸੈਸਰ ਸੀਗਾ ਤੇ ਅੱਜ ਦੇ ਮਾਈਕਰੋ ਪ੍ਰੋਸੈਸਰ ਜ਼ਮੀਨ ਆਸਮਾਨ ਦਾ ਫਰਕ ਹੈ ਉਹ ਬਹੁਤ ਹੀ ਸਟਰੋਂਗ ਚੱਲਦੇ ਆ ਮਾਈਕਰੋ ਪ੍ਰੋਸੈਸਰ ਨੂੰ ਜਦੋਂ ਆਪਾਂ ਕੰਪਿਊਟਰ ਲੈਣ ਜਾਂਦੇ ਆ ਤਾਂ ਉਹ ਚ ਪ੍ਰੋਸੈਸਰ ਦੀ ਗੱਲ ਕਰਦੇ ਆ ਉਹ ਚ ਹੁੰਦਾ P4 ਉਸ ਦਾ ਡਿਊ ਕੋਰ ਕੋਰ ਟੂ ਡਿਊ i3 i5 ਅੱਜ ਕੱਲ੍ਹ ਤੁਸੀਂ ਲੈਪਟਾਪ ਦੇਖਦੇ ਹੋਣੇ ਹੋ ਤਾਂ i3 i5 ਨੋਰਮਲ ਹੋ ਗਏ ਤਾਂ ਜਿਹੜੇ i5 i3 ਹੈ ਇਹਨਾਂ ਦੇ ਵਿੱਚ ਇੱਕ ਇੱਕ ਜਿਹੜਾ ਸੀਪੀਯੂ ਲੱਗਾ ਉਹ ਚ ਕਈ ਕਈ ਸੀਪੀਯੂ ਦੀ ਤਾਕਤ ਹੈ ਉਸ ਤੋਂ ਬਾਅਦ ਤਾਂ ਫੋਰਥ ਜਨਰੇਸ਼ਨ ਜਿਹੜੀ ਹੈਗੀ ਹੈ 1972 ਤੋਂ ਲੈ ਕੇ 1910 ਤੱਕ ਚੱਲੀ ਹੈ ਦਾ ਫੋਰਥ ਜਨਰੇਸ਼ਨ ਦਾ ਕੰਪਿਊਟਰ ਟੂ ਐਡਵਾਂਟੇਜ ਦਾ ਇਨਵੈਂਟ ਆਫ ਦਾ ਮਾਈਕਰੋ ਪ੍ਰੋਸੈਸਰ ਮੋਰ ਕਾਮਨਲੀ ਨੋਨ ਐਜ਼ ਅ ਸੀਪੀਯੂ ਸੀਪੀਯੂ ਜਿਹੜਾ ਹੈਗਾ ਉਹਨੂੰ ਮਾਈਕਰੋ ਪ੍ਰੋਸੈਸਰ ਕਹਿੰਦੇ ਹੁੰਦੇ ਆ ਇਹਦੇ ਵਿੱਚ ਕਾਫੀ ਸਾਰੇ ਆਈਸੀਆਂ ਲੱਗੀਆਂ ਹੁੰਦੀਆਂ ਕੰਪੈਸਟਰ ਰਜਿਸਟਰ ਸਾਰੇ ਉਹਦੇ ਵਿੱਚ ਹੀ ਲੱਗੇ ਹੁੰਦੇ ਇੰਕਲੂਡਡ ਹੁੰਦੇ ਆ ਬਾਕੀ ਸਭ ਕੰਪਿਊਟਰ ਜਿਹੜੇ ਮਾਈਕਰੋ ਪ੍ਰੋਸੈਸਰ ਵਿੱਚ ਯੂਜ਼ ਹੋਇਆ ਉਹ ਹੈਗਾ ਅਲਟੇਅਰ 880 IBM 5100 ਮੈਕਲ ਇਹ ਸਾਰੇ ਜਿਹੜੇ ਕੰਪਿਊਟਰ ਹੈਗੇ ਆ ਫੋਰਥ ਜਨਰੇਸ਼ਨ ਦੇ ਕੰਪਿਊਟਰ ਹੈਗੇ ਆ ਅੱਗੇ ਆ ਗਈ ਫਿਫਥ ਜਨਰੇਸ਼ਨ ਜਿਹੜਾ ਹੈਗਾ ਫਿਫਥ ਜਨਰੇਸ਼ਨ ਆਫ ਕੰਪਿਊਟਰ ਥਿੰਕਿੰਗ ਟੂ ਯੂਜ਼ AI AI ਹੋ ਗਿਆ ਆਰਟੀਫਿਸ਼ੀਅਲ ਇੰਟੈਲੀਜੈਂਸ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਕਿੰਨੂੰ ਪਤਾ ਹੱਥ ਖੜੇ ਹੋ ਜਾਂਦਾ ਡਾਕਟਰ ਨੂੰ ਖੜਾ ਕਰਦਾ ਕੋਈ ਦਿੱਕਤ ਨਹੀਂ ਹੋਰ ਕਿਸੇ ਨੂੰ ਤੇ ਜੇ ਮੈਂ ਤੁਹਾਨੂੰ ਕਹਾਂ ਕਿ ਸਾਰੇ ਯੂਜ਼ ਕਰਦੇ ਹੋ ਆਲਟੋਡ ਲਈ ਜਿਹੜੇ ਤੇ ਬੱਚੇ ਬੈਠੇ ਆ ਉਹ ਆਲਟੋਡ ਲਈ ਯੂਜ਼ ਕਰਦੇ ਆ ਪਰ ਪਤਾ ਨਹੀਂ ਤੁਹਾਨੂੰ ਫੋਨ ਦਾ ਹੈ ਪਰ AI ਵੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਹੈ ਮੈਂ ਤੁਹਾਨੂੰ ਦੱਸਦਾ ਮੇਰਾ ਫੋਨ ਕਿਹਦਾ ਮੇਰਾ ਫੋਨ ਕਿਹਦਾ ਆ ਫੋਨ ਦਾ ਆਪਣਾ ਜੀ ਉਹਦੇ ਵਿੱਚ ਕੀ ਆ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਮੇਰਾ ਫੋਨ ਹਾਂ ਮੈਂ ਤੁਹਾਨੂੰ ਬਾਈ ਜਿੱਦਾਂ ਕਿ ਐਪਲ ਫੋਨ ਹੋ ਗਿਆ ਜਾਂ ਐਂਡਰੋਇਡ ਫੋਨ ਹੋ ਗਏ ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਜਿਹੜਾ ਵੀ ਕੰਮ ਤੁਹਾਨੂੰ ਕਹਿੰਦੇ ਉਹਨੂੰ ਬੋਲ ਕੇ ਉਹ ਸਾਰਾ ਕੰਮ ਕਰ ਦਿੰਦਾ ਓਕੇ ਗੂਗਲ ਤਾਂ ਆਪਾਂ ਹੀ ਆਪਦੇ ਐਂਡਰੋਇਡ ਫੋਨ ਦੇ ਵਿੱਚ ਜਿਹੜਾ ਹੈਗਾ ਓਕੇ ਗੂਗਲ ਕਰਦੇ ਹਾਂ ਆਪਾਂ ਓਕੇ ਗੂਗਲ ਕਰਨ ਦੇ ਨਾਲ ਹੀ ਸਾਡਾ ਜਿਹੜਾ ਹੈਗਾ ਮੋਬਾਈਲ ਐਕਟੀਵੇਟ ਹੋ ਜਾਂਦਾ ਜੋ ਅਸੀਂ ਉਹਨੂੰ ਕਹਿੰਦੇ ਹਾਂ ਮੇਕ ਕਾਲ ਟੂ ਰਾਜਮਲਿਕ ਜਾਂ ਟੈਲ ਮੀ ਦਾ ਟਾਈਮ ਜਾਂ ਟੈਲ ਮੀ ਦਾ ਵੈਦਰ ਆਫ ਤਾਂ ਉਹ ਸਾਰੀ ਚੀਜ਼ਾਂ ਜਿਹੜੀ ਸਾਡੀ ਵੌਇਸ ਨੂੰ ਰਿਕਾਰਡ ਕਰਦਾ ਤੇ ਸਾਨੂੰ ਦੱਸਦਾ ਪ੍ਰੋਪਰ ਕਿ ਇਹ ਚੀਜ਼ ਹੋ ਰਹੀ ਹੈ ਤਾਂ ਇਹਨੂੰ ਕਹਿੰਦੇ ਆ AI ਆਰਟੀਫਿਸ਼ੀਅਲ ਇੰਟੈਲੀਜੈਂਸ ਐਪਲ ਦਾ ਸੀਰੀ ਬਹੁਤ ਹੈ ਹੈਲੋ ਸੀਰੀ ਉਹਦੇ ਕਹਿੰਦੇ ਹੈ ਸੀਰੀ ਤਾਂ ਉਹ ਐਕਟੀਵੇਟ ਹੋ ਜਾਂਦਾ ਫਿਰ ਜੋ ਅਸੀਂ ਵੌਇਸ ਕਮਾਂਡ ਦਿੰਦੇ ਬਿਨਾਂ ਐਕਟੀਵੇਟ ਹੋ ਜਾਂਦਾ ਹੁਣ ਕਈ ਵਾਰ ਸੈਂਸਰ ਲੱਗੇ ਹੁੰਦੇ ਆਪਾਂ ਐਂਟਰੀ ਕਰਦੇ ਹਾਂ ਸੈਂਸਰ ਪੂਰੇ ਡੋਰ ਓਪਨ ਹੋ ਜਾਂਦੇ ਆ ਐਗਜ਼ਿਟ ਕਰਦੇ ਹਾਂ ਤਾਂ ਬੰਦ ਹੋ ਜਾਂਦੇ ਆ ਉਹ ਚੀਜ਼ਾਂ ਹੋ ਗਈਆਂ ਤਾਂ ਬਹੁਤ ਹੀ ਚੀਜ਼ਾਂ ਜਿਹੜੀ ਹੈ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਚੱਲ ਰਹੀ ਹੈ ਗੂਗਲ ਦੇ ਵਿੱਚ ਆਪਾਂ ਕਹਾਂਗੇ ਜਿਵੇਂ ਡਿਵਾਈਸ ਲੱਗੀ ਹੁੰਦੀ ਆ ਅੱਜ ਕੱਲ੍ਹ ਵੱਡੇ ਵੱਡੇ ਘਰਾਂ 'ਚ ਆਪਾਂ ਕਹਾਂਗੇ ਕਿ ਓਪਨ ਲਾਈਟ ਜਾਂ ਲਾਈਟ ਆਨ ਜਾਂਦੀ ਹੈ ਲਾਈਟ ਆਫ ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਚੱਲ ਰਹੀ ਹੈ ਠੀਕ ਹੈ ਜੀ ਹਰ ਕੰਮ ਜਿਹੜਾ ਹੈਗਾ ਸ਼ਾਇਦ ਨਾ ਹੋ ਸਕਦਾ ਤਾਂ ਇਹ ਫਿਫਥ ਜਨਰੇਸ਼ਨ ਦੇ ਵਿੱਚ ਜਿਹੜੀ ਹੀ ਸਟਾਰਟ ਹੋਈ ਸੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਹੁਣ ਇਹ ਹਾਲਾਤ ਨਾਲ ਚੱਲ ਰਹੀ ਹੈ ਕਿ ਸਾਹਿਬ ਦਿੱਤਾ ਹੋਇਆ ਐਪਲ ਸੀਰੀ ਗੂਗਲ ਜਿਹੜਾ ਹੈਗਾ ਤੇ ਜਿਹੜੇ ਆਪਣੀ ਵਿੰਡੋਜ਼ ਦੀ ਕੰਪਿਊਟਰ ਦੇ ਵਿੱਚ ਇੱਕ ਵਾਇਸ ਕਮਾਂਡ ਨੂੰ ਡਿਟੈਕਟ ਕਰਦੀ ਹੈ ਟੱਚ ਸਕਰੀਨ ਜਿਹੜਾ ਹੈਗਾ ਇਸੇ ਤਰੀਕੇ ਨਾਲ ਜਿਹੜੀ ਹੈਗੀ ਸਿਕਸ ਜਨਰੇਸ਼ਨ ਦੇ ਬਾਰੇ ਗੱਲ ਕੀਤੀ ਹੈ ਫਿਊਚਰ ਜਨਰੇਸ਼ਨ ਸਿਕਸ ਜਨਰੇਸ਼ਨ ਨੂੰ ਫਿਊਚਰ ਜਨਰੇਸ਼ਨ ਕਿਉਂ ਕਿਹਾ ਗਿਆ ਜਿਹੜੀ ਜਨਰੇਸ਼ਨ ਜਿਹੜੀ ਮਤਲਬ ਚੱਲਦੀ ਪਈ ਹੈ ਆਉਣ ਵਾਲੇ ਟਾਈਮ 'ਚ ਆਊਗੀ ਇਗਜ਼ਾਮਪਲ ਇਹਦੇ ਫੋਟੋ ਵੀ ਲੱਗੀ ਰੋਬਟ ਦੀ ਕਈ ਕੰਟਰੀ ਹੈਗੀ ਹੈ ਜਿਹੜਾ ਲਗਾਤਾਰ ਰੋਬਟ ਬਣਾ ਰਹੀ ਹੈ ਰੋਬਟ ਦੇ ਐਕਸਪੈਰੀਮੈਂਟ ਕਰਦੀ ਪਈ ਹੈ ਜਿਸ ਦਿਨ ਇਨਸਾਨ ਵਰਗਾ ਰੋਬਟ ਬਣ ਗਿਆ ਦੈਟ ਇਜ਼ ਉਦੋਂ ਨਵੀਂ ਜਨਰੇਸ਼ਨ ਆ ਜਾਣੀ ਹੈ ਉਹ ਹੈਗੀ ਆਪਣੀ ਫਿਫਥ ਜਨਰੇਸ਼ਨ ਫਿਊਚਰ ਜਨਰੇਸ਼ਨ ਸੋਰੀ ਸਿਕਸਥ ਜਨਰੇਸ਼ਨ ਜਿਹੜੀ ਹੈ ਉਹ ਰੋਬੋਟਿਕ ਹੋ ਗਿਆ ਜਦੋਂ ਰੋਬੋਟ ਬਣ ਕੇ ਤਿਆਰ ਹੋ ਜੂ ਇਨਸਾਨ ਵਾਂਗੂ ਕੰਮ ਕਰੂਗੇ ਉਹ ਜਨਰੇਸ਼ਨ ਨੂੰ ਆਪਾਂ ਜਿਹੜਾ ਹੈ ਫਿਫਥ ਜਨਰੇਸ਼ਨ ਨੂੰ ਨਜ਼ਰ ਆਵਾਂਗੇ ਉਸ ਤੋਂ ਬਾਅਦ ਮੇਜਰ ਕੰਪੋਨੈਂਟ ਦਾ ਕੰਪਿਊਟਰ ਕੰਪਿਊਟਰ ਦਾ ਜਿਹੜਾ ਮੇਜਰ ਕੰਪੋਨੈਂਟ ਹੈਗਾ ਉਹ ਕਿਹੜੇ ਕਿਹੜੇ ਹੈਗੇ ਆ ਸਭ ਤੋਂ ਪਹਿਲਾਂ ਇਨਪੁਟ ਸੈਂਟਰ ਪ੍ਰੋਸੈਸਿੰਗ ਯੂਨਿਟ ਸਟੋਰੇਜ ਯੂਨਿਟ ਤੇ ਆਊਟਪੁੱਟ ਯੂਨਿਟ ਇਨਪੁਟ ਯੂਨਿਟ ਕੀ ਹੁੰਦਾ ਸਿੰਪਲ ਜਿਹਾ ਫੰਡਾ ਜਿਹੜਾ ਜਿਹੜੀ ਡਿਵਾਈਸ ਯੂਜ਼ਰ ਦੇ ਕੋਲੋਂ ਇਨਫੋਰਮੇਸ਼ਨ ਲੈ ਕੇ ਕੰਪਿਊਟਰ ਦੇ ਵਿੱਚ ਫੀਡ ਕਰਾਉਂਦਾ ਉਹ ਇਨਪੁੱਟ ਡਿਵਾਈਸ ਇਸ ਦਾ ਕੀਬੋਰਡ ਮਾਊਸ ਇਹ ਸਾਰੇ ਇਨਪੁੱਟ ਡਿਵਾਈਸ ਹੈ ਆਪਣਾ ਹੈੱਡਫੋਨ ਹੁੰਦਾ ਜਿਹੜਾ ਆਪਾਂ ਗੱਲਾਂ ਕਰਦੇ ਹਾਂ ਉਹਦੇ ਵਿੱਚ ਇੱਕ ਪਾਸੇ ਮਾਈਕ ਲੱਗਿਆ ਹੁੰਦਾ ਇੱਕ ਪਾਸੇ ਸਪੀਕਰ ਲੱਗਿਆ ਹੁੰਦਾ ਕੰਨਾਂ 'ਚ ਆਪਾਂ ਸਪੀਕਰ ਲਗਾਉਂਦੇ ਹਾਂ ਵੈਸੇ ਮਾਈਕ ਹੁੰਦਾ ਅਤੇ ਜਿਹੜਾ ਮਾਈਕ ਹੁੰਦਾ ਜਿਹੜਾ ਆਪਾਂ ਬੋਲ ਰਹੇ ਹਾਂ ਉਹ ਇਨਪੁੱਟ ਡਿਵਾਈਸ ਹੈ ਅਤੇ ਜੋ ਸਾਨੂੰ ਬਾਹਰ ਰਿਜ਼ਲਟ ਦਿਖਾਉਂਦਾ ਉਹ ਰਿਜ਼ਲਟ ਭਾਵੇਂ ਸਾਊਂਡ ਦੇ ਥਰੂ ਆ ਰਿਹਾ ਜਾਂ ਆਪਾਂ ਅੱਖਾਂ ਨਾਲ ਦੇਖਦੇ ਪਏ ਹਾਂ ਜਾਂ ਪ੍ਰਿੰਟ ਥਰੂ ਆ ਰਿਹਾ ਤਾਂ ਜੋ ਸਾਨੂੰ ਰਿਜ਼ਲਟ ਦਿਖਾਵੇ ਉਹ ਹੁੰਦੇ ਆਊਟਪੁੱਟ ਡਿਵਾਈਸ ਤੇ ਪ੍ਰੋਸੈਸਿੰਗ ਤੁਹਾਨੂੰ ਪਤਾ ਹੀ ਹੈ ਜਿੱਤੇ ਕੰਮ ਪ੍ਰੋਸੈਸ ਹੁੰਦਾ
चोली बनाने हैं तो पहला की है कुकर चढ़ाना पैना, फिर चौल पाने पैने, गर्म करना पैना, पानी वगैरह पा के टाइम उबलते पे प्रोसैसिंग टाइम है, फिर की होगा बन जूगी तो प्लेट रिजल्ट। इस चीज का हमेशा ध्यान रखो, कंप्यूटर पहला अज के आलवेज इतना ही रहने वाला, कोई नवी चीज नहीं आऊगी। इनपुट डिवाइस तुम दसती है, एक वेब कैमरा होंगे लैपटॉप से लगा होंगे या फिर आप कंप्यूटर से लगा देते हैं। कैमरा की है वेब कैम, इनपुट डिवाइस है आउटपुट डिवाइस है, इनपुट डिवाइस वो साड़ी फोटो अंत लैंदा पर स्क्रीन जी आउटपुट दिखाती है, तो इदा हमेशा याद रखो। अगे स्टोरेज आ गई, स्टोरेज इनपुट गेट स्टोर जितने इनपुट स्टोर होती है, इट इज नोन एज कंप्यूटर स्टोरेज टू कीप द डाटा इन। मतलब स्टोरेज हमेशा याद रखो, कंप्यूटर की फाइल जो अभी कंप्यूटर से इनपुट कराते हैं तो फाइलों सेव करते हैं, वो कितने का कितने सेव होगा, जिथे वो सेव हो स्टोरेज डिवाइस कराती है। स्टोरेज जी है दो तरह की होंगी है, एक इंटरनल मैमरी एंड एक्सटर्नल मैमरी। जी इंटरनल मैमरी होंगी है वो होंगी रैम एंड रोम, जी एक्सटर्नल मैमरी होंगी होगी हार्ड डिस्क। हम इंटरनल मैमरी जी होंगी है वो जी टेंपरेरी मैमरी होंगी है, तो जी एक्सटर्नल मैमरी होंगी है वो परमानेंट मैमरी होंगी है। हम जी इंटरनल मैमरी है वो रैम से रोम, रैम का मतलब हो गया रैम रैंडम एक्सेस मैमरी, तो रोम का मतलब हो गया रीड ओनली मैमरी। तो रैंडम हम ये जी है दोनों होंगी है, एक जी रैम होंगी है अपनी छोटे होंगे जी गेम खेलते होने हैं, एक ना ग्रीन कलर की कैसेट आती है जी विचकार पच करते हैं, वो कैसेट वो कंप्यूटर से रैम होती है। फोटो लगी हुई है मैं दिखा, पेज नंबर 10 करो वापस फिर की आना 10 नंबर पेज पे फोटो लगी हुई है, ये रैम की लगी हुई है, इन्हें लाल जोड़ा है वो रोम की लगी हुई है। तो यह जी कैसेट वर्गी चीज होती है वो रैम, ठीक है, रैंडम एक्सेस मैमरी ते नाल रोम है। मैं दोनों एक्सप्लेन कर देना इतनी, तो जो रैम होता रैम के होंगे सुनो मेरी गल, क्या रैम के होंगे जो आप कंप्यूटर स्टार्ट करते हैं, एक फाइल आप बनानी स्टार्ट करते हैं, अचानक ही लाइट चली जाती है वो साड़ी फाइल जी डिलीट हो जाती है, ऐसा ही होता जो अभी फाइल बिना सेव किए काम करते हैं, तो वो फाइल उस टाइम रैम के काम करती है, वो जी स्टोरेज लैंदी है वो रैम की स्टोरेज लैंदी है। आफ्टर सेव लाइट चली गई, सेव होने बाद लाइट चली गई, आप दोबारा फाइल ओपन कर सकते हैं, तो वो फाइल सेव होने बाद कितने जाती हार्ड डिस्क के हम रैम पता लग गया तो सेकेंडरी मैमरी पता लग गया, तो जी फाइल कोई सेव होगी तो वो की अपने आप डिलीट हो जाती है नहीं होगी, तो वो कि मैमरी होगी सारी परमानेंट मैमरी, तो जी जी अपने आप डिलीट हो जाती है वो टेंपरेरी मैमरी होगी। एक उनके नाल ही जिहड़ा हैगा रोम हो गया रीड ओनली मैमरी। हुण इहो जिहा की है कंप्यूटर दे विच जिहड़ा तुसीं सिर्फ देख सकदे हो चेंज नहीं कर सकते, वो हैगा जदों आपां कंप्यूटर स्टार्ट करदे हां तां उहदे विच ब्लैक स्क्रीन ते नंबरिंग वाली स्टार्ट आ जांदी, उस तों कंप्यूटर स्टार्ट आ जांदा। वह जिहड़ी स्क्रीन आती ब्लैक कलर की वह इस चिप के नाल आती है रोम के नाल, जो किसी चेंज नहीं कर सकते सिर्फ पढ़ सकते। कंप्यूटर बंद हो गए स्टार्ट हो गए आता इस कोई इफेक्ट नहीं है कि वो बंद करी पड़े, वो कदम चेंज नहीं कर सकते, ठीक है, वो रीड ओनली मैमरी होगी। हम वापस दोबारा उसी पेज से आ जाओ पेज नंबर 3 से, तो रैम एंड रोम तुम पता लग गया, तो तुम हार्ड डिस्क बारे भी असं दस हूँ आ गया। प्रोसैसिंग द प्रोसैसिंग ऑफ द इनपुट इज परफॉर्म बाय द सीपीयू विच इज द सेंट्रल प्रोसैसिंग यूनिट ऑफ द कंप्यूटर। मतलब जितने प्रोसैसिंग इनपुट देने काम हो प्रोसैसिंग कहते हैं वो काम जरा सीपीयू करता, सेंट्रल प्रोसैसिंग यूनिट मतलब सीपीयू का काम है प्रोसैसिंग करना। इट इज आल्सो नोन एज द ब्रेन ऑफ द कंप्यूटर दैट इज रिस्पॉन्सिबल फॉर द प्रोसैसिंग दैट प्रोसैसिंग द डाटा प्रोवाइड बाय द यूजर। मतलब सीपीयू कंप्यूटर का दिमाग कहा जाता जो कि डाटा जो यूजर देता उ प्रोसैसिंग करता। द स्पीड ऑफ द कंप्यूटर ब्रेन इज 4 टाइम फास्टर दैन ह्यूमन बीइंग, इंसान तो 4 गुना ज्यादा दिमाग है कंप्यूटर का ज्यादा, तो यह बढ़ता जा रहा है, ठीक है कि नहीं है। तो द कंप्यूटर सेंट्रल प्रोसेसिंग सीपीयू इज द पोर्शन ऑफ द कंप्यूटर दैट इज, मतलब कंप्यूटर का जो पोर्शन है मतलब कंप्यूटर की सीपीयू को दो भागे में बंटा गया, एक एएलयू ऑटोमेटिकल लॉजिक यूनिट ते कंट्रोल यूनिट, तो जो ऑटोमेटिक लॉजिक यूनिट है वो अगर दो भागे में बंटा गया, मतलब सीपीयू को जो बंटा गया दो भागे में बंटा गया,
ALU ਦੇ ਵਿੱਚ ਤੇ CU ਦੇ ਵਿੱਚ ALU ਹੋ ਗਿਆ ਆਰਥਮੈਟਿਕ ਐਂਡ ਲੌਜੀਕ ਯੂਨਿਟ ਆਰਥਮੈਟਿਕ ਲੌਜੀਕ ਯੂਨਿਟ ਨੂੰ ਅੱਗੇ ਦੋ ਭਾਗੇ ਵੰਡਿਆ ਗਿਆ ਜਿਹਦੇ ਵਿੱਚ ਆਪਾਂ ਮੈਥਮੈਟਿਕ ਤੇ ਲੌਜੀਕਲ ਦੋਨੋਂ ਦਾ ਕੈਲਕੂਲੇਸ਼ਨ ਕਰ ਸਕਦੇ ਆ ਹੁਣ ਆਰਥਮੈਟਿਕ ਲੌਜੀਕ ਯੂਨਿਟ ਕਿਆ ਹੋ ਗਿਆ ਆਰਥਮੈਟਿਕ ਹੋ ਗਿਆ ਜਿੱਦਾਂ ਐਗਜ਼ਾਮਪਲ ਦੇ ਤੌਰ ਤੇ ਆਪਾਂ ਸਮ ਲਗਾਉਂਦੇ ਮੋਡ ਲਗਾਉਂਦੇ ਐਵਰੇਜ ਲਗਾਉਂਦੇ ਪਰਸੈਂਟੇਜ ਲਗਾਉਂਦੇ ਤੇ ਲੌਜੀਕਲ ਕਿਹੜਾ ਹੋ ਗਿਆ ਲੌਜੀਕਲ ਹੋ ਗਿਆ ਜਿਵੇਂ ਟਰੂ ਐਂਡ ਫਾਲਸ ਕੰਪੇਅਰ ਕਰਦੇ ਆ ਇਫ ਲਗਾਉਂਦੇ ਆ ਜਿਹੜਾ ਟਰੂ ਐਂਡ ਫਾਲਸ ਵਗੈਰਾ ਹੁੰਦਾ ਉਹ ਹੁੰਦਾ ਆਪਣਾ ਲੌਜੀਕਲ ਤੇ ਜਿਹੜਾ ਆਪਣਾ ਵੈਸੇ ਹੁੰਦਾ ਉਹਦਾ ਆਰਥਮੈਟਿਕ ਲੌਜੀਕਲ ਆਰਥਮੈਟਿਕ ਕੈਲਕੂਲੇਸ਼ਨ ਅੱਗੇ ਹੋ ਗਿਆ ਸੀਯੂ ਦਾ ਕੰਟਰੋਲ ਯੂਨਿਟ ਕੰਪਿਊਟਰ ਦੇ ਵਿੱਚ ਕੀ ਹੁੰਦਾ ਐਗਜ਼ਾਮਪਲ ਦੇ ਤੌਰ ਤੇ ਜਦੋਂ ਬੱਚੋ ਆਪਣਾ ਚੌਂਕ ਤੇ ਖੜੇ ਹੁੰਦੇ ਆ ਤੇ ਇਧਰੋਂ ਵੀ ਟ੍ਰੇਨ ਆ ਰਹੀ ਹੈ ਸੁਣੀ ਪਿਆ ਇਧਰੋਂ ਵੀ ਕੋਈ ਬੱਸ ਆ ਰਹੀ ਹੈ ਇਧਰੋਂ ਕਾਰ ਆ ਰਹੀ ਹੈ ਇਧਰੋਂ ਬਾਈਕ ਆ ਰਹੀ ਹੈ ਉਹਦੇ ਵਿੱਚ ਹੁੰਦਾ ਕੀ ਹੈ ਕਿ ਜੇ ਟ੍ਰੈਫਿਕ ਕੰਟਰੋਲਰ ਨਾ ਖੜਾ ਹੋਊਗਾ ਤਾਂ ਉੱਥੇ ਰਸ਼ ਲੱਗ ਜਾਂਦਾ ਜਾਮ ਲੱਗ ਜਾਂਦਾ ਇਸੇ ਤਰੀਕੇ ਨਾਲ ਸੇਮ ਜਿਹੜਾ ਹੈਗਾ ਆਪਣਾ ਸੀਪੀਯੂ ਦੇ ਵਿੱਚ ਇੱਕ ਅਲੱਗ ਤੋਂ ਪਾਰਟੀਸ਼ਨ ਹੁੰਦੀ ਹੈ ਦੈਟ ਇਜ਼ ਸੀਯੂ ਕੰਟਰੋਲ ਯੂਨਿਟ ਜੋ ਕਿ ਹਰ ਡਿਵਾਈਸ ਨੂੰ ਹਰ ਪ੍ਰੋਗਰਾਮ ਨੂੰ ਕੰਟਰੋਲ ਕਰਦਾ ਕਈ ਵਾਰੀ ਕੰਪਿਊਟਰ ਹੈਂਗ ਹੋ ਜਾਂਦਾ ਹੈਂਗ ਹੋਣ ਤੋਂ ਬਾਅਦ ਵੀ ਜਦੋਂ ਪ੍ਰੋਸੈਸਿੰਗ ਲੈ ਕੇ ਸਟਾਰਟ ਹੋ ਜਾਂਦਾ ਕਰਦਾ ਕੰਮ ਤਾਂ ਜਿਸ ਹਿਸਾਬ ਨਾਲ ਆਪਾਂ ਐਂਟਰ ਕੀਤਾ ਸੀ ਜਾਂ ਡਬਲ ਕਲਿਕ ਕੀਤਾ ਸੀਗਾ ਉਸੇ ਹੌਲੀ ਹੌਲੀ ਜਿਵੇਂ ਐਗਜ਼ਾਮਪਲ ਹੋ ਗਿਆ ਆਪਾਂ ਪਹਿਲਾਂ ਫੋਟੋਸ਼ਾਪ ਚਲਾਇਆ ਫਿਰ ਕੋਲਡਰਾ ਚਲਾਇਆ ਫਿਰ ਟਾਈਪਿੰਗ ਚਲਾਈ ਤਾਂ ਜਦੋਂ ਕੰਪਿਊਟਰ ਪ੍ਰੋਸੈਸਿੰਗ ਕਰੂਗਾ ਤਾਂ ਪਹਿਲਾਂ ਉਹ ਕੋਲਡਰਾ ਹੀ ਓਪਨ ਕਰੂਗਾ ਫੋਟੋਸ਼ਾਪ ਤੋਂ ਪਹਿਲਾਂ ਠੀਕ ਆਪਾਂ ਉਹ ਚਲਾਇਆ ਫਿਰ ਉਹ ਕੋਲਡਰਾ ਫੋਟੋਸ਼ਾਪ ਨੂੰ ਸਟਾਰਟ ਕਰੂਗਾ ਫਿਰ ਕੋਲਡਰਾ ਨੂੰ ਫਿਰ ਉਹ ਟਾਈਪਿੰਗ ਸਟਾਰਟ ਕਰੂਗਾ ਇਹ ਕੰਮ ਜਿਹੜਾ ਹੈਗਾ ਕੰਟਰੋਲ ਯੂਨਿਟ ਦਾ ਕੰਮ ਠੀਕ ਹੈ ਸੀਯੂ ਦਾ ਅੱਗੇ ਟਾਈਪ ਆਫ ਸੀਪੀਯੂ ਸੀਪੀਯੂ ਟਾਈਪ ਜਿਹੜੇ ਹੈਗੇ ਆ ਸਭ ਤੋਂ ਪਹਿਲਾਂ ਸਿੰਗਲ ਕੋਰ ਹੁੰਦਾ ਸੀਗਾ ਇਹ ਫੋਟੋ ਦੇ ਵਿੱਚ ਦੇਖੋ ਤੁਹਾਨੂੰ ਸਾਰਾ ਸਮਝ ਆਇਆ ਨਾ ਸਭ ਤੋਂ ਪਹਿਲਾਂ ਸਿੰਗਲ ਕੋਰ ਹੁੰਦਾ ਸੀਗਾ ਫਿਰ ਡਬਲ ਹੋ ਗਿਆ ਤਾਂ ਡਿਊਲ ਕੋਰ ਹੋ ਗਿਆ ਫਿਰ ਕੋਡ ਕੋਰ ਮਤਲਬ ਚਾਰ ਹੋ ਗਏ ਹੈਕਸਾ ਕੋਰ ਮਤਲਬ ਤੁਹਾਨੂੰ ਯਾਦ ਬਣਾਉਣਾ ਕਿਹੜੇ ਵਿੱਚ ਕਿਹੜੇ ਕਿਹੜੇ ਕਿੰਨੇ ਕਿੰਨੇ ਸੀਪੀਯੂ ਲੱਗੇ ਆ ਡਿਊਲ ਕੋਰ ਦੇ ਵਿੱਚ ਦੋ ਹੈ ਕੋਡ ਕੋਰ ਦੇ ਚਾਰ ਹੈ ਹੈਕਸਾ ਦੇ ਛੇ ਹੈ ਓਕਟਾ ਦੇ ਵਿੱਚ ਅੱਠ ਹੈ ਤੇ ਡੈਕਾ ਦੇ ਵਿੱਚ ਦਸ ਹੈ ਇਹ ਯਾਦ ਰੱਖੋ ਠੀਕ ਹੈ ਨਹੀਂ ਕੋਈ ਵੀ ਕੁਐਸਚਨ ਆ ਸਕਦਾ ਜਿੱਦਾਂ ਦਾ ਮਰਜ਼ੀ ਅੱਗੇ ਮੈਮਰੀ ਯੂਨਿਟ ਹੈ ਮੈਮਰੀ ਯੂਨਿਟ ਤਾਂ ਮੈਂ ਦੱਸਤਾ ਆ ਕਿ ਜਿਹੜਾ ਕੰਪਿਊਟਰ ਦੇ ਡਾਟਾ ਸਟੋਰ ਹੁੰਦਾ ਉਹਨੂੰ ਮੈਮਰੀ ਯੂਨਿਟ ਕਹਿੰਦੇ ਆ ਇਹ ਜਿਹੜਾ ਮੇਨ ਮੈਮਰੀ ਪ੍ਰਾਇਮਰੀ ਮੈਮਰੀ ਇੰਟਰਨਲ ਮੈਮਰੀ ਹੁੰਦੀ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਰੈਮ ਰੋਮ ਸੀਮੋਸ ਐਂਡ ਫਲੈਸ਼ ਸੀਮੋਸ ਮੈਮਰੀ ਕਿਹੜੀ ਹੁੰਦੀ ਹੈ ਐਗਜ਼ਾਮਪਲ ਤੌਰ ਤੇ ਸਾਡੀ ਘੜੀਆਂ ਜਿਹੜੀਆਂ ਹੁੰਦੀ ਹੈ ਘੜੀ 'ਚ ਸੈੱਲ ਹੁੰਦਾ ਜੋ ਟਾਈਮ ਵਗੈਰਾ ਨੂੰ ਕੰਪਿਊਟਰ ਦੇ ਵਿੱਚ ਸੇਮ ਸੈੱਲ ਹੁੰਦਾ ਪਰ ਉਹ ਥੋੜ੍ਹਾ ਸਾਈਜ਼ ਵੱਡਾ ਹੁੰਦਾ ਐਗਜ਼ਾਮਪਲ ਤੋਂ ਇੰਨਾ ਵੱਡਾ ਸੈੱਲ ਹੁੰਦਾ ਜਿੰਨਾ ਕੀ ਹੈਗਾ ਟਾਈਪ ਆਫ ਸੀਪੀਯੂ ਇੰਨਾ ਸਰਕਲ ਹੈ ਇੰਨਾ ਵੱਡਾ ਸੈੱਲ ਕੰਪਿਊਟਰ 'ਚ ਪਿਆ ਹੁੰਦਾ ਉਹਨੂੰ ਕਹਿੰਦੇ ਸੀਮੋਸ ਸੈੱਲ ਕੰਪਿਊਟਰ ਦੀ ਜਿਹੜੀ ਸੈਟਿੰਗ ਹੈ ਉਹ ਸੀਮੋਸ ਸੈੱਲ ਦੇ ਵਿੱਚ ਹੁੰਦੀ ਕਲੀਅਰ ਹੈ ਉਸ ਤੋਂ ਬਾਅਦ ਫਲੈਸ਼ ਐਂਡ ਫਲੈਸ਼ ਜਿਹੜਾ ਹੈਗਾ ਜਿਹੜਾ ਆਪਾਂ ਡਾਟਾ ਇੱਧਰੋਂ ਉੱਧਰੋਂ ਟ੍ਰਾਂਸਫਰ ਕਰਦੇ ਹਾਂ ਫਲੈਸ਼ ਡਰਾਈਵ ਦੇ ਨਾਲ ਉਹਨੂੰ ਫਲੈਸ਼ ਕਿਹਾ ਗਿਆ ਉਸ ਤੋਂ ਕੰਟਰੋਲ ਯੂਨਿਟ ਹੈ ਕੰਟਰੋਲ ਯੂਨਿਟ ਤੁਹਾਨੂੰ ਮੈਂ ਦੱਸ ਚੁੱਕਾ ਇਹਦੇ ਵਿੱਚ ਜਿਹੜਾ ਹੈਗਾ ਏ ਐਲ ਯੂ ਅਤੇ ਇਨਪੁਟ ਆਊਟਪੁੱਟ ਜਿਹੜਾ ਹੈਗਾ ਚੱਲਦਾ ਏ ਐਲ ਯੂ ਜਿਹੜਾ ਹੈਗਾ ਆਰਥਮੈਟਿਕ ਐਂਡ ਲੌਜਿਕ ਯੂਨਿਟ ਹੋ ਗਿਆ ਇਹ ਤੁਹਾਨੂੰ ਦੱਸਦਾ ਮੈਂ ਆਰਥਮੈਟਿਕ ਕਿਹਨੂੰ ਕਹਿੰਦੇ ਆ ਮੈਥਮੈਟਿਕ ਹੋ ਗਿਆ ਦੋ ਅਤੇ ਦੋ ਚਾਰ ਅਤੇ ਆਰਥਮੈਟਿਕ ਹੋ ਗਿਆ ਸਮ ਦਾ ਫਾਰਮੂਲਾ ਅਤੇ ਸਟੈਟਿਕ ਹੋ ਗਿਆ ਜਿਹੜਾ ਲੌਜੀਕਲ ਹੋ ਗਿਆ ਜਿਹੜਾ ਟਰੂ ਐਂਡ ਫਾਲਸ ਹੋ ਗਿਆ ਅੱਗੇ ਆ ਗਿਆ ਉਹ ਆਪਣਾ ਆਊਟਪੁੱਟ ਆਊਟਪੁੱਟ ਦੇ ਵਿੱਚ ਕੀ ਹੁੰਦਾ ਉਹ ਪ੍ਰੋਗਰਾਮ ਡਿਵਾਈਸ ਜਿਹੜਾ ਇਹਦਾ ਰਿਜ਼ਲਟ ਦਿਖਾਵੇ ਉਹਨੂੰ ਆਊਟਪੁੱਟ ਡਿਵਾਈਸ ਕਹਿੰਦੇ ਆ ਜਿੱਦਾਂ ਕਿ ਐਲ ਈ ਡੀ ਹੋ ਗਿਆ ਪ੍ਰਿੰਟਰ ਹੋ ਗਿਆ ਜਾਂ ਆਪਣੇ ਸਪੀਕਰ ਹੋ ਗਿਆ ਇਹ ਆਪਣੀ ਆਊਟਪੁੱਟ ਡਿਵਾਈਸ ਕਲੀਅਰ ਹੈ ਨੈਕਸਟ ਪੜ੍ਹਦੇ ਹਾਂ ਕਿ ਅੱਗੇ ਆ ਗਿਆ ਕੰਪਿਊਟਰ ਦੀ ਵਿਸ਼ੇਸ਼ਤਾਵਾਂ ਕੰਪਿਊਟਰ ਆਖਿਰਕਾਰ ਯੂਜ਼ ਹੋ ਰਿਹਾ ਕੰਪਿਊਟਰ ਇਸਤੇਮਾਲ ਹੋ ਰਿਹਾ ਤਾਂ ਕੰਪਿਊਟਰ ਕਿਉਂ ਇਸਤੇਮਾਲ ਹੋ ਰਿਹਾ ਉਹਦਾ ਸਭ ਤੋਂ ਵੱਡਾ ਰੀਜ਼ਨ ਹੈਗਾ ਸਪੀਡ ਕੰਪਿਊਟਰ ਦੇ ਵਿੱਚ ਆਪਾਂ ਜਿਹੜਾ ਹੈਗਾ ਸਪੀਡ ਦੇ ਨਾਲ ਕੰਮ ਕਰ ਸਕਦੇ ਹਾਂ ਜੋ ਹਿਊਮਨ ਬੀਇੰਗ ਜਿਹੜੀ ਕੈਲਕੂਲੇਸ਼ਨ ਨੂੰ ਮਹੀਨਾ ਲਗਾ ਦੇਵੇ ਛੇ ਮਹੀਨੇ ਲਗਾ ਦੇਵੇ ਕੰਪਿਊਟਰ ਜਸਟ ਸਕਿੰਟ ਦੇ ਵਿੱਚ ਜਿਹੜਾ ਉਹ ਕੈਲਕੂਲੇਸ਼ਨ ਕਰ ਸਕਦਾ ਸਪੀਡ ਕਰਕੇ ਕੰਪਿਊਟਰ ਇਸਤੇਮਾਲ ਹੁੰਦਾ ਐਕੋਰੇਸੀ ਕੰਪਿਊਟਰ ਦੇ ਆਪਾਂ ਆਨਸਰ ਤੇ ਕੰਪਿਊਟਰ ਦੇ ਆਨਸਰ ਤੇ ਆਪਾਂ ਸੰਦੇਹ ਨਹੀਂ ਕਰ ਸਕਦੇ ਡਾਊਟ ਨਹੀਂ ਕਰ ਸਕਦੇ ਕਿਉਂ ਇਹ ਐਕੋਰੇਟ ਮਸ਼ੀਨ ਹੈ ਜੇ ਕੰਪਿਊਟਰ ਨੂੰ ਆਪਾਂ ਕਹਾਂਗੇ ਦੋ ਅਤੇ ਦੋ ਕਿੰਨੇ ਹੁੰਦੇ ਆ ਹਿਊਮਨ ਬੀਇੰਗ ਪੰਜ ਕਹਿ ਸਕਦਾ ਕੰਪਿਊਟਰ ਚਾਰ ਹੀ ਹੁੰਦੇ ਇਸ ਕਰਕੇ ਕੰਪਿਊਟਰ ਜਿਹੜੇ ਐਕੋਰੇਟ ਮਸ਼ੀਨ ਹੈ ਡਿਲੀਜੈਂਸ ਕੀ ਹੁੰਦਾ ਕੰਪਿਊਟਰ ਜਿਹੜਾ ਹੈਗਾ ਨਾ ਤਾਂ ਥੱਕਦਾ ਨਾ ਕੰਮ ਕਰਦੇ ਕਰਦੇ ਥੱਕਣ ਤੋਂ ਬਾਅਦ ਗਲਤ ਅਨਸਰ ਦਿੰਦਾ ਕੰਪਿਊਟਰ ਜਿਹੜਾ ਹੈਗਾ ਜਿੰਨਾ ਮਰਜ਼ੀ ਕੰਮ ਕਰਾਓ ਉਹ ਡਿਲੀਜੈਂਸ ਮਤਲਬ ਲਗਾਤਾਰ ਕੰਮ ਕਰਦਾ ਰਹਿੰਦਾ ਬਿਨਾਂ ਥੱਕੇ ਬਿਨਾਂ ਰੁਕੇ ਅਤੇ ਬਿਨਾਂ ਵਾਸਤੇ ਲਏ ਜਿਵੇਂ ਆਪਾਂ ਅੱਧੇ ਘੰਟੇ ਬਾਅਦ ਸਾਰੇ ਨਸੇ ਨਾ ਗੱਲਾਂ ਸਾਰੇ ਕਰਦਾ ਪਰ ਕੰਪਿਊਟਰ ਇੱਦਾਂ ਨਹੀਂ ਕਰ ਉਸ ਤੋਂ ਬਾਅਦ ਆ ਗਿਆ ਆਪਣਾ ਵਸਪਰਾਈਟ ਮਸ਼ੀਨ ਕੰਪਿਊਟਰ ਇੱਕ ਟਾਈਮ 'ਤੇ ਜ਼ਿਆਦਾ ਕੰਮ ਕਰਦਾ ਇਗਜ਼ਾਮਪਲ ਤੌਰ 'ਤੇ ਇਨਸਾਨ ਨੂੰ ਆਪਾਂ ਇੱਕ ਟਾਈਮ ਤੱਕ ਕਹੀਏ ਕਿ ਬਾਈ ਇਹ ਕਰਦੇ ਇਹ ਕਰਦੇ ਕਰਦੇ ਹੁੰਦੇ ਮੈਂ ਦੋ ਹੀ ਹੱਥ ਪਰ ਕੰਪਿਊਟਰ ਦੇ ਵਿੱਚ ਆਪਾਂ ਕੀ ਕਰਦੇ ਹਾਂ ਜਦੋਂ ਆਪਾਂ ਗਾਣੇ ਸੁਣਦੇ ਪਏ ਨਾਲ ਆਪਾਂ ਗੇਮ ਵੀ ਖੇਡ ਸਕਦੇ ਨਾਲ ਡਾਊਨਲੋਡਿੰਗ ਕਰ ਸਕਦੇ ਨਾਲ ਪ੍ਰਿੰਟ ਦੀ ਕਮਾਂਡ ਦੇ ਸਕਦੇ ਹਾਂ ਇੱਕੋ ਟਾਈਮ 'ਤੇ ਆਪਾਂ ਮਲਟੀਟਾਸਕਿੰਗ ਕਰਾ ਸਕਦੇ ਕੰਪਿਊਟਰ ਜਿਹੜਾ ਮਰਜ਼ੀ ਕੰਮ ਕਰਾਓ ਤਾਂ ਕੰਪਿਊਟਰ ਟਾਈਮ 'ਤੇ ਕਈ ਕੰਮ ਕਰਨ ਵਾਲੀ ਮਸ਼ੀਨ ਹੈ ਪਾਵਰ ਆਫ ਰਿਮੈਂਬਰਿੰਗ ਕੰਪਿਊਟਰ ਦੇ ਵਿੱਚ ਜੋ ਡਾਟਾ ਆਪਾਂ ਸਟੋਰ ਕਰਕੇ ਰੱਖਦੇ ਹਾਂ ਇਹ ਆਲਵੇਜ਼ ਜਿਹੜਾ ਹੈ ਆਪਣੇ ਅੰਦਰ ਸਟੋਰ ਕਰਕੇ ਰੱਖਦਾ
ਉਹ ਸਟੋਰੇਜ ਦੇ ਕਰਕੇ ਕੀ ਹੁੰਦਾ ਕੰਪਿਊਟਰ ਕਦੇ ਭੁੱਲਦਾ ਨਹੀਂ ਹੈ ਇਨਸਾਨ ਨੂੰ ਵੀ 10 ਸਾਲ ਪਹਿਲਾਂ ਜਿਹੜਾ ਹੋਇਆ ਸੀ ਉਹ 2 ਮਿੰਟ 2 ਮਿੰਟ ਕੀ ਹੋਇਆ ਸੀ ਯਾਦ ਕਰ ਤਾਂ ਉਹਨੂੰ ਜਿਹੜਾ ਅੱਧਾ ਯਾਦ ਰਹੂਗਾ ਅਫਰੀਕਾ ਵਿੱਚ ਨਹੀਂ ਹੈ ਕੰਪਿਊਟਰ ਦੇ ਵਿੱਚ ਭਾਵੇਂ ਜਿਹੜੀ ਇਨਸਾਨ ਦੀ ਮਰਜ਼ੀ ਫਾਈਲ ਕੱਢ ਦਿਓ ਜੇ ਕਿਸੇ ਹੋਰ ਨੇ ਡਿਲੀਟ ਨਹੀਂ ਕੀਤੀ ਤਾਂ ਉਹ ਫਾਈਲ ਆਲਵੇਸ ਪਈ ਰਹਿਣੀ ਉਸੇ ਕੰਡੀਸ਼ਨ ਦੇ ਵਿੱਚ ਤਾਂ ਹਮੇਸ਼ਾ ਜਿਹੜਾ ਹੈਗਾ ਇਹਦਾ ਮੇਨ ਜਿਹੜਾ ਫੀਚਰ ਹੈਗਾ ਆਏਗਾ ਰਿਮੈਂਬਰਿੰਗ ਦਾ ਨੋ ਆਈ ਕਿਊ ਕੰਪਿਊਟਰ ਜਿਹੜਾ ਹੈਗਾ ਕੋਈ ਆਈ ਕਿਊ ਨਹੀਂ ਹੈ ਜੇ ਆਪਾਂ ਕੰਪਿਊਟਰ ਤੋਂ ਕੋਈ ਸਲਾਹ ਮੰਗੀਏ ਤਾਂ ਕੰਪਿਊਟਰ ਸਾਨੂੰ ਸਲਾਹ ਨਹੀਂ ਦੇ ਸਕਦਾ ਵੱਧ ਤੋਂ ਵੱਧ ਸਿਰਫ ਜੋ ਜੇ ਪ੍ਰੋਗਰਾਮਿੰਗ ਕੀਤੀ ਹੈ ਉਸਦੇ ਅਕੋਰਡਿੰਗ ਗੱਲ ਕਰ ਸਕਦਾ ਉਹ ਕਿਸੇ ਤੇ ਦਾਖਲ ਨਹੀਂ ਕਰ ਸਕਦਾ ਤਾਂ ਉਹਦਾ ਆਪਣਾ ਕੋਈ ਆਈ ਕਿਊ ਨਹੀਂ ਹੈਗਾ ਨੋ ਫੀਲਿੰਗ ਕੰਪਿਊਟਰ ਦੀ ਜਿਹੜੀ ਹੈਗੀ ਹੈ ਕੋਈ ਫੀਲਿੰਗ ਨਹੀਂ ਹੈਗੀ ਕੰਪਿਊਟਰ ਖੱਟਾ ਖੱਟਾ ਠੰਡਾ ਗਰਮ ਕੋਈ ਵੀ ਚੀਜ਼ ਨਹੀਂ ਜਿਹੜਾ ਹੈਗਾ ਦੱਸ ਸਕਦਾ ਇਹਨੂੰ ਕੋਈ ਫੀਲਿੰਗ ਨਹੀਂ ਹੈਗੀ ਸਟੋਰੇਜ ਕੰਪਿਊਟਰ ਦਾ ਜਿਹੜਾ ਹੈਗਾ ਡਾਟਾ ਲਾਰਜ ਅਮਾਉਂਟ ਆਫ ਡਾਟਾ ਪਹਿਲਾਂ ਕੀ ਹੁੰਦਾ ਸੀ ਗੌਰਮੈਂਟ ਸੈਕਟਰ ਹੈ ਕਿਸੇ ਸੈਕਟਰ ਦੇ ਵਿੱਚ ਜਾਂ ਫਾਈਲ ਸਟੋਰ ਰੂਮ ਹੁੰਦੇ ਸੀ ਜਿਹਦਾ ਹਰ ਰਿਕਾਰਡ ਜਿਹੜਾ ਕਾਪੀ ਜਾਂ ਡਿਜੀਟਲ ਦੇ ਉੱਤੇ ਹੁੰਦਾ ਸੀਗਾ ਰਜਿਸਟਰੀਆਂ ਵਗੈਰਾ ਅੱਜ ਕੱਲ੍ਹ ਕੀ ਹੋ ਗਿਆ ਸਾਰਾ ਕੰਮ ਆਨਲਾਈਨ ਹੋ ਗਿਆ ਆਪਣੇ ਪੈਨ ਕਾਰਡ ਆਧਾਰ ਕਾਰਡ ਵੋਟਰ ਕਾਰਡ ਜਿੰਨਾ ਵੀ ਸਾਰਾ ਡਾਟਾ ਹੈਗਾ ਉਹ ਅਸੀਂ ਆਨਲਾਈਨ ਰੱਖਦੇ ਹੁੰਦੇ ਹਾਂ ਆਨਲਾਈਨ ਰੱਖਦਾ ਕੰਪਿਊਟਰ 'ਚ ਸੇਵ ਕਰਕੇ ਰੱਖ ਲਓ ਇੱਕੋ ਹੀ ਗੱਲ ਹੈ ਤਾਂ ਸਟੋਰੇਜ ਬਹੁਤ ਹੀ ਫਾਇਦੇਮੰਦ ਹੈ ਕੰਪਿਊਟਰ ਦੀ ਉਸ ਤੋਂ ਐਪਲੀਕੇਸ਼ਨ ਕੰਪਿਊਟਰ ਕਿੱਥੇ ਕਿੱਥੇ ਜਿਹੜਾ ਹੈਗਾ ਐਪਲੀਕੈਂਟ ਹੋ ਰਿਹਾ ਕਿਤੇ ਕਿਤੇ ਇਸਤੇਮਾਲ ਹੋ ਰਿਹਾ ਸਭ ਤੋਂ ਪਹਿਲਾਂ ਹੋਮ ਘਰਾਂ ਦੇ ਵਿੱਚ ਕਿਵੇਂ ਆਪਾਂ ਯੂਜ਼ ਕਰਦੇ ਹਾਂ ਕੰਪਿਊਟਰ ਨੂੰ ਜਿੱਦਾਂ ਕਿ ਆਪਾਂ ਘਰਾਂ ਦੇ ਵਿੱਚ ਗੇਮਾਂ ਖੇਡਦੇ ਪਏ ਹਾਂ ਗਾਣੇ ਸੁਣਦੇ ਪਏ ਹਾਂ ਮਿਕਸਿੰਗ ਕਰਦੇ ਪਏ ਹਾਂ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਆਪਾਂ ਰਿਕਾਰਡ ਤਿਆਰ ਕਰਦੇ ਪਏ ਹਾਂ ਤਾਂ ਉਹ ਜਿਹੜਾ ਹੈਗਾ ਘਰਾਂ ਦੇ ਵਿੱਚ ਇਸਤੇਮਾਲ ਹੋ ਰਿਹਾ ਕੰਪਿਊਟਰ ਅੱਗੇ ਮੈਡੀਕਲ ਫੀਲਡ ਦੇ ਵਿੱਚ ਕਿਵੇਂ ਇਗਜ਼ਾਮਪਲ ਦੇ ਤੌਰ 'ਤੇ ਕੋਈ ਪੇਸ਼ੈਂਟ ਹੈ ਉਹਦਾ ਪੂਰਾ ਰਿਪੋਰਟ ਦਵਾਈ ਦਾ ਰੱਖਣਾ ਕੰਪਿਊਟਰ ਦਾ ਕੰਮ ਕਰਨਾ ਉਸ ਤੋਂ ਬਾਅਦ ਜਿਹੜੀ ਮਸ਼ੀਨਾਂ ਨੇ ਅਲਟਰਾਸਾਊਂਡ ਹੋ ਗਿਆ ਸੀ ਟੀ ਮਸ਼ੀਨ ਹੋ ਗਿਆ ਸੀ ਟੀ ਸਕੈਨ ਹੋ ਗਿਆ ਐਕਸਰੇ ਹੋ ਗਏ ਇਹ ਸਾਰੇ ਕੰਪਿਊਟਰਾਈਜ਼ ਮਸ਼ੀਨਾਂ ਨੇ ਹਸਪਤਾਲਾਂ ਦੇ ਵਿੱਚ ਯੂਜ਼ ਹੋ ਰਹੀਆਂ ਨੇ ਅੱਗੇ ਆ ਗਿਆ ਐਂਟਰਟੇਨਮੈਂਟ ਐਂਟਰਟੇਨਮੈਂਟ ਦੇ ਵਿੱਚ ਕੀ ਹੈਗਾ ਕੰਪਿਊਟਰ ਦੇ ਵਿੱਚ ਅੱਜ ਕੱਲ੍ਹ ਜ਼ਰੂਰੀ ਨਹੀਂ ਹੈਗਾ ਕਿ ਸਾਨੂੰ ਰੀਅਲ ਦੇ ਵਿੱਚ ਕੋਈ ਵਜਾਉਣਾ ਜਿਵੇਂ ਬੈਂਡ ਜਾਂ ਕੋਈ ਇੰਸਟਰੂਮੈਂਟ ਜਿਹੜਾ ਹੈਗਾ ਉਹ ਰੀਅਲ ਦੇ ਵਿੱਚ ਵਜਾਉਣਾ ਆਵੇ ਆਪਾਂ ਬਿਨਾਂ ਕਿਸੇ ਇੰਸਟਰੂਮੈਂਟ ਦੇ ਵੀ ਕੰਪਿਊਟਰ ਦੇ ਵਿੱਚ ਕੋਈ ਵੀ ਚੀਜ਼ ਆਪਾਂ ਤਿਆਰ ਕਰ ਸਕਦੇ ਹਾਂ ਇਗਜ਼ਾਮਪਲ ਤੌਰ 'ਤੇ ਜਿਹੜੀ ਐਨੀਮੇਟਡ ਫਿਲਮਾਂ ਵਗੈਰਾ ਦੇਖਦੇ ਹਾਂ ਉਹ ਸਾਰਾ ਕੰਮ ਜਿਹੜਾ ਗ੍ਰਾਫਿਕ ਦਾ ਕੰਮ ਹੁੰਦਾ ਜਾਂ ਫਿਰ ਐਨੀਮੇਸ਼ਨ ਦਾ ਕੰਮ ਹੁੰਦਾ ਕੰਪਿਊਟਰਾਈਜ਼ ਹੁੰਦਾ ਜਿਹੜੀ ਕਾਰਟੂਨ ਵਗੈਰਾ ਚੱਲ ਜਾਂਦੇ ਆ ਅੱਜ ਕੱਲ੍ਹ ਸਾਰਾ ਕੰਮ ਜਿਹੜਾ ਐਂਟਰਟੇਨਮੈਂਟ ਦਾ ਫਿਲਮਾਂ ਵਗੈਰਾ ਜਿਹੜੀ ਬਣਦੀ ਹੈ ਉਹ ਇਹਦੇ ਨਾਲ ਹੀ ਬਣਦੀਆਂ ਨੇ ਉਸ ਤੋਂ ਇੰਡਸਟਰੀ ਕੋਈ ਵੀ ਹੈ ਕਿਸੇ ਵੀ ਤਰ੍ਹਾਂ ਦੀ ਇੰਡਸਟਰੀ ਹੈ ਉਹ ਸਾਰੇ ਕੰਪਿਊਟਰ 'ਤੇ ਹੀ ਬੇਸ ਕਰਦੀ ਪਈ ਹੈ ਸਾਰੇ ਕੰਮ ਜਿਹੜੇ ਹੈਗੇ ਇੰਡਸਟਰੀ ਦੇ ਇਹਦੇ ਵਿੱਚ ਹੀ ਹੋ ਰਿਹਾ ਅੱਗੇ ਹੈਗਾ ਐਜੂਕੇਸ਼ਨ ਹੁਣ ਐਜੂਕੇਸ਼ਨ ਮੈਂ ਤੁਹਾਨੂੰ ਦੱਸਿਆ ਕਿ ਕੰਪਿਊਟਰ ਤੁਸੀਂ ਮੋਬਾਈਲ ਦੇ ਨਾਲ ਪੂਰਾ ਟਰੇਸ ਕਰ ਸਕਦੇ ਹੋ ਟਰਾਂਸਲੇਟ ਕਰ ਸਕਦੇ ਹੋ ਹਾਂਜੀ ਉਸ ਤੋਂ ਬਾਅਦ ਹੁਣ ਐਗਜ਼ਾਮਪਲ ਸਾਡੇ ਸਕੂਲ ਕਾਲਜ ਸਭ ਬੰਦ ਸੀਗੇ ਤਾਂ ਆਪਾਂ ਸਾਰੀ ਜਿਹੜੀ ਪੜ੍ਹਾਈ ਹੈ ਉਹ ਕਿੰਨੇ ਨਾਲ ਕੀਤੀ ਸੀਗੀ ਮੋਬਾਈਲ ਦੇ ਨਾਲ ਸਰ ਕਹਿ ਰਹੇ ਹੋ ਕਿ ਹਜੇ ਲੱਗ ਜਾਣਾ ਘੰਟਾ ਇੱਕ ਘੰਟੇ ਬਾਅਦ ਆ ਉਸ ਤੋਂ ਬਾਅਦ ਆਪਾਂ ਜਿਹੜਾ ਲੋਕਡਾਊਨ ਦੇ ਵਿੱਚ ਪੜ੍ਹਾਈ ਜਿਹੜੀ ਕੀਤੀ ਹੈ ਘਰ ਬਹਿ ਕੇ ਕੀਤੀ ਹੈ ਤਾਂ ਕੰਪਿਊਟਰ ਦੇ ਮੋਬਾਈਲ ਕੋਈ ਅਲੱਗ ਅਲੱਗ ਚੀਜ਼ ਨਹੀਂ ਹੈ ਮੋਬਾਈਲ ਹੀ ਕੰਪਿਊਟਰ ਹੈ ਕੰਪਿਊਟਰ ਹੀ ਮੋਬਾਈਲ ਠੀਕ ਹੈ ਉਸ ਤੋਂ ਬਾਅਦ ਗੌਰਮੈਂਟ ਮੈਂ ਤੁਹਾਨੂੰ ਪਹਿਲਾਂ ਦੱਸੂ ਗੌਰਮੈਂਟ ਦੇ ਜਿੰਨੇ ਵੀ ਕੰਮ ਹੈ ਉਹ ਸਾਰੇ ਕੰਪਿਊਟਰਾਈਜ਼ ਹੈ ਠੀਕ ਹੈ ਕਿ ਨਹੀਂ ਆਧਾਰ ਕਾਰਡ ਵੋਟਰ ਕਾਰਡ ਇਹ ਸਾਰਾ ਕੁਝ ਉਸ ਤੋਂ ਬਾਅਦ ਆਪਣੇ ਬਿਜ਼ਨਸ ਦੇ ਵਿੱਚ ਤਾਂ ਕੰਪਿਊਟਰ ਯੂਜ਼ ਹੋ ਹੀ ਰਿਹਾ ਤੁਹਾਨੂੰ ਦੱਸਦਾ ਭਾਵੇਂ ਉਹ ਸਟੋਕ ਮਾਰਕੀਟ ਹੋਵੇ ਭਾਵੇਂ ਸਾਡਾ ਡਿਪਾਰਟਮੈਂਟ ਹੋਵੇ ਕੁਝ ਵੀ ਹੋਵੇ ਅੱਗੇ ਟ੍ਰੇਨਿੰਗ ਹੈ ਟ੍ਰੇਨਿੰਗ ਦੇ ਵਿੱਚ ਕੀ ਹੈ ਉਹਨਾਂ ਦੱਸ ਸਕਦੇ ਜਿਹੜੀ ਵੀ ਟ੍ਰੇਨਿੰਗ ਲੈਣੀ ਹੈ ਵੀ ਕੰਪਿਊਟਰ 'ਤੇ ਟ੍ਰੇਨਿੰਗ ਲੈ ਲਓ ਕੰਪਿਊਟਰ ਟ੍ਰੇਨਿੰਗ ਲੈਣ ਦਾ ਮਤਲਬ ਕੀ ਹੈਗਾ ਕਿ ਤੁਹਾਨੂੰ ਇਗਜ਼ਾਮਪਲ ਤੌਰ 'ਤੇ ਤੁਸੀਂ ਫਾਈਲ ਪੜ੍ਹਨੀ ਹੈ ਅਤੇ ਹੈੱਡ ਆਫਿਸ ਵਾਲੇ ਕਹੇ ਸਾਰੇ ਸੈਂਟਰਾਂ ਦੇ ਬੱਚੇ ਜਿਹੜੇ ਹੈਗੇ ਆ ਉੱਥੇ ਆ ਗਏ ਹੈੱਡ ਆਫਿਸ ਤਾਂ ਉਹਨਾਂ ਨੂੰ ਕੀ ਗਾ 3000 ਬੱਚੇ ਨੂੰ ਬਿਠਾਉਣ ਦੇ ਲਈ ਕੋਈ ਪੈਲਸ ਵਗੈਰਾ ਕਰਨਾ ਪੈਣਾ ਹੈ ਗਰਾਊਂਡ ਕਰਨਾ ਪੈਣਾ ਉੱਥੇ ਸਾਰਾ ਕੁਝ ਦੇ ਮਤਲਬ ਕਿੰਨਾ ਖਰਚਾ ਕਰਨਾ ਪੈਣਾ ਪਰ ਉਹਨਾਂ ਨੇ ਕੀ ਕੀਤਾ ਟ੍ਰੇਨਿੰਗ ਦੇ ਲਈ ਵੀਡੀਓ ਬਣਾਈ ਉਸ ਵੀਡੀਓ ਨੂੰ ਕੀ ਕੀਤਾ ਯੂਟਿਊਬ ਤੇ ਪਾ ਤੁਸੀਂ ਘਰ ਬੈਠੇ ਟ੍ਰੇਨਿੰਗ ਲੈ ਸਕਦੇ ਹੋ ਠੀਕ ਨਹੀਂ ਹੈ ਉਸ ਤੋਂ ਬਾਅਦ ਆਰਟਸ ਕੀ ਹੋਊਗਾ ਆਰਟ ਵਗੈਰਾ ਜੋ ਵੀ ਆਰਟ ਕਰਦੇ ਹੋ ਕੋਈ ਆਪਣਾ ਪੇਂਟਿੰਗ ਵਗੈਰਾ ਕਰਦੇ ਹੋ ਕੰਪਿਊਟਰ ਦਾ ਸਾਰਾ ਕੰਮ ਪੋਸੀਬਲ ਹੋ ਗਿਆ ਸਾਇੰਸ ਐਂਡ ਇੰਜੀਨੀਅਰਿੰਗ ਅਤੇ ਸਾਇੰਸ ਦੇ ਵਿੱਚ ਜਿਹੜਾ ਹੈਗਾ ਕੰਪਿਊਟਰ ਯੂਜ਼ ਹੋ ਰਿਹਾ ਹਰ ਜਿਹੜੀ ਚੀਜ਼ ਬਣਦੀ ਹੈ ਫਾਰਮੂਲਾ ਦੇ ਆਉਂਦਾ ਹੈ ਜਾਂ ਮੈਡੀਸਨ ਬਣਦੀ ਹੈ ਕੋਈ ਵੀ ਚੀਜ਼ ਹੈਗੀ ਹੈ ਉਹ ਸਭ ਤੋਂ ਪਹਿਲਾਂ ਕੰਪਿਊਟਰ ਦਾ ਟੈਸਟ ਹੁੰਦੀ ਹੈ ਉਸ ਤੋਂ ਬਾਅਦ ਰਿਜ਼ਲਟ ਆਉਂਦਾ ਫਿਰ ਹਿਊਮਨ ਬੀਇੰਗ ਵਗੈਰਾ ਦੇ ਕਰਦੇ ਪੇਸ਼ੈਂਟ ਨੂੰ ਉਸ ਤੋਂ ਇੰਜੀਨੀਅਰਿੰਗ ਅੱਜ ਕੱਲ੍ਹ ਜਿੰਨੇ ਵੀ ਨੇ ਪੁਰਾਣੇ ਜਿਹੜੇ ਕਲੋਨੀਆਂ ਬਸ ਚੁੱਕੀਆਂ ਨੇ ਪੁਰਾਣੇ ਗਾਓਂ ਜਾਂ ਪੁਰਾਣੇ ਪਿੰਡ ਜਿਹੜੇ ਬਸ ਚੁੱਕੇ ਨੇ ਉਹ ਬਸ ਚੁੱਕੇ ਨੇ ਹੁਣ ਜਿਹੜੇ ਕਲੋਨੀਆਂ ਬਸਦੀਆਂ ਨੇ ਉਹ ਜਿਹੜਾ ਹੈਗਾ ਸਭ ਤੋਂ ਪਹਿਲਾਂ ਹੁੰਦਾ ਇੱਕ ਇਨਫਰਾਸਟ੍ਰਕਚਰ ਤਿਆਰ ਹੁੰਦਾ ਇੱਕ ਬੇਸ ਤਿਆਰ ਹੁੰਦਾ ਉਹ ਕਿਹਦੇ ਨਾਲ ਹੁੰਦਾ ਉਹ ਹੁੰਦਾ ਆਟੋਕੈਡ ਦੇ ਵਿੱਚ ਮਤਲਬ ਘਰ ਬਣਾਉਣਾ ਬਿਲਡਿੰਗ ਬਣਾਉਣੀ ਕਲੋਨੀ ਬਣਾਉਣੀ ਹੈ ਟਾਊਨ ਜਾਂ ਸਿਟੀ ਕੁਛ ਵੀ ਡਿਜ਼ਾਇਨ ਕਰਨਾ ਤਰੀਕੇ ਦੇ ਨਾਲ ਤਾਂ ਉਹ ਹੁੰਦਾ ਆਟੋਕੈਡ ਦੇ ਨਾਲ ਉਹ ਸਾਰਾ ਕੰਮ ਕੰਪਿਊਟਰ ਦੇ ਨਾਲ ਪੋਸੀਬਲ ਹੋ ਪਾਇਆ ਕਲੀਅਰ ਹੈ ਉਸ ਤੋਂ ਬਾਅਦ ਕੰਪਿਊਟਰ ਦੇ ਡਿਵਾਈਸਿਸ ਨੇ ਸਭ ਤੋਂ ਪਹਿਲਾਂ ਇਨਪੁੱਟ ਡਿਵਾਈਸ ਹੈ ਇਨਪੁੱਟ ਡਿਵਾਈਸ ਕੀਬੋਰਡ ਹੈ ਮਾਊਸ ਹੈ ਜੋਇਸਟਿਕ ਹੈ ਲਾਈਟ ਪੈਨ ਹੈ ਟ੍ਰੈਕ ਬੋਲ ਹੈ ਮਾਈਕ੍ਰੋਫੋਨ ਹੈ ਡਿਜੀਟਲ
टच स्क्रीन है, बारकोड रीडर है, वेबकैम है, बायोमेट्रिक डिवाइस है, स्टेलस हैगा। इंदे नाल हुंदा की मैं तुहानू वैसे दस देना शुरू च कि सब तो पहला कीबोर्ड है। कीबोर्ड तुहानू पता ही है बहुत इंपोर्टेंट है, ठीक है। की ऑन बोर्ड आ बन गया कीबोर्ड, ठीक है। बटना बोर्ड से लगा लिया तो इस जो कई तरह के बटन होंगे है। एक जो आप कीबोर्ड में पढ़ा इसलिए करो फंक्शन की, फंक्शन की कहे होंगे F1 तो लैके F12 तक जिन्हें भी बटन होंगे वो फंक्शन की कहलाते हैं। कंट्रोल की जिम्मे एंटर हो गया, स्पेस हो गया, शिफ्ट हो गया, ये कंट्रोल की कीज होंगे है। उस तो एरो की जो लैफ्ट राइट डाउन अप जो एरो बने होंगे एरो की होंगे है। कीपैड जो नंबर नंबर होंगे साइड के 0 to 9 प्लस सारा कुछ अंदर चला वो कीपैड हो गया, अपना न्यूमेरिकल बटन हो गए। इस तरीके जो कीबोर्ड है वो दो डिवाइस से आता, एक होता वायर वाला एक होता वायरलैस। जो वायर वाला है वो जी अगर हब लगे पोर्ट बनया होता वो होता USB पोर्ट, जो पेन ड्राइव वाला पोर्ट होता, पेन ड्राइव तो सारे देखी हुई है तो वह जो है USB वाला होता। उस तो बाद एक होता वायरलैस वाला, जो वायरलैस होता वो ब्लूटूथ ना जुड़िया होता, मतलब ब्लूटूथ डिवाइस आप कंप्यूटर से लगावे ब्लूटूथ डिवाइस जो अच्छे होती है कनैक्ट हो जाते हैं, आप बिना वायर तो भी 10 मीटर के एरिए आप काम कर सकते हैं, ठीक है। उसका माउस है, माउस तुम्हें पता ही है जोड़ा कि स्क्रीन के उत्ते जो कर्सर होता कर्सर जो एरो कर्सर कहते हैं उसको लैफ्ट राइट जो भी मूवमेंट करनी है वह माउस का होती है। माउस के कि काम ने, माउस के काम है मूव द कर्सर, सिलेक्ट स्क्रॉल ओपन, मतलब कुछ ओपन करनी, सिलेक्ट करनी, स्क्रॉल करनी है, ड्रैग एंड ड्रॉप होता कोई चीज चकनी से रखनी इधर उधर तक से ओवर तो मतलब होता जो आप किसी चीज से कर्सर रखते हैं और कहते हैं। उस तो बाद इसी तरीके जोड़ा है लैपटॉप यूज टच पैड एज द माउस, मतलब जो लैपटॉप के माउस होगा वह होता टच पैड, ठीक है। याद रखियो इस तरीके के क्वेश्चन बनते हैं, इस तरीके लाइन के क्वेश्चन बनते हैं। उस तो बाद जो स्मार्टफोन है, स्मार्टफोन है टैबलेट यूज टच स्क्रीन एज प्राइमरी इनपुट डिवाइस एंड द यूजर फिगर यूज एज द माउस, मतलब टच स्क्रीन तुम्हें पता ही मोबाइल चलाते हैं तो टच स्क्रीन जी है जो आप कर्सर मूव करते फिंगर के वो माउस के तौर पर कर। अगर जोस्टिक हो गया, जोस्टिक जो आप गेम खेलते हैं जरा जिन्होंने पंजाबी मुठा कहते हैं, तो जोड़ा जोस्टिक होता उनका एग्जाम्पल है कार का गेयर, जो गड्डिया में चलाते हैं गेयर बॉक्स जो लगा है सेम जो होता वह गेम के मुठा बना होता, मतलब उस तो जो अपना गेम का करैक्टर होता आप इधर लैफ्ट राइट टप और आप कर सकते हैं वो जोस्टिक होता। लाइट पेन, लाइट पेन जिनको कहते होंगे लाइट पेन हों जो पेन चो लाइट निकलती है तो उस तो सारे काम होंगे। सब तो वाला एग्जाम्पल है सैमसंग नोट, सैमसंग नोट जो है उन्होंने अलग अलग पेन दिता जाता, वो पेन च एक बटन होता बटन दबाते आप लाइट निकलती है, जोड़ा काम तुम करना लाइट पेन तो कर सकते कटिंग करनी मूव करना कुछ भी करना तो सैमसंग नोट एग्जाम्पल है। अगर ट्रैक बोर्ड की होंगे ट्रैक बोर्ड जो है घट गया, ट्रैक बोर्ड हम तुम नहीं देखते हैं हम नहीं आता, पहले जो लैपटॉप आते थे ट्रैक बोर्ड भी लगे होंगे। ट्रैक बोर्ड के की है कि करसर जो स्क्रोलिंग करसर अप डाउन कर सकते थे आप, मतलब उत्तों लैके नीचे तक जाना मतलब स्क्रोल करना तो ट्रैक बोर्ड के नाम चली जाओ वो लगातार चलता रहना। यह सब तो ज्यादा ट्रैक बोर्ड इस्तेमाल करते थे ऑटो कैड के जो नक्शे बनाते थे उन्होंने नक्शे मतलब जमीन के हिसाब से मतलब उत्तों लैके थे जाना पैदा था तो वो जी स्क्रोल जी करते ट्रैक बोर्ड के नाम करते। उस तो बाद माइक्रोफोन, माइक्रोफोन का जो है वो माइक की गल करते हैं आप, माइक जो है वो इनपुट डिवाइस है तो माइक का इस्तेमाल कितने 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 आता जिमें कंप्यूटर गेमिंग है, ऑनलाइन चैटिंग है, रिकॉर्डिंग करनी है या वॉइस रिकॉर्ड करनी है, ये चीज़ों का जो काम है वो माइक्रोफोन का किया जाता। डिजिटल कैमरा, डिजिटल कैमरा सारे भले भाती पता ही है जो कैमरे आप व्याहों देखते हैं वो डिजिटल कैमरे होते हैं। डिजिटल कैमरे के जो है LCD स्क्रीन लगी होती है जी आउटपुट भी नाम दिखाती है कि कि फोटो आप लै चुके हैं। स्कैनर, स्कैनर जो है अजकल जो है स्कैनर आप यूज करते हैं वो ये है कि मान लो अपनी बुक के पेपर आप थोड़ी देर पहले स्कैन किया फोटो खींची सी मोबाइल चाहिए पर जो कंप्यूटर से स्कैन यूज करते हैं वो एक तरह फोटोस्टेट मशीन तरह होंगे आप रखिया फोटोस्टेट मशीन का स्कैनर ही होता आप उत्ते रखते हैं उन्होंने स्कैन कर लगा तो उ चीज़ का प्रिंट कर देना, ठीक है। तो वो स्कैनर ने चार तरह के स्कैनर ने ये याद कर लियो। स्कैनर जो है एग्जाम्पल तौर पर चार इज नॉट ए स्कैनर टाइप ऑफ स्कैनर, तीन स्कैनर सही होंगे चौथा एक स्कैनर जो उन्हें गलत पाया गलत सिलेक्ट कर लिखा होगा दियर इज नॉट ए टाइप ऑफ स्कैनर।
ठीक है नॉट ए टाइप ऑफ स्कैन तां ओथे तुसी जेड़ा हैगा उस नु सेलेक्ट करो जेड़ा टाइप नहीं हैगा तां तुहानू पता होगा तीन या चार केड़े हैगे है चाहे तुसी चूज करो उस तो टच स्क्रीन है तो सारे को पता ही है जेडे आप मोबाइल के पीछे चलाते हैं कंप्यूटर भी टच स्क्रीन पे चलते हैं तो सारी मशीन ये टच स्क्रीन पे काम करती है उस तो बारकोड रीडर जेड़ा हैगा बारकोड सब तो पहला बारकोड की होता है रीडर तो बाद की गल करांगे बारकोड होता जब आप कोई प्रोडक्ट खरीदते हैं उनके पीछे एक लाइनिंग लगी होती है ब्लैक एंड वाइट लाइनिंग होती है दैट्स कॉल्ड बारकोड बारकोड को जब आप स्कैन करते हैं तो उनके नाल की होता प्रोडक्ट का नेम प्रोडक्ट की कंपनी प्रोडक्ट का प्राइस ये सारा कुछ उसके विच आ जाता कंप्यूटर के विच ठीक है तो वो बारकोड रीडर होता जब आप स्कैन करते हैं ये तुम मॉल वगैरह में आराम से देखने को मिलता है वैबकैम जिहड़े आपां कैमरे की गल कीती सी जिहड़ा साडी फोटो जिहड़ी है वो कैप्चर करता वो वैबकैम हो गया बायोमैट्रिक डिवाइस कि होंगे है जिदा कि फेस स्कैनर करना हैंड स्कैनर करना जो फिंगर वाइज जो बायोमैट्रिक डिवाइस कहते हैं जिस स्कैन करती है अगर आ गया मैगनेटिक इंक करैक्टर MICR टेक्नोलॉजी है यूज प्राइमरी टू आइडेंटिफाई एंड प्रोसेस चेक मतलब MICR की डिवाइस है कितने यूज हो रही है और ये मोस्टली चेक के होते हैं चेकबुक की होती है भी चेक करने बैंक के विच की है वो नंबर नोट नहीं करते चेक के नीचे 6 डिजिट नंबर होता वो जिहड़ी इंक यूज करते हैं मैगनेटिक इंक होती है जो कि आप मशीन के पाते हैं ऑटोमैटिकली नंबर को ट्रेस कर लेते हैं नंबर ट्रेस होते ही ब्रांच नेम वगैरह हर चीज मैनशन हो जाती है तो वो जो है MICR होता उसका नाम डिवाइस का अगे आउटपुट डिवाइस आ गया अगे आ गया आउटपुट डिवाइस जेडे कि साडे आप मतलब इनपुट तक करती है वो डिवाइस जेडी सानू रिजल्ट दिखावे वो आउटपुट डिवाइस है ताडे सामने देगा अपना मॉनिटर हो गया प्रिंटर हो गया हेडफोन कंप्यूटर स्पीकर प्रोजेक्टर GPS ते साउंड कार्ड ते वीडियो कार्ड हुण मॉनिटर तुहानू पता ही है प्रिंटर भी पता ही है हेडफोन भी पता ही है कंप्यूटर स्पीकर भी पता ही है प्रोजेक्टर पता ही होना कि दसा प्रोजेक्टर होता एग्जाम्पल सब तो वड्डा एग्जाम्पल सिनेमा हॉल ठीक है नहीं है जिंदे नाल की लाइट दे नाल प्रोजेक्टर दे नाल स्क्रीन के उत्ते फोटो बना दी जाती है दैट्स कॉल्ड प्रोजेक्टर GPS जिहड़ा अपनी लोकेशन दसदा कि आप कित्थे गए हैं हर मोबाइल दे GPS हैगा ठीक है गड्डियां जो भी GPS लगाते हैं जो कि साडी करंट लोकेशन स्पीड वगैरह हर चीज दिखा दिंदे है साउंड कार्ड ते वीडियो कार्ड ते जिहड़ा साउंड कार्ड है ते वीडियो कार्ड है जो भी साउंड नूं दिखांदा ते वीडियो नूं दिखांदा ठीक है नहीं साउंड नूं जिहड़ा आप सुन सकते हैं ते वीडियो नूं आप देख सकते हैं अगे मॉनिटर है जिहड़ा मॉनिटर इज एन आउटपुट डिवाइस resembles the television screen and use a cathode ray tube CRT to display information मतलब मॉनिटर नु जेड़ा हैगा वो हैगा कैथोड रे डिस्प्ले का जो कि आउटपुट डिवाइस है द मॉनिटर इज एसोसिएटेड विद ए कीबोर्ड फॉर ए मैनुअल इनपुट ऑफ ए करैक्टर एंड डिस्प्ले द इंफॉर्मेशन एज इट इज कीयर्ड इन इट इज आल्सो डिस्प्ले द प्रोग्राम और एप्लीकेशन आउटपुट मतलब कीबोर्ड ते माउस ਦੇ ਨਾਲ ਜੋ ਸੀ ਇਨਪੁਟ ਦਿੰਦੇ ਕੰਪਿਊਟਰ ਨੂੰ ਉਸ ਨੂੰ ਸਾਰਾ ਰਿਜ਼ਲਟ ਜਿਹੜਾ ਹੈਗਾ ਉਹ ਮੋਨੀਟਰ ਤੇ ਸ਼ੋਅ ਕਰਦਾ ਉਹਨੂੰ ਕਹਿੰਦੇ ਆ ਆਪਣਾ ਆਉਟਪੁਟ ਡਿਵਾਈਸ ਤੇ ਜਿਹੜੇ ਮੋਨੀਟਰ ਦੇ ਟਾਈਪ ਹੈਗੇ देयर आर 5 ਟਾਈਪ ਆਫ ਮੋਨੀਟਰ 5 ਤਰ੍ਹਾਂ ਦੇ ਹੁੰਦੇ ਆ LCD ਲਿਕੁਇਡ ਕ੍ਰਿਸਟਲ ਡਿਸਪਲੇ LED ਇਹਦੇ LED ਫੁੱਲ ਫਾਰਮ ਜਿਹੜੀ ਗਲਤ ਦਿੱਤੀ ਹੋਈ ਹੈ ਲਿਕੁਇਡ ਐਮਿਟਰ ਲਿਕੁਇਡ ਨੂੰ ਕੱਟ ਕੇ ਤੇ ਲਾਈਟ ਆਉਂਦਾ ਲਿਕੁਇਡ ਨੂੰ ਕੱਟ ਕੇ ਲਾਈਟ ਹੋਗਾ ਲਾਈਟ ਐਮਿਟਡ ਡਿਓਡ LED अगे OLED ऑर्गेनिक लाइट एम्बेडेड डायोड और सब का पहला की है LCD LCD की क्या है LCD का की काम होता पहला LED तो पहला जी स्क्रीन आती थी वो LCD वाली स्क्रीन LCD का मतलब लिक्विड क्रिस्टल डिवाइस तो लिक्विड मतलब कैलकुलेटर की देखिए सारे ने जो कैलकुलेटर से आप डिस्प्ले में दबते हैं तो वो ब्लू आ रही है कलर जो है उधर का तो वो चीज की लिक्विड है जो डिस्प्ले दे रहा है वो लिक्विड के नाल दे रहा है ਤੇ ਜਿਹੜੀ LED ਹੈ LED ਜਿਹੜੀ ਹੈਗੀ ਆ LCD ਨੂੰ ਹਟਾ ਕੇ ਜਿਹੜੀ ਆਈ ਹੈ LED ਉਹ ਹੋ ਗਈ ਆਪਣੀ ਲਾਈਟ ਐਮਿਟਰ ਉਹ ਲਾਈਟ ਦੇ ਨਾਲ ਜਿਹੜੀ ਹੈਗੀ ਆ ਡਿਸਪਲੇ ਬਣਾਉਂਦੀ ਹੈ ਸਾਡੇ ਮੋਬਾਈਲ ਦੀ ਜਿਹੜੀ ਸਕਰੀਨ ਹੁੰਦੀ ਹੈ ਆਪਾਂ ਦੱਬਦੇ ਵੀ ਹੈ ਫਿਰ ਵੀ ਲਿਕੁਇਡ ਨਹੀਂ ਆਉਂਦਾ ਤਾਂ ਸਕਰੀਨ ਜਿਹੜੀ ਉਹ LED ਡਿਵਾਈਸ ਲੱਗੀ ਹੁੰਦੀ ਹੈ ਮੋਬਾਈਲ ਸਕਰੀਨ ਦੇ ਵਿੱਚ ਤਾਂ LED ਸਕਰੀਨ ਹੋ ਗਿਆ CRT ਮੋਨੀਟਰ ਜਿਹੜਾ ਹੋਇਆ CRT ਜਿਹੜਾ ਹੈਗਾ ਕੈਥੋਡ ਰੋ ਮਤਲਬ ਜਿਹੜੇ ਮੋਨੀਟਰ ਪਹਿਲਾਂ ਚੱਲਦੇ ਹੁੰਦੇ ਸੀਗੇ ਪੁਰਾਣੇ ਜ਼ਮਾਨੇ ਦੇ ਜਾਂ ਪੁਰਾਣੇ 10 ਸਾਲ 20 ਸਾਲ ਪਹਿਲਾਂ ਜਿਹੜੇ ਸੀਗੇ ਉਹ ਮੋਨੀਟਰ ਚੱਲਦੇ ਸੀਗੇ
चलो भाई चलते हैं। हाँ भाई की है कितना मोबाइल सी थोड़ा ही सी का थोड़ा की है। चलो जिंदा भी सिगा वो तो साइलेंट कर दिया। चलो एक और का कोई लास्ट क्वेश्चन है अगे जेड़ा हैगा वो सीआरटी प्रिंटर जेड़ा पहला चलते हुंदे सी ते वो की करदे सी देखण नूं पता लगदा पया पीछे तो ना निकले हुंदे सी स्क्रीन तो पीछे ट्यूब होंदे सी ते ओदे नाल की हुंदा सीगा ऑटोमेटिकली साइज वाला घेरदे है लाइट ज्यादा लेंदे है। पर टेक्नोलॉजी दा की काम हुंदा टेक्नोलॉजी हमेशा जेड़ा हैगा उस नूं साइज नूं छोटा करदी है काम ओही रहंदा पर साइज नूं लाइट नूं हर चीज जेड़ा है किफायती रूप दे पहला की होता है साढ़े जे कंप्यूटर सेंटर खुले होंगे उन्होंने प्रिंटर लगे होंगे जो अमृतसर ने भी सेंटर खोलिया सगा उदो ही प्रिंटर का टाइम सगा प्रिंटर जो है उदो आप जनरेटर लगाते सेंटर में तो हौली हौली एल सी डी लाई एल ई डी लाई है तो अब आप इनवर्टर लगाते हैं पहला खर्च ज्यादा सी हम खर्च घट गए ठीक है तो वह जो है इन प्रिंटर को कहते होंगे आप सी आर टी। अगे प्रिंटर आ गया ये प्रिंटर इज एक्सटर्नल हार्डवेयर आउटपुट डिवाइस दैट टेक द इलेक्ट्रॉनिक डाटा स्टोरेज ऑन ए कंप्यूटर और अदर डिवाइस एंड जनरेट ए हार्ड कॉपी। मतलब प्रिंटर जिहड़ा हैगा कंप्यूटर तो भी जिहड़ा डिवाइस कंप्यूटर दे डाटे नूं एक हार्ड पेपर दे उत्ते प्रिंट ले लैंदा उहनूं प्रिंटर दा काम आउंदा जिहड़ा सानूं आउटपुट डिवाइस दिंदा ऑन पेज पेपर दे उत्ते उह प्रिंटर दा काम हैगा। If you create a report, मतलब तुसी कोई report create करते हो कोई resume बनाते हो कोई biodata बनाते हो तो उसके paper से output कटते हो तो वो जो with the help of printer ही available होता। Printer का बात करता most popular computer पर है and commonly used to print text and photos। मतलब जेड़ा भी printer हैगा वो ज़्यादातर use करते ही होता print करने वास्ते वो print पाने का report हो एक पाने photo हो कोई भी चीज print हो सकती है। इंपैक्ट एंड नॉन इंपैक्ट प्रिंटर आर द टू कैटेगरी ऑफ द प्रिंटर ए बहुत इंपॉर्टेंट लाइन होती है इंपैक्ट एंड नॉन इंपैक्ट। इंपैक्ट एंड नॉन इंपैक्ट दो तरह के प्रिंटर है तो दोनों दे अगे अलग अलग कैटेगरी है। मैं तुम्हें इंपैक्ट समझा देना सिंपल लैंग्वेज में इंपैक्ट होते हैं जेडे पेपर फिजिकल टच करते हैं उन्होंने इंपैक्ट कहते हैं इंपैक्ट प्रिंटर तो जेडे फिजिकल टच नहीं करते पेपर नॉन इंपैक्ट। फिजिकल टच कड़े करते हैं इंक जेट प्रिंटर जो फिजिकल टच करता लाइन प्रिंटर हो गया डब प्रिंटर हो गया तो यह जो प्रिंटर है लोटस प्रिंटर हो गया ये प्रिंटर जोड़े है टच करते हैं पेपर जी चीज से प्रिंटर लेंगे होंगे इस तरह तौर पर आप टी शर्ट प्रिंट कराते हैं टच करके प्रिंट आती है टी शर्ट तो वह प्रिंटर हो गया इंपैक्ट। उस तो दूजा प्रिंटर के हो गया जोड़ा आप हम सेंटर से यूज करते हैं जोड़ा कि पेपर को टच नहीं करता तो प्रिंट कर लगा वो होता लेजर प्रिंट उनके लेजर लगे होंगे जोड़े कि इंक न जो लेजर करके नाल ही हीट देना जमा देंगे हूँ जो इंपैक्ट प्रिंटर होंगे उन्होंने जी इंक होंगी है वो लिक्विड के होंगी है गिला रहता सुखा पैदा उनके जोड़ा है लेजर प्रिंटर के जी इंक होंगी है वो पाउडर टाइप होती है क्लीयर। उस तो बाद जो है इंपैक्ट प्रिंटर जो दसदा इंपैक्ट प्रिंटर केड़े-केड़े ने चंगी तरह याद कर लियो। इंपैक्ट प्रिंटर का एक होर उदाहरण है टाइपराइटर। टाइपराइटर की करता सब तो पहला की होंगे पेपर लग्या होंगे नाल बटन होंगे है नाल विच इक रिबन लगा होंगे जो तो दबदा बटन रिबन के उत्ते टच करता तो उन्होंने पेपर टच करते हैं मतलब बटन रिबन तो पेपर दबे सारे तीनों जो टच होंगे ने फिर वो प्रिंट जो पेपर से आया ठीक है नहीं है। उसका नॉन इंपैक्ट तो इंपैक्ट दोनों प्रिंटर तुम दसते एग्जाम्पल दिते हुए इन्होंने ए इंपैक्ट प्रिंटर के डोर मैटल प्रिंटर डीजी व्हील डीजी व्हील प्रिंटर एंड लाइन प्रिंटर याद करो चंगे तरीके। इस तरीके टाइप ऑफ प्रिंटर अगे प्रिंटर के कड़े टाइप ने सब तो पहला 3D प्रिंटर आ गया। 3D प्रिंटर किन्ने बनाया चैकोवन ने इन 1984 के हम 3D प्रिंटर की करता सिंपल प्रिंटर की है कंप्यूटर और पेपर के उत्ते करते प्रिंट कर देंगे है पर 3D प्रिंटर जोड़ा है एक स्टैचू बना देता एग्जाम्पल तो लेयर के उत्ते लेयर चढ़ा चढ़ा के जोड़ा है एक स्टैचू तैयार कर दूंगा एक जी मूर्ति तैयार कर सकता वो काम है 3D प्रिंटर का। उस तो बाद की है AIO प्रिंटर AIO प्रिंटर जो नाम है ऑल इन वन जो कि फैक्स भी करते हैं प्रिंट भी करते हैं स्कैन भी करते हैं जो सारे काम इकट्ठे करते हैं वो ऑल इन वन प्रिंटर हो गया।
ਅਗੇ ਡੋਟ ਮੈਟ੍ਰਿਕਸ ਪ੍ਰਿੰਟਰ ਹੋ ਗਿਆ, ਇੰਕਜੈਟ ਪ੍ਰਿੰਟਰ ਹੋ ਗਿਆ, ਲੇਜ਼ਰ ਪ੍ਰਿੰਟਰ ਹੋ ਗਿਆ, ਇਹ ਤੁਸੀਂ ਪੜ੍ਹ ਲਿਓ ਕਿਹੜੇ ਕਿਹੜੇ ਸਾਲ ਦੇ ਵਿੱਚ ਆਏ ਹੈ ਤੇ ਕਿੰਨੇ ਕਿੰਨੇ ਬਣਾਏ ਹੈ, ਇਹਨਾਂ ਦੀ ਵਰਕਿੰਗ ਕੀ ਹੈ ਤੁਹਾਨੂੰ ਪਤਾ ਲੱਗ ਜੂਗਾ। ਉਸ ਤੋਂ ਬਾਅਦ ਪਲੋਟਰ ਜਿਹੜਾ ਹੈਗਾ, ਪਲੋਟਰ ਆਪਣੇ ਵੱਡਾ ਹੁੰਦਾ ਪ੍ਰਿੰਟਰ ਨਾਲੋਂ, ਜਿਹੜੇ ਆਪਾਂ ਨੰਬਰ ਪਲੇਟ ਲਗਵਾਉਂਦੇ ਹਾਂ ਬਾਈਕ ਦੇ ਜਾਂ ਆਪਾਂ ਘਰਾਂ ਦੇ ਨੰਬਰ ਪਲੇਟ ਲਗਵਾਉਂਦੇ ਹਾਂ ਤਾਂ ਉਹ ਜਿਹੜੇ ਪਲੋਟਰ ਦੇ ਵਿੱਚ ਤਿਆਰ ਹੁੰਦੀ ਹੈ। ਥਰਮਲ ਪ੍ਰਿੰਟਰ ਜਿਹੜੇ ਹੈਗੇ ਆ, ਥਰਮਲ ਪ੍ਰਿੰਟਰ ਸਭ ਤੋਂ ਵੱਡੇ ਪ੍ਰਿੰਟਰ ਹੁੰਦੇ ਹੈ, ਠੀਕ ਹੈ ਜੀ, ਜਿਹਦੇ ਵਿੱਚ ਜਿਹੜਾ ਹੈਗਾ ਉਹਨੂੰ ਪਿੰਨ ਹੁੰਦੀ ਆ, ਪਿੰਨਾਂ ਦੇ ਵਿੱਚ ਜਿਹੜਾ ਹੈਗਾ ਇਹ ਥਰਮਲ ਪ੍ਰਿੰਟਰ ਪ੍ਰਿੰਟਰ ਔਰ ਇਲੈਕਟ੍ਰੋਮੈਗਨੈਟਿਕ ਪ੍ਰਿੰਟਰ ਇਜ਼ ਅ ਪ੍ਰਿੰਟਰ ਦੈਟ ਯੂਜ਼ ਹੀਟਡ ਪਿੰਨ ਟੂ ਦ ਬਰਨ ਇਮੇਜ ਇਨ ਟੂ ਦ ਹੀਟ ਸੈਂਸਰ, ਮਤਲਬ ਪਿੰਨ ਦੇ ਉੱਤੇ ਹੀਟ ਕਰਕੇ ਜਿਹੜਾ ਹੈਗਾ ਉਹ ਪ੍ਰਿੰਟ ਕੱਢਿਆ ਜਾਂਦਾ, ਠੀਕ ਹੈ, ਥਰਮਲ ਪ੍ਰਿੰਟਰ ਨੂੰ ਕਹਿ ਦਿੰਦੇ ਆ। ਅੱਗੇ ਹੈਡਫੋਨ ਆ ਗਿਆ, ਸਪੀਕਰ ਆ ਗਿਆ, ਹੈਡਫੋਨ ਸਪੀਕਰ ਤੁਹਾਨੂੰ ਪਤਾ ਲੱਗ ਗਿਆ ਪੜ੍ਹ ਚੁੱਕੇ ਹਾਂ ਪਹਿਲਾਂ ਵੀ। ਅੱਗੇ ਪ੍ਰੋਜੈਕਟਰ ਵੀ ਦੱਸ ਚੁੱਕੇ ਹਾਂ, ਜੀ ਪੀ ਐਸ ਦੀ ਫੁੱਲਫੋਰਮ ਹੈਗੀ ਗਲੋਬਲ ਪੋਜੀਸ਼ਨਿੰਗ ਸਿਸਟਮ, ਇਹ ਸੈਟੇਲਾਈਟ ਬੇਸਡ, ਮਤਲਬ ਜਿਹੜੀ ਆਪਣੀ ਪੋਜੀਸ਼ਨ ਹੈ ਉਹ ਕਿੰਨੇ ਕਿਹੜੀ ਡਿਵਾਈਸਾਂ ਪਤਾ ਲੱਗਦੀ ਹੈ ਜੀ ਪੀ ਐਸ ਦੇ ਨਾਲ, ਠੀਕ ਹੈ, ਤੈਨੂੰ ਪੜ੍ਹ ਲਿਓ। ਅੱਗੇ ਆ ਗਿਆ ਮੈਮਰੀ, ਕੰਪਿਊਟਰ ਦੀ ਜਿਹੜੀ ਮੈਮਰੀ, ਮੈਮਰੀ ਇਜ਼ ਅ ਡਿਵਾਈਸ ਔਰ ਸਿਸਟਮ ਦੈਟ ਇਜ਼ ਯੂਜ਼ ਟੂ ਸਟੋਰ ਇਨਫੋਰਮੇਸ਼ਨ ਔਰ ਇਮੀਡੀਏਟ ਯੂਜ਼ ਇਨ ਏ ਕੰਪਿਊਟਰ ਔਰ ਰਿਲੇਟਿਡ ਕੰਪਿਊਟਰ ਹਾਰਡਵੇਅਰ ਐਂਡ ਡਿਜੀਟਲ ਆਪਣਾ ਡਿਜੀਟਲ ਇਲੈਕਟ੍ਰੋਨਿਕ ਡਿਵਾਈਸ, ਮਤਲਬ ਕੀ ਹੁੰਦਾ ਕਿ ਜੋ ਅਸੀਂ ਕੰਪਿਊਟਰ ਦੇ ਡਾਟਾ ਨੂੰ ਸਟੋਰ ਕਰਦੇ ਹਾਂ ਉਹਨੂੰ ਜਿਹੜਾ ਹੈ ਇਲੈਕਟ੍ਰੋਨਿਕ, ਉਹਨੂੰ ਉਹ ਚੇਂਜ ਕਰ ਦਿੰਦਾ ਡਿਜੀਟਲ ਇਲੈਕਟ੍ਰੋਨਿਕ ਡਿਵਾਈਸ ਡਾਟੇ ਨੂੰ, ਮਤਲਬ ਸਾਡੇ ਡਾਟੇ ਨੂੰ ਉਹ ਡਿਜੀਟਲ ਬਣਾ ਦਿੰਦਾ, ਠੀਕ ਹੈ ਕਿ ਨਹੀਂ। ਦਾ ਟਰਮ ਮੈਮਰੀ ਇਜ਼ ਆਫਟਨ ਸਿਨੋਨਿਮਸ ਵਿਦ ਦਾ ਟਰਮ ਪ੍ਰਾਇਮਰੀ ਸਟੋਰੇਜ ਔਰ ਏ ਮੇਨ ਮੈਮਰੀ, ਮਤਲਬ ਕੰਪਿਊਟਰ ਦੀ ਜਿਹੜੀ ਮੈਮਰੀ ਹੈਗੀ ਹੈ, ਅੱਗੇ ਦੋ ਤਰ੍ਹਾਂ ਦੀ ਮੈਮਰੀ ਦੱਸੀ ਹੈ, ਇੱਕ ਪ੍ਰਾਇਮਰੀ ਮੈਮਰੀ ਹੈ, ਇੱਕ ਸੈਕੰਡਰੀ ਮੈਮਰੀ ਹੈ। ਹੁਣ ਜਿਹੜੀ ਪ੍ਰਾਇਮਰੀ ਮੈਮਰੀ ਹੈ ਉਹ ਦੱਸਿਆ ਰੈਮ ਅਤੇ ਰੋਮ, ਜਿਹੜੀ ਕੰਪਿਊਟਰ 'ਚ ਇਨਬਿਲਟ ਮੈਮਰੀ ਹੁੰਦੀ ਹੈ ਉਹ ਰੈਮ ਐਂਡ ਰੋਮ ਹੁੰਦੇ ਹੈ, ਅਤੇ ਰੈਮ ਦੇ ਬਾਰੇ ਵੀ ਆਪਾਂ ਗੱਲ ਕਰ ਚੁੱਕੇ ਹਾਂ ਅਤੇ ਰੋਮ ਦੇ ਬਾਰੇ ਵੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ। ਸੈਕੰਡਰੀ ਮੈਮਰੀ ਤੁਹਾਨੂੰ ਪਤਾ ਲੱਗ ਗਈ ਹਾਰਡ ਡਿਸਕ ਨੂੰ ਕਹਿੰਦੇ ਆਪਾਂ, ਠੀਕ ਹੈ ਜੀ। ਮੈਮਰੀ ਯੂਨਿਟ, ਹੁਣ ਜਿਹੜੀ ਮੈਮਰੀ ਯੂਨਿਟ ਹੈ ਕੰਪਿਊਟਰ ਦੇ ਵਿੱਚ ਕੀ ਹੈ, ਜਿਹੜਾ ਡਾਟਾ ਹੁੰਦਾ ਉਹਨੂੰ ਕਿਸ ਹਿਸਾਬ ਨਾਲ ਮੈਜਰਮੈਂਟ ਕੀਤਾ ਜਾਂਦਾ, ਕਿਸ ਹਿਸਾਬ ਨਾਲ ਉਹਨੂੰ ਮਾਪਿਆ ਜਾਂਦਾ, ਉਹਦੀ ਜਿਹੜੀ ਗੱਲ ਹੈਗੀ ਹੈ ਉਹ ਹੈਗਾ ਕਿ ਡਾਟਾ ਇਜ਼ ਕੰਪਿਊਟਰ ਮੈਮਰੀ ਰੀਪ੍ਰਜੈਂਟ ਬਾਏ ਦਾ ਟੂ ਡਿਜ਼ਿਟ ਜ਼ੀਰੋ ਐਂਡ ਵਨ। ਕੰਪਿਊਟਰ ਦੀ ਜਿਹੜੀ ਆਪਣੀ ਮੈਮਰੀ ਹੈਗੀ ਹੈ ਜ਼ੀਰੋ ਵਨ ਹੈ, ਦੀਸ ਟੂ ਡਿਜ਼ਿਟ ਆਰ ਕਾਲਡ ਬਾਇਨਰੀ ਡਿਜ਼ਿਟ ਔਰ ਬਾਈਟ, ਮਤਲਬ ਕੰਪਿਊਟਰ ਦੀ ਲੈਂਗੁਏਜ ਨੂੰ ਬਾਇਨਰੀ ਲੈਂਗੁਏਜ ਕਹਿੰਦੇ ਆ, ਅਤੇ ਇਹਦੇ ਆਪਣੇ ਦੋ ਜਿਹੜਾ ਦੋ ਡਿਜ਼ਿਟ ਹੈ ਜ਼ੀਰੋ ਐਂਡ ਵਨ। ਹੁਣ ਆਪਾਂ ਅੱਗੇ ਪੜ੍ਹਾਂਗੇ, ਸਭ ਤੋਂ ਪਹਿਲਾਂ ਕੀ ਹੈਗਾ ਬਿੱਟ, ਸਭ ਤੋਂ ਛੋਟੀ ਜਿਹੜੀ ਇਕਾਈ ਹੈ ਕੰਪਿਊਟਰ ਦੀ ਉਹ ਬਿੱਟ ਹੁੰਦੀ ਹੈ, ਬਿੱਟ ਤੋਂ ਬਾਅਦ ਮੈਗਾ ਬਾਈਟ, ਕਿਲੋ ਬਾਈਟ, ਮੈਗਾ ਬਾਈਟ, ਜੀਗਾ ਬਾਈਟ, ਟੈਰਾ ਬਾਈਟ, ਪੈਰਾ ਬਾਈਟ, ਅੱਗੇ ਨਾਲ ਹੀ ਪੈਰਾ ਬਾਈਟ ਤੋਂ ਬਾਅਦ ਵੀ ਅੱਗੇ ਆ ਗਿਆ ਆਪਣੇ ਕੋਲ ਇਹ ਸਾਰੀ ਲਿਖਿਆ, ਇੱਕ ਬਿੱਟ ਦੇ ਵਿੱਚ ਜਿਹੜਾ ਹੈਗਾ ਉਹ ਬਾਈਨਰੀ ਡਿਜ਼ਿਟ ਹੁੰਦਾ, ਮਤਲਬ ਜ਼ੀਰੋ ਜਿਹੜਾ ਹੈਗਾ ਇੱਕ ਬਿੱਟ ਬਣ ਜਾਂਦਾ, ਅਤੇ ਅੱਠ ਬਿੱਟ ਨੂੰ ਜੇ ਮਿਲਾ ਲਾਂਗੇ ਤਾਂ ਇੱਕ ਬਾਈਟ ਹੋ ਜਾਊਗਾ, 1024 ਬਾਈਟ ਨੂੰ ਜਿਹੜਾ ਕਰ ਦਾਂਗੇ ਆਪਾਂ 1 ਕਿਲੋ ਬਾਈਟ ਹੋ ਜਾਊਗਾ, 1000, ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਮਾਪਣ ਦੀ ਇਕਾਈ ਹੈ 1024, ਠੀਕ ਹੈ ਜੀ। ਇਹਦੇ ਵਿੱਚ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀ ਡਿਵਾਈਸ ਜਿਹੜੀ ਹੈ ਇਹਨੂੰ ਯਾਦ ਕਰ ਲਓਗੇ ਤਾਂ ਹੀ ਕੁਐਸਚਨ ਆਨਸਰ ਕੋਈ ਵੀ ਆ ਸਕਦਾ, ਸਮੋਲੈਸਟ ਵੀ ਪੁੱਛ ਸਕਦੇ, ਲਾਰਜੈਸਟ ਵੀ ਪੁੱਛ ਸਕਦੇ ਆ, ਤੁਹਾਨੂੰ ਦੋਨੋਂ ਚੀਜ਼ਾਂ ਪਤਾ ਹੋਣੀ ਚਾਹੀਦੀਆਂ। ਅੱਗੇ ਹਾਰਡਵੇਅਰ ਐਂਡ ਸੋਫਟਵੇਅਰ, ਹਾਰਡਵੇਅਰ ਕਿਹਨੂੰ ਕਹਿੰਦੇ, ਸੋਫਟਵੇਅਰ ਕਿਹਨੂੰ ਕਹਿੰਦੇ, ਤਾਂ ਇਨਪੁਟ ਐਂਡ ਆਊਟਪੁੱਟ ਡਿਵਾਈਸ ਦੈਟ ਕੈਨ ਬੀ ਫਿਜ਼ੀਕਲੀ ਟੱਚ ਆਰ ਨੋਨ ਐਂਡ ਹਾਰਡਵੇਅਰ ਆਫ ਦਾ ਸਿਸਟਮ ਸੱਚ ਐਸ ਕੀਬੋਰਡ, ਮਤਲਬ ਉਹ ਡਿਵਾਈਸ ਜਿਨ੍ਹਾਂ ਨੂੰ ਅਸੀਂ ਟੱਚ ਕਰ ਸਕਦੇ ਹਾਂ ਉਹ ਹਾਰਡਵੇਅਰ ਦੇ ਵਿੱਚ ਆਉਂਦੇ ਹੈ, ਤਾਂ ਉਹ ਡਿਵਾਈਸ ਜਿਨ੍ਹਾਂ ਨੂੰ ਸਿਰਫ ਆਪਾਂ ਦੇਖ ਸਕਦੇ ਹਾਂ ਕੰਪਿਊਟਰ ਦੇ ਅੰਦਰ ਯੂਜ਼ ਕਰ ਸਕਦੇ ਹੈ ਉਹਨੂੰ ਆਪਾਂ ਸੋਫਟਵੇਅਰ ਕਹਿ ਦਿੰਦੇ ਹਾਂ। ਤਾਂ ਜਿਹੜਾ ਹੈਗਾ ਇੱਥੇ ਲਿਖਿਆ ਹਾਰਡਵੇਅਰ ਇਜ਼ ਦਾ ਸੋਲ ਆਫ ਕੰਪਿਊਟਰ, ਇਹ ਗਲਤ ਹੈ, ਇਹ ਕਹਿਣਾ ਸੋਫਟਵੇਅਰ ਦਾ ਸੋਲ, ਮਤਲਬ ਹਾਰਡਵੇਅਰ ਨੂੰ ਕੱਢ ਕੇ ਸੋਫਟਵੇਅਰ ਕਰਨਾ ਪੈਣਾ ਤੁਹਾਨੂੰ, ਹਾਰਡਵੇਅਰ ਇਜ਼ ਦਾ ਸੋਲ ਆਫ ਦਾ ਕੰਪਿਊਟਰ, ਮਤਲਬ ਸੋਫਟਵੇਅਰ ਆਉਣਾ, ਆਤਮਾ ਜਿਹੜੀ ਹੈਗੀ ਹੈ ਉਹ ਸੋਫਟਵੇਅਰ ਹੈ। ਹਾਂਜੀ ਸਰ, ਠੀਕ ਹੈ ਜੀ। ਫੋਰ ਐਗਜ਼ਾਮਪਲ, ਹਾਰਡਵੇਅਰ ਕੰਪੋਨੈਂਟ ਸੱਚ ਐ ਮਦਰਬੋਰਡ, ਰੈਮ ਐਂਡ ਸੀ ਪੀ ਯੂ ਆਰ ਇੰਟਰਨਲ, ਮਤਲਬ ਹਾਰਡਵੇਅਰ ਦੇ ਐਗਜ਼ਾਮਪਲ ਦੇ ਦਿੱਤੇ ਨਾਲ ਇੱਥੇ ਸੋਫਟਵੇਅਰ, ਸੋਫਟਵੇਅਰ ਕਿਹੜੇ ਆ, ਵਰਡ, ਐਕਸਲ, ਪਾਵਰਪੁਆਇੰਟ, ਫੋਟੋਸ਼ਾਪ, ਪ੍ਰੋਗਰਾਮ, ਅਤੇ ਹਾਰਡਵੇਅਰ ਦੇ ਕਿਹੜੇ ਐਗਜ਼ਾਮਪਲ ਹੈ, ਮਦਰਬੋਰਡ, ਰੈਮ, ਰੋਮ, ਸੀ ਪੀ ਯੂ, ਇਹ ਸਾਰੇ ਉਹਦੇ ਐਗਜ਼ਾਮਪਲ ਹੈ ਹਾਰਡਵੇਅਰ ਦੇ। ਇੰਟਰਨਲ ਹਾਰਡਵੇਅਰ ਡਿਵਾਈਸ ਕਿਹੜੀ ਹੈ ਅਤੇ ਐਕਸਟਰਨਲ ਹਾਰਡਵੇਅਰ ਡਿਵਾਈਸ ਕਿਹੜੀ ਹੈ। ਇੰਟਰਨਲ ਡਿਵਾਈਸ ਹੁੰਦੀ ਸੀ ਪੀ ਯੂ, ਡਰਾਈਵ ਦੇ ਵਿੱਚ ਕੀ ਹੋ ਗਿਆ, ਜਿਵੇਂ ਫਲੋਪੀ ਡਰਾਈਵ, ਹਾਰਡ ਡਿਸਕ, ਹਾਰਡ ਡਰਾਈਵ ਐਂਡ ਐਸ ਡੀ ਡੀ। ਐਸ ਡੀ ਡੀ ਹੁਣ ਚੱਲਦੀ ਹੈ, ਸੁਣੋ ਬਾਈ,
एसटीडी की होंदा के कंप्यूटर दी जेड़ी स्पीड है जो टेक्नोलॉजी बढ़ती जा रही है हुन हार्ड डिस्क लोग की घट यूज करते हैं एसटीडी लोग ज्यादा यूज करते हैं। आगे फैन हो गया हीट सेकर मॉडम मॉडम में जब अपन लैन अपनी नेटवर्किंग केबल लगाते हैं मदरबोर्ड नेटवर्क कार्ड पावर सप्लाई ते रैम ये जेड़े हैगे है इंटरनल हार्डवेयर है एक्सटर्नल जेड़े हैगे ने माइक्रोफोन मॉनिटर स्पीकर हेडफोन डिजिटल कैमरा ये लगे हुए साइड ते ये एक्सटर्नल मतलब बाहरों लगते हैं इंटरनल जेड़े इनबिल्ट होते हैं एक्सटर्नल जेड़े वो बाहर यूज करते हैं। अगेन सॉफ्टवेयर सॉफ्टवेयर सेट ऑफ इंस्ट्रक्शन एंड डॉक्यूमेंटेशन दैट टेल्स ए कंप्यूटर व्हाट टू डू एंड हाउ टू डू मतलब सॉफ्टवेयर की होंगे कंप्यूटर के जोड़ा होंगे एक तो वह कमांड्स को मिला के सॉफ्टवेयर बन मतलब कमांड्स जिन्हें आप विनवर्ड कहते हैं विनवर्ड आखिर है कि सॉफ्टवेयर पर विनवर्ड के अंदर की है कमांड्स है मतलब दो या दो तो वह कमांड्स मिला के जोड़ा बनता वह सॉफ्टवेयर कहते हैं। ठीक है सॉफ्टवेयर अगर तीन तरह के होंगे सिस्टम सॉफ्टवेयर एप्लीकेशन सॉफ्टवेयर प्रोग्राम लैंग्वेज सॉफ्टवेयर सिस्टम सॉफ्टवेयर किनू कहते हैं सिस्टम सॉफ्टवेयर लाइक ए प्लेटफॉर्म सिस्टम सॉफ्टवेयर हो गया जिदा कि एग्जाम्पल तौर पर प्लेटफॉर्म होंगे प्लेटफॉर्म क्यों दे ट्रेन जी रुकती है प्लेटफॉर्म की रुकती है जो प्लेटफॉर्म ना हो कि रुक सकती है तो जिते प्लेटफॉर्म कंप्यूटर के प्लेटफॉर्म कहते हैं सिस्टम सॉफ्टवेयर सिस्टम सॉफ्टवेयर दैट इज ऑपरेटिंग सिस्टम ऑपरेटिंग सिस्टम मतलब विंडो 7 विंडो 8 विंडो 10 और विंडो 11 भी लागू हुई है तो एक ही है सिस्टम सॉफ्टवेयर क्लियर है। तो एप्लीकेशन सॉफ्टवेयर कितने होते हैं आप जो चलाते हैं वर्ड एक्सेल पावर पॉइंट फोटोशॉप और टैली ये है एप्लीकेशन सॉफ्टवेयर जो रिक्वायरमेंट के हिसाब से बनाए जाते हैं। अगेन प्रोग्रामिंग लैंग्वेज सॉफ्टवेयर कितने होते हैं जेडे सॉफ्टवेयर अनदर सॉफ्टवेयर नु बना दे सॉफ्टवेयर ही अनदर सॉफ्टवेयर नु बना ले विद द हेल्प ऑफ प्रोग्रामिंग लैंग्वेज ओनु कहंदे हैं प्रोग्रामिंग लैंग्वेज सॉफ्टवेयर जिंदे जेडे भी यूज करदे कंपाइलर असेंबलर डीबग इंटरप्रेटर ए जेडे हैं ने कंपोनेंट जेडे यूज करदे हैं ओ प्रोग्रामिंग लैंग्वेज सॉफ्टवेयर यूज करदे हैं। उस तो बाद रिलेशनशिप बिटवीन सॉफ्टवेयर हार्डवेयर सॉफ्टवेयर दे हार्डवेयर दे विच की रिलेशनशिप है सिंपल जी गल है कॉमन जी गल है हार्डवेयर तो बिना सॉफ्टवेयर का कोई फायदा नहीं तो सॉफ्टवेयर तो बिना हार्डवेयर का कोई फायदा नहीं जो दोनों चीज़ें आपस से मिलूंगी ता ही आप यूजर काम कर सकता नहीं तो यूजर काम नहीं कर सकता क्लियर है। अगे अगर व्हाट इज कंप्यूटर नेटवर्क किनू कहते हैं मतलब कंप्यूटर नेटवर्क कहलाता अपने को कार का कंप्यूटर नेटवर्क जिससे दो या दो तो वध कंप्यूटर आपस से जोड़ा जाए और नैटवर्किंग कहते हैं। नैटवर्किंग जी है फोर टाइप की नैटवर्किंग है सब तो पहले लैन पैन मैन वैन हूँ पैन सब तो पैन की गल करा आप पैन हों अपना परसनल जी अपनी होंगी है और परसनल एरिया नैटवर्क ये की होंगे जो आप दो कंप्यूटर आपस से जोड़ लेंगे तो थोड़ा परसनल हो गया ठीक ही नहीं है आप दोनों इधर उधर डाटा ट्रांसफर कर सकते हैं। अगे अगर लैन जिसका जो नाम है लैन अगर लोकल एरिया नेटवर्क लोकल मतलब साड़ी कंप्यूटर लैब होती है आपस में जुड़े होते सारे कंप्यूटर हूँ आप करते इको प्रिंटर लाते हैं वो प्रिंटर आप सारी लैब जिन्हें भी कंप्यूटर हो गए उन्हें ऑपरेट कर सकते हैं तो वो हो गया अपना लोकल एरिया नेटवर्क अपना मैन हो गया मेट्रोपोलिटन एरिया नेटवर्क इन की होंगे एग्जाम्पल के तौर पर अपना सिटी नेटवर्क सिटी केबल अपने घर जी केबल वायर के नाम जी केबल लगी होंगी सी एग्जाम्पल से मैन नाम मतलब सारे जेडे अपने कंप्यूटर अपने टीवी होंगे सके एको जुड़े होंगे एको थान तो वह मैन हो गया। अगे वैन वाइड एरिया नेटवर्क जो होगा जो आप इंटरनेट के नाल वर्ल्ड के सारे कंप्यूटर जुड़े होंगे है तो वह वाइड एरिया नेटवर्क हो गया क्लीयर है। उस तो बाद इंटरनेट के इंटरनेट से की फर्क है इंटरनेट हों जो आप डिवाइस वो डिवाइस कंप्यूटर या मोबाइल जी कि इंटरनेट के यूज करते इंटरनेट चलाते हैं वो आप इतों मैसेज भेजा या वीडियो कॉल की कनेडा के किसी ना आप गल कर ली तो वो इंटरनेट की हेल्प ही हो बट साडे कंप्यूटर आपस से जुड़े हुए हैं पर उन्होंने इंटरनेट नहीं चलता तो वह इंटरनेट है
ठीक है, इंटरनेट होता जिसे इंटरनेट ना हो पर कंप्यूटर आपस से जुड़े हुए तो वो इंटरनेट कहलाता। टाइप ऑफ कंप्यूटर, कंप्यूटर के टाइप कड़े-कड़े ने, मेन फ्रेम कंप्यूटर, सुपर कंप्यूटर, वर्क स्टेशन कंप्यूटर, पर्सनल कंप्यूटर, एप्पल मैकिंटोश। अगे लैपटॉप और कंप्यूटर, टैबलेट एंड स्मार्टफोन। सब तो पहला तो सुपर कंप्यूटर की गल करा, क्योंकि सुपर कंप्यूटर जो सब तो वड्डा कंप्यूटर सुपर कंप्यूटर है। सुपर कंप्यूटर जो कंप्यूटर होंगे जोड़ा कि बहुत ही फास्ट तो बहुत ही एक्सपेंसिव होंगे है, तो स्पीड जी बहुत ज्यादा होंगी है, वो सुपर कंप्यूटर है। सुपर कंप्यूटर कौन यूज करता? एग्जाम्पल जो वे साइंटिस्ट ने जेडे कि परमाणु बम वगैरह की कैलकुलेशन करते हैं या रॉकेट लॉन्च करने की करते हैं, तो वह जो कंप्यूटर यूज होंगे है उस सुपर कंप्यूटर के लिए ही काम होगा, और किसी कंप्यूटर को काम नहीं कर सकता। अगे आ गया अपना मेन फ्रेम कंप्यूटर, सुपर कंप्यूटर तो बाद जो थोड़े तो घट हाई स्पीड होंगे है वो होंगे मेन फ्रेम कंप्यूटर। जी वी वी कंपनिया ने जिन्होंने हाई स्पीड से काम करना होगा तो वो जोड़े है मेन फ्रेम कंप्यूटर के काम करते हैं। सुपर कंप्यूटर तो मेन फ्रेम कंप्यूटर के कला एक सीपीयू लगे होता, इस काफ़ी सारे सीपीयू लगे होंगे जो इको टाइम से अलग अलग काम करते हैं। तो मेन फ्रेम कंप्यूटर सुपर कंप्यूटर की वर्किंग एको जी है, पर सुपर कंप्यूटर उतो ही तेज होगा, ठीक है नहीं है। अगे वर्क स्टेशन जो आ गया, वर्क स्टेशन की सिंपल जी गल हैगी है, जिते कि एग्जाम्पल तौर पर जिते कि अपने रेलवे स्टेशन है, ये की करते हैं कि एको थान हम आप जी टिकट एक पास बुक कर देते दूजे पास नहीं बुक होती है, तो इस तरीके के जो कंप्यूटर यूज होते हैं वर्क स्टेशन के कंप्यूटर यूज होते हैं। तो जो अपना परसनल कंप्यूटर है, परसनल कंप्यूटर जो ऑफिस से घर इस्तेमाल करते हैं उन्होंने परसनल कंप्यूटर कहते हैं। अगे टैबलेट के स्मार्टफोन तो सारे यूज करते ही है, वो भी फोन के अपने कंप्यूटर की कैटेगरी ही आता। अगे वट इज पोर्ट, पोर्ट की होंगे, पोर्ट इज अ फिजिकल डॉकिंग पॉइंट यूजिंग विच एक्सटर्नल डिवाइस कैन बी कनेक्टेड टू द कंप्यूटर। पोर्ट होंगे कि जिसे हम माउस, कीबोर्ड, प्रिंटर, स्कैनर ये चीज़ों को कंप्यूटर में जोड़ते हैं, तो जिते वायर आप लगाते हैं उन्होंने कहते पोर्ट। उस तो मदरबोर्ड, मदरबोर्ड की होंगे सिंपल लैंग्वेज मदरबोर्ड आप गल करिए, मदरबोर्ड जो है कंप्यूटर की बैकबोन है, रीढ़ की हड्डी है। हर डिवाइस भावे वो इंटरनल है वो भावे एक्सटरनल है वो कि हड्डी होंगी मदरबोर्ड। अगे जी इंपोर्टेंट जी मेन कंपनिया ने जी मदरबोर्ड बनाती है सामने इतने लिखे हुए इंटरनल ये याद कर रहे। अगे लैपटॉप आ गया, लैपटॉप की होंगे, वट इज लैपटॉप कंप्यूटर, ये लैपटॉप कंप्यूटर इज डिजाइन विद पोर्टेबिलिटी इन माइंड। मतलब लैपटॉप क्यों बनाया गया, लैपटॉप लैपटॉप का मतलब होता है लैपटॉप लैपटॉप, मतलब वो मशीन वो कंप्यूटर जो आप लैब पे रख के चला सकिए लैपटॉप। ये क्यों बनाया गया कि आप कंप्यूटर जो छोटा हो ही गया तो इनको इतों चक के उतो चक के उत्ते रख सकिए, पोर्टेबिलिटी जी है माइंड चला के बनाया गया। तो जो लैपटॉप जो है 1980 के डिजाइन होया। तो लैपटॉप की होंगे, लैपटॉप इनबिल्ट स्क्रीन होंगी है, इनबिल्ट मदरबोर्ड होंगे, माउस होंगे, तो जो सॉरी कीबोर्ड होंगे माउस होंगे और टच पैड यूज करते होंगे। तो इस साउंड कार्ड वगैरह वीडियो कार्ड जो कंप्यूटर साढ़े पीसी के हों जो टेबल से रखा होगा वो सारी चीज़ें जी लैपटॉप होंगे ही, बट जो है लाइट ना चलता तो वो चार्ज करना बैटरी देना चलता, यही फर्क पाया। तो मार्केट के जो है 12 इंच तो लैके 16 इंच की जी स्क्रीन है अवेलेबल हैगी है, हूँ तो 18 इंच भी 21 इंच भी है, बड़ी स्क्रीन भी आती है। वट वॉज द डिफरेंट टाइप ऑफ कंप्यूटर, कंप्यूटर के कड़े डिफरेंट टाइप है, परसनल कंप्यूटर है, डैस्कटॉप कंप्यूटर, लैपटॉप है। तो डैस्कटॉप कंप्यूटर तुम दसता है कि डैस्कटॉप ऑन द डैस्क, डैस्क के उत्ते टेबल के उत्ते लागे जो कंप्यूटर चलता वो डैस्कटॉप कंप्यूटर है। लैपटॉप कंप्यूटर की आप गल कर चुके हैं, जोड़ा है नोटबुक कंप्यूटर भी कराते हैं कह सकते हो। सर्वर कंप्यूटर जो होंगे, सर्वर कंप्यूटर होंगे है वो कंप्यूटर जो बाकी कंप्यूटर जुड़े होंगे है, जो कि आप एक कंप्यूटर के डाटा पाते हैं तो वो सारे कंप्यूटर यूज करा देता तो वह सर्वर कंप्यूटर कहते हैं। तो जो मेन कंप्यूटर वो सर्वर कंप्यूटर कहते हैं, तो जो कंप्यूटर लगे होंगे है उन्होंने क्लाइंट्स कहते हैं, वो क्लाइंट्स है। तो जोड़ा अपना मेन कंप्यूटर है वो सर्वर कंप्यूटर होंगे। अदर टाइप ऑफ कंप्यूटर टैबलेट कंप्यूटर जो आप टैब यूज करते हैं, आईफोन वगैरह, आईपैड वगैरह, उस तो मोबाइल, टीवी। टीवी क्यों आ गया, क्योंकि टीवी पहला नहीं आता इस कैटेगरी से, टीवी हूँ इस करके आ गया, जितने भी अजकल LED आ रही ने वो एंड्रॉयड के बेस से आ गई, उनके ऑटोमैटिक ऑपरेटिंग सिस्टम पे आता
ਜਿਹੜਾ ਕਿ YouTube ਵਗੈਰਾ ਚਲਾ ਲੈਂਦੇ ਆ ਐਪ ਵਗੈਰਾ ਚਲਾ ਲੈਂਦੇ ਆ ਇਸ ਕਰਕੇ ਇਹ ਵੀ ਕੰਪਿਊਟਰ ਦੀ ਕੈਟਾਗਰੀ ਚ ਆ ਗਿਆ ਅੱਗੇ ਆ ਗਿਆ ਪੀਸੀ ਐਂਡ ਮੈਕ ਪੀਸੀ ਜਿਹੜਾ ਹੈਗਾ ਉਹ ਪਰਸਨਲ ਕੰਪਿਊਟਰ ਹੈ ਪੀਸੀ ਕਿੰਨੇ ਬਣਾਇਆ ਸੀਗਾ IBM ਨੇ ਠੀਕ ਹੈ IBM ਪੀਸੀ ਜਿਹੜਾ ਹੈ 1981 ਦੇ ਵਿੱਚ ਆਇਆ ਸੀਗਾ ਇਹਦੇ ਵਿੱਚ ਜਿਹੜਾ ਮਾਈਕਰੋਸਾਫਟ ਵਿੰਡੋ ਆਪਰੇਟਿੰਗ ਸਿਸਟਮ ਸੀਗਾ ਮਾਈਕਰੋਸਾਫਟ ਵਿੰਡੋ ਹੀ ਸਟਾਰਟਿੰਗ ਤੋਂ ਯੂਜ਼ ਕਰਦਾ ਆ ਰਿਹਾ ਕੰਪਿਊਟਰ ਠੀਕ ਹੈ ਕਿ ਨਹੀਂ ਹੈ ਉਸ ਤੋਂ ਮੈਂ ਜਿਹੜਾ ਹੈਗਾ ਮੈਕਿਊਲ ਕੰਪਿਊਟਰ ਬਾਇਡ 1984 ਜਿਹੜਾ ਮੈਕ ਹੈਗਾ ਉਹ ਐਪਲ ਯੂਜ਼ ਹੈ ਐਪਲ ਬੇਸਡ ਜਿਹੜੀ ਕੰਪਨੀ ਹੋਈ ਮੈਕ ਹੀ ਹੈ 1984 ਦੇ ਵਿੱਚ ਉਹਨੇ ਆਪਣਾ ਕੰਪਿਊਟਰ ਬਣਾਇਆ ਸੀਗਾ ਹਰ ਕੰਪਨੀ ਦੋ ਤਰ੍ਹਾਂ ਦੇ ਸੌਫਟਵੇਅਰ ਬਣਾਉਂਦੇ ਆ ਇੱਕ ਵਿੰਡੋ ਬੇਸ ਅਤੇ ਇੱਕ ਲਾਈਨਕਸ ਜਿਹੜਾ ਕਿ ਮੈਕ ਚੱਲਦੇ ਆ ਜਿਹੜਾ ਆਪਣਾ ਕੰਪਿਊਟਰ ਮਾਈਕਰੋਸਾਫਟ ਹੈਗਾ ਉਹ ਵੀ ਜਿਹੜਾ ਹੈਗਾ ਆਪਣੇ ਪਰਸਨਲ ਕੰਪਿਊਟਰ ਚੱਲਦਾ ਜਿਹੜਾ ਐਪਲ ਦਾ ਆਪਰੇਟਿੰਗ ਸਿਸਟਮ ਹੈ ਉਹ ਅਲੱਗ ਹੁੰਦਾ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੰਪਿਊਟਰ ਦੀ ਨੈਟਵਰਕਿੰਗ ਹੈ ਜੇ ਆਪਾਂ ਇੱਕ ਨੈਟਵਰਕਿੰਗ ਤਿਆਰ ਕਰਨੀ ਹੋਈ ਤਾਂ ਸਾਨੂੰ ਕਿਹੜੇ ਕਿਹੜੇ ਸਮਾਨ ਦੀ ਜ਼ਰੂਰਤ ਹੋਣੀ ਹੈ ਉਹਦੇ ਵਿੱਚ ਕੀ ਹੈ ਤੁਹਾਡੇ ਕੋਲ ਫੋਟੋ ਬਣੀ ਹੋਈ ਹੈ ਇਹਦੇ ਵਿੱਚ ਦੇਖੋ ਫੋਟੋ ਦੇ ਵਿੱਚ ਹਰ ਚੀਜ਼ ਹੈਗੀ ਹੈ ਸਭ ਤੋਂ ਪਹਿਲਾਂ ਕੀ ਹੈ ਇੰਟਰਨੈਟ ਇੰਟਰਨੈਟ ਹੋਣਾ ਚਾਹੀਦਾ ਇੰਟਰਨੈਟ ਜੇ ਨਹੀਂ ਵੀ ਹੈਗਾ ਤਾਂ ਵੀ ਆਪਣੇ ਕੋਲ ਰੂਟਰ ਹੋਣਾ ਚਾਹੀਦਾ ਨੰਬਰ 1 ਲਿਖਿਆ ਹੋਇਆ ਕਿ ਨੈਟਵਰਕ ਕੇਬਲ ਕੇਬਲ ਹੋਣੀ ਚਾਹੀਦੀ ਜਿਹਦੇ ਨਾਲ ਆਪਾਂ ਕੰਪਿਊਟਰ ਜੋੜਾਂਗੇ ਪਰ ਹੁਣ ਕੀ ਹੋਇਆ ਹੁਣ ਇੱਕ ਨਵੀਂ ਟੈਕਨੋਲੋਜੀ ਆ ਗਈ ਹੈ ਵਾਇਰਲੈਸ ਹੁਣ ਕੇਬਲ ਦੀ ਲੋੜ ਨਹੀਂ ਪੈਣੀ ਆਪਾਂ ਵੈਸੇ ਵੀ ਉਹਨਾਂ ਨੂੰ ਜੋੜ ਸਕਦੇ ਹਾਂ ਵਿਦ ਦੀ ਹੈਲਪ ਆਫ ਵਾਈਫਾਈ ਵਾਈਫਾਈ ਦੇ ਨਾਲ ਅੱਗੇ ਡਿਸਟ੍ਰੀਬਿਊਟਰ ਆ ਗਿਆ ਜਿਹੜਾ ਕਿ ਆਪਣਾ ਇੱਕ ਡਿਸਟ੍ਰੀਬਿਊਟਰ ਆਪਾਂ ਕਹਿ ਸਕਦੇ ਹਾਂ ਜਿਵੇਂ ਰੂਟਰ ਹੋ ਗਿਆ ਰੂਟਰ ਅਤੇ ਡਿਸਟ੍ਰੀਬਿਊਟਰ ਕੀ ਫਰਕ ਹੈ ਡਿਸਟ੍ਰੀਬਿਊਟਰ ਆਫ ਦਾ ਸਵਿੱਚ ਜਿਹਦੇ ਜਿਹੜਾ ਸਵਿੱਚ ਹੈਗਾ 4 ਪੋਰਟ ਵੀ ਆਉਂਦਾ 8 ਵੀ ਆਉਂਦਾ 16 ਵੀ ਆਉਂਦਾ ਜਿਹਦੇ ਵਿੱਚ ਕੇਬਲਾਂ ਲੱਗਦੀਆਂ ਨੇ ਜਿਹਦੇ ਜਿਵੇਂ ਜੇ 16 ਪੋਰਟ ਆ 16 ਕੰਪਿਊਟਰ ਜੁੜਨੇ ਆ ਜੇ ਆਪਣਾ 32 ਹੋਇਆ ਤਾਂ 32 ਕੰਪਿਊਟਰ ਜੁੜਨੇ ਆ ਤਾਂ ਉਹ ਫਿਰ ਡਿਸਟ੍ਰੀਬਿਊਟਰ ਰੂਟਰ ਹੁੰਦਾ ਜਿਹਦੇ ਵਿੱਚ ਸਾਡਾ ਜਿਹੜਾ ਹੈਗਾ ਵਾਈਫਾਈ ਚੱਲਦਾ ਆਪਾਂ ਜਿਹੜਾ ਵਾਈਫਾਈ ਚਲਾਉਂਦੇ ਹਾਂ ਜਿਹਦੇ ਐਂਟੀਨਾ ਲੱਗੇ ਹੁੰਦੇ ਆ ਐਂਟੀਨਾ ਲੱਗੇ ਹੁੰਦੇ ਆ ਉਹ ਰੂਟਰ ਹੁੰਦਾ ਉਸ ਤੋਂ ਬਾਅਦ ਜਿਹੜਾ ਚੌਥੇ ਤੇ ਪੰਜਵੇਂ ਨੰਬਰ ਤੇ ਹੈਗਾ ਇੰਟਰਨਲ ਨੈਟਵਰਕ ਕਾਰਡ ਤੇ ਐਕਸਟਰਨਲ ਨੈਟਵਰਕ ਕਾਰਡ ਮਤਲਬ ਤੁਹਾਨੂੰ ਨੈਟਵਰਕਿੰਗ ਕਰਨ ਦੇ ਲਈ ਸਭ ਤੋਂ ਪਹਿਲਾਂ ਚੀਜ਼ ਹੈ ਕੇਬਲ ਫਿਰ ਤੁਹਾਨੂੰ ਚਾਹੀਦੀ ਆ ਡਿਸਟ੍ਰੀਬਿਊਟਰ ਜਿਹੜਾ ਜਿੱਥੇ ਕੇਬਲ ਲੱਗਦੀਆਂ ਨੇ ਜਿਹਨੂੰ ਸਵਿੱਚ ਵੀ ਕਹਿੰਦੇ ਆ ਫਿਰ ਤੁਹਾਨੂੰ ਚਾਹੀਦਾ ਰੂਟਰ ਠੀਕ ਹੈ ਉਸ ਤੋਂ ਬਾਅਦ ਇੰਟਰਨਲ ਨੈਟਵਰਕ ਕਾਰਡ ਤੇ ਐਕਸਟਰਨਲ ਨੈਟਵਰਕ ਕਾਰਡ ਇਹ ਕੀ ਹੁੰਦਾ ਤੁਹਾਨੂੰ ਇੱਕ ਤਾਂ ਚਾਹੀਦਾ ਹੀ ਹੈ ਭਾਵੇਂ ਇੰਟਰਨਲ ਲੱਗਿਆ ਹੋਵੇ ਕੰਪਿਊਟਰ ਭਾਵੇਂ ਐਕਸਟਰਨਲ ਲੱਗਿਆ ਹੋਵੇ ਇੱਕ ਤਾਂ ਹੋਣਾ ਚਾਹੀਦਾ ਹੀ ਹੈ ਜਿਹਦੇ ਨਾਲ ਆਪਾਂ ਨੈਟਵਰਕ ਜੋੜਾਂਗੇ ਹੁਣ ਸਿੰਪਲ ਜੀ ਗੱਲ ਹੈ ਪਹਿਲਾਂ ਕੇਬਲ ਲਵਾਂਗੇ ਕੇਬਲ ਨੂੰ ਬਣਾਵਾਂਗੇ ਇੱਥੇ ਇੱਕ ਲਿਖਿਆ ਹੋਇਆ ਕੇਬਲ ਦਾ ਪੜ੍ਹ ਲਓ ਨੈਟਵਰਕ ਕੇਬਲ ਆਰ ਯੂਜ਼ ਟੂ ਕਨੈਕਟ ਕੰਪਿਊਟਰ ਦਾ ਮੋਸਟਲੀ ਕਾਮਨਲੀ ਯੂਜ਼ ਕੇਬਲ RJ45 ਕੇਬਲ ਜਿਹੜੀ ਹੈਗੀ ਹੈ ਉਹ CAT5 ਅਤੇ CAT6 ਹੁੰਦੀ ਹੈ ਠੀਕ ਹੈ ਕੇਬਲ ਦੇ ਅੱਗੇ ਕਨੈਕਟਰ ਲੱਗਾ ਹੁੰਦਾ ਉਹਨੂੰ ਕਹਿੰਦੇ RJ45 ਸਭ ਤੋਂ ਪਹਿਲਾਂ ਆਪਾਂ ਇੱਕ ਕੇਬਲ ਦੇ ਦੋਨੋਂ ਸਿਰਿਆਂ ਤੇ ਕੀ ਲਗਾਵਾਂਗੇ RJ45 ਉਹ RJ45 ਇੱਕ ਪਾਸੇ ਆਪਾਂ ਲਗਾਵਾਂਗੇ ਕੰਪਿਊਟਰ ਦੇ ਲੈਨ ਕਾਰਡ 'ਚ ਲੈਨ ਕਾਰਡ ਨੂੰ ਕਹਿੰਦੇ ਇੰਟਰਨਲ ਨੈਟਵਰਕ ਕਾਰਡ ਇਹਨੂੰ ਲੈਨ ਕਾਰਡ ਵੀ ਕਹਿੰਦੇ ਆ ਅਤੇ ਉਹ ਆਪਾਂ ਜਿਹੜਾ ਹੈਗਾ ਇੱਕ RJ45 ਕੇਬਲ ਦੇ ਨਾਲ ਅਟੈਚ ਤਾਂ ਕਰਦਾ ਦੋਨੋਂ ਸਿਰਿਓ ਇੱਕ ਸਾਈਡ ਦਾ ਆਪਾਂ ਜਿਹੜਾ ਹੈਗਾ ਇੰਟਰਨਲ ਲੈਨ ਕਾਰਡ 'ਚ ਲਗਾਵਾਂਗੇ ਦੂਜੀ ਸਾਈਡ 'ਤੇ ਆਪਾਂ ਲਗਾਵਾਂਗੇ ਡਿਸਟ੍ਰੀਬਿਊਟਰ 'ਚ ਹੁਣ ਡਿਸਟ੍ਰੀਬਿਊਟਰ 'ਚ ਉੱਤੇ ਸਪਲਾਈ ਆ ਗਈ ਫਿਰ ਉਹ ਸਮਾਲ 16 ਪੋਰਟ ਦਾ ਸੀਗਾ 16 ਕੰਪਿਊਟਰ ਲੱਗ ਸਕਦੇ ਆ ਇੱਕ ਆਪਾਂ ਲਗਾਤਾ ਮੇਨ ਕੰਪਿਊਟਰ ਜੋੜਦਾ 15 ਕਲਾਇੰਟ ਜੋੜ ਕੇਬਲ ਦੇ ਨਾਲ ਤਾਂ ਇੱਕ ਸਰਵਰ ਬਣ ਗਿਆ ਬਾਕੀ ਕਲਾਇੰਟ ਬਣ ਗਏ ਫਿਰ ਉਸ ਜਿਹੜਾ ਆਪਣਾ ਡਿਸਟ੍ਰੀਬਿਊਟਰ ਸੀਗਾ ਉਹਦੇ ਵਿੱਚ ਆਪਾਂ ਇੱਕ ਕੇਬਲ ਲਗਾ ਦਿੱਤੀ ਉਹ ਕੇਬਲ ਆਪਾਂ ਕਿੰਨਾ ਜੋੜਤੀ ਰੂਟਰ ਦੇ ਨਾਲ ਰੂਟਰ 'ਚ ਇੰਟਰਨੈਟ ਚੱਲਦਾ ਗਿਆ ਰੂਟਰ ਦੇ ਨਾਲ ਡਿਸਟ੍ਰੀਬਿਊਟਰ 'ਚ ਇੰਟਰਨੈਟ ਆ ਗਿਆ ਡਿਸਟ੍ਰੀਬਿਊਟਰ ਦੇ ਨਾਲ ਸਰਵਰ ਅਤੇ ਕਲਾਇੰਟ ਸਾਰੇ ਪਾਸੇ ਇੰਟਰਨੈਟ ਆ ਗਿਆ ਕਲੀਅਰ ਹੈ ਇਹ ਨੈਟਵਰਕਿੰਗ ਕਰਾ ਦਿਓ ਨੈਟਵਰਕਿੰਗ ਹੁੰਦੀ ਹੈ ਤਾਂ ਨੈਟਵਰਕਿੰਗ ਕਾਰਡ ਜਿਹੜਾ ਹੁੰਦਾ ਇਹ ਇਨਬਿਲਟ ਹੁੰਦਾ ਕੰਪਿਊਟਰ ਦੇ ਵਿੱਚ ਜੇ ਨੈਟਵਰਕਿੰਗ ਕਾਰਡ ਖਰਾਬ ਹੋ ਜਾਏ ਤਾਂ ਤੁਸੀਂ ਐਕਸਟਰਨਲ ਵੀ ਲਗਾ ਸਕਦੇ ਹੋ ਇਹ ਦੋ ਤਰ੍ਹਾਂ ਦਾ ਹੁੰਦਾ ਇੰਟਰਨਲ ਅਤੇ ਐਕਸਟਰਨਲ ਇਹਦੇ ਲਈ NIC ਅਤੇ PCI ਦੋਨੋਂ ਨੂੰ ਪੜ੍ਹ ਲਿਆ ਚੰਗੀ ਤਰੀਕੇ ਨਾਲ ਉਸ ਤੋਂ ਬਾਅਦ ਸਭ ਤੋਂ ਚੜ੍ਹੇ ਯੂਨੀਵਰਸਲ ਸੀਰੀਅਲ ਬੱਸ USB ਫੁੱਲ ਫੋਰਮ ਹੈ ਯੂਨੀਵਰਸਲ ਸੀਰੀਅਲ ਬੱਸ USB ਕੀ ਹੁੰਦਾ ਹੁਣ USB ਹੁੰਦਾ ਪੈਨ ਡਰਾਈਵ USB ਪੋਰਟ ਕੀ ਹੁੰਦਾ ਜਿੱਥੇ ਆਪਾਂ ਪੈਨ ਡਰਾਈਵ ਲਗਾਉਂਦੇ ਹਾਂ ਤਾਂ USB ਡਰਾਈਵ ਕਿਹਨੂੰ ਕਹਿੰਦੇ ਪੈਨ ਡਰਾਈਵ ਯੂਨੀਵਰਸਲ ਸੀਰੀਅਲ ਬੱਸ ਪੈਨ ਡਰਾਈਵ ਦਾ ਕੰਮ ਕੀ ਹੁੰਦਾ ਡਾਟਾ ਨੂੰ ਇੱਕ ਥਾਂ ਤੋਂ ਦੂਜੀ ਥਾਂ ਟ੍ਰਾਂਸਫਰ ਕਰਨਾ ਵਿਦ ਦੀ ਹੈਲਪ ਆਫ ਪੈਨ ਡਰਾਈਵ ਆਪਾਂ ਨੂੰ ਯੂਜ਼ ਕਰ ਸਕਦੇ ਹਾਂ ਅੱਗੇ ਆ ਗਿਆ ਪਾਸਵਰਡ ਵਾਟ ਇਜ਼ ਪਾਸਵਰਡ ਪਾਸਵਰਡ ਕਿਹਨੂੰ ਕਹਿੰਦੇ ਆ ਪਾਸਵਰਡ ਤੁਹਾਨੂੰ ਪਤਾ ਹੀ ਹੈ ਪਾਸਵਰਡ ਕਿਸੇ ਚੀਜ਼ ਨੂੰ ਲੋਕ ਕਰਨਾ ਕੰਪਿਊਟਰ ਦੇ ਵਿੱਚ ਆਪਾਂ ਆਪਣੇ ਮੋਬਾਈਲ ਨੂੰ ਲਾ ਕੇ ਰੱਖਦੇ ਹਾਂ ਪਾਸਵਰਡ
ਹੁਣ ਕਈ ਬੱਚੇ ਕੀ ਕਰਦੇ ਆ ਕਈ ਵਾਰੀ ਪਾਸਵਰਡ ਲਗਾਉਂਦੇ ਫਾਈਲਾਂ ਨੂੰ ਤੇ ਉਹ ਫਾਈਲ ਦੁਬਾਰਾ ਓਪਨ ਨਹੀਂ ਹੁੰਦੀ ਬੱਚਾ ਕਹਿੰਦਾ ਸਰ ਉਹੀ ਪਾਸਵਰਡ ਮੈਂ ਲਗਾ ਰਹੀ ਹਾਂ ਜਾਂ ਲਗਾ ਰਿਹਾ ਪਰ ਓਪਨ ਨਹੀਂ ਹੋ ਰਿਹਾ ਤਾਂ ਇਹ ਯਾਦ ਰੱਖਿਓ ਪਾਸਵਰਡ ਜਿਹੜਾ ਹੁੰਦਾ ਕੇਸ ਸੈਂਸਿਟਿਵ ਹੁੰਦਾ ਜੋ ਪਾਸਵਰਡ ਤੁਸੀਂ ਲਗਾਇਆ ਓਪਨ ਉਸੇ ਪਾਸਵਰਡ ਦੇ ਨਾਲ ਹੋਣੀ ਆਈ ਡੀ ਤੁਹਾਡੀ ਭਾਵੇਂ ਫੇਸਬੁੱਕ ਦੀ ਆਈ ਡੀ ਹੈ ਜਾਂ ਤੁਹਾਡੀ ਜੀਮੇਲ ਦੀ ਆਈ ਡੀ ਹੈ ਕਿਉਂਕਿ ਜਦੋਂ ਆਪਾਂ ਪਾਸਵਰਡ ਲਗਾਉਂਦੇ ਹਾਂ ਉਹ ਪਾਸਵਰਡ ਕਿੱਥੇ ਨਾ ਕਿੱਥੇ ਜਾ ਕੇ ਸਟੋਰ ਹੋ ਜਾਂਦਾ ਫਿਰ ਜਦੋਂ ਆਪਾਂ ਪਾਸਵਰਡ ਭਰਦੇ ਹਾਂ ਤਾਂ ਉਹ ਚੈੱਕ ਕਰਦਾ ਕਿ ਉਹ ਦੋਨੋਂ ਬਰਾਬਰ ਹੈ ਜੋ ਭਰਿਆ ਸੀਗਾ ਪਾਸਵਰਡ ਕੇਸ ਸੈਂਸਿਟਿਵ ਦਾ ਮਤਲਬ ਕੀ ਹੈ ਜੇ ਤੁਸੀਂ ਛੋਟੀ ਏ ਬੀ ਸੀ ਪਾਸਵਰਡ ਲਗਾਇਆ ਤਾਂ ਛੋਟੀ ਏ ਬੀ ਸੀ 'ਚ ਹੀ ਓਪਨ ਹੋਣਾ ਠੀਕ ਹੈ ਤਾਂ ਪਾਸਵਰਡ ਜਿਹੜਾ ਹੁੰਦਾ ਉਹ ਕੇਸ ਸੈਂਸਿਟਿਵ ਹੁੰਦਾ ਉਸ ਤੋਂ ਬਾਈਨਰੀ ਨੰਬਰ ਹੈ ਉਹ ਬਾਈਨਰੀ ਦੀ ਗੱਲ ਕਰ ਚੁੱਕੇ ਹਾਂ 01 ਪ੍ਰੋਗਰਾਮ ਕੀ ਹੁੰਦਾ ਪ੍ਰੋਗਰਾਮ ਦੋ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਹੈ ਇੱਕ ਉਹਦਾ ਸੋਰਸ ਪ੍ਰੋਗਰਾਮ ਇੱਕ ਉਹਦਾ ਓਬਜੈਕਟ ਪ੍ਰੋਗਰਾਮ ਸੋਰਸ ਪ੍ਰੋਗਰਾਮ ਕਿਹਨੂੰ ਕਹਿੰਦੇ ਹੈ ਜਿਹੜਾ ਕਿ ਲੋ ਲੈਂਗੁਏਜ ਦੇ ਵਿੱਚ ਕੰਮ ਹੁੰਦਾ ਉਹ ਸੋਰਸ ਪ੍ਰੋਗਰਾਮ ਹੈ ਤੇ ਜਿਹੜਾ ਹਾਈ ਲੈਂਗੁਏਜ ਦੇ ਵਿੱਚ ਕੰਮ ਹੁੰਦਾ ਉਹ ਹੈਗਾ ਓਬਜੈਕਟ ਪ੍ਰੋਗਰਾਮ ਵਾਟ ਇਜ਼ ਕਮਾਂਡ ਕਮਾਂਡ ਜਿਹੜੀ ਹੈਗੀ ਦੋ ਤਰ੍ਹਾਂ ਦੀ ਹੈਗੀ ਹੈ ਇੱਕ ਇੰਟਰਨਲ ਕਮਾਂਡ ਤੇ ਇੱਕ ਐਕਸਟਰਨਲ ਕਮਾਂਡ ਆਪਾਂ ਅੰਦਰ ਕਮਾਂਡਸ ਦੇ ਵਿੱਚ ਕਮਾਂਡਸ ਚਲਾਉਂਦੇ ਹਾਂ ਨਿਊ ਓਪਨ ਸੇਵ ਤਾਂ ਉਹ ਜਿਹੜਾ ਹੈਗਾ ਇੰਟਰਨਲ ਕਮਾਂਡ ਹੁੰਦੀ ਆ ਜਿਹੜਾ ਡਾਟਾ ਆਪਾਂ ਪੈਂਡਰ ਚਲਾ ਕੇ ਕਾਪੀ ਪੇਸਟ ਕਰ ਦਿੰਦੇ ਹਾਂ ਬਾਹਰ ਡਾਟਾ ਬਾਹਰ ਆ ਜਾਂਦਾ ਉਹ ਐਕਸਟਰਨਲ ਕਮਾਂਡ ਹੈਗੀ ਆ ਉਸ ਦਾ ਬਿੱਟ ਕੀ ਹੁੰਦੀ ਹੈ ਸਭ ਤੋਂ ਸ਼ੋਰਟੈਸਟ ਜਿਹੜੀ ਯੂਨਿਟ ਹੈਗੀ ਉਹ ਬਿੱਟ ਹੁੰਦੀ ਹੈ ਸਟੋਰੇਜ ਦੀ ਆਪਾਂ ਗੱਲ ਕਰ ਚੁੱਕੇ ਹਾਂ ਸਟੋਰੇਜ ਜਿਹੜੀ ਹੈਗੀ ਹੈ ਉਹ ਦੋ ਭਾਗਾਂ ਦੇ ਵਿੱਚ ਵੰਡੀ ਗਈ ਪ੍ਰਾਇਮਰੀ ਤੇ ਸੈਕੰਡਰੀ ਪ੍ਰਾਇਮਰੀ ਜਿਹੜੀ ਹੈਗੀ ਰੈਮ ਤੇ ਰੋਮ ਜਿਹੜੇ ਆਪਾਂ ਟੈਂਪਰੇਰੀ ਮੈਮਰੀ ਕਹਿ ਰਹੇ ਸੀਗੇ ਤੇ ਸੈਕੰਡਰੀ ਮੈਮਰੀ ਜਿਹੜੀ ਹੈਗੀ ਹੈ ਉਹ ਇਸ ਤੋਂ ਇਲਾਵਾ ਬਾਕੀ ਸਾਰੀ ਹਾਰਡ ਡਿਸਕ ਹੋ ਗਿਆ ਪੈਨ ਡਰਾਈਵ ਹੋ ਗਿਆ ਠੀਕ ਤੇ ਨਹੀਂ ਹੈ ਹੁਣ ਰਿਮੂਵੇਬਲ ਡਿਵਾਈਸ ਕਿਹੜੇ ਕਿਹੜੇ ਹੁੰਦੇ ਆ ਰਿਮੂਵੇਬਲ ਡਿਵਾਈਸ ਉਹ ਡਿਵਾਈਸ ਹੁੰਦੇ ਆ ਜਿਹੜੇ ਆਪਾਂ ਕੰਪਿਊਟਰ ਦੇ ਵਿੱਚੋਂ ਰਿਮੂਵ ਕਰ ਸਕਦੇ ਕੰਪਿਊਟਰ ਤਾਂ ਹੀ ਚੱਲਦਾ ਰਹਿੰਦਾ ਜਿੱਦਾਂ ਕਿ ਸੀਡੀ ਡੀਵੀਡੀ ਜਾਂ ਸੀਡੀ ਰੋਮ ਜਾਂ ਡੀਵੀਡੀ ਰੋਮ ਜਾਂ ਫਲੋਪੀ ਜਾਂ ਫਿਰ ਯੂਐਸਬੀ ਡਰਾਈਵ ਇਹ ਚੀਜ਼ਾਂ ਜਿਹੜੀ ਕੰਪਿਊਟਰ 'ਚ ਲਗਾਓ ਜਾਂ ਕੱਢ ਲਓ ਕੰਪਿਊਟਰ ਤਾਂ ਹੀ ਚੱਲਦਾ ਰਹਿੰਦਾ ਰਿਮੂਵੇਬਲ ਡਰਾਈਵ ਹੁੰਦੀ ਇਨਪੁੱਟ ਡਿਵਾਈਸ ਵੀ ਤੁਹਾਨੂੰ ਦੱਸਦੇ ਹੋਏ ਤਾਂ ਆਊਟਪੁੱਟ ਡਿਵਾਈਸ ਵੀ ਆਪਾਂ ਗੱਲ ਕਰ ਚੁੱਕੇ ਹਾਂ ਅੱਗੇ ਜਿਹੜੇ ਹੈਗੇ ਆ ਸ਼ੋਰਟ ਨੋਟ ਹੈਗੇ ਆ ਇਹ ਆਪਾਂ ਜਿਹੜਾ ਹੁਣ ਤੱਕ ਪੜ੍ਹਿਆ ਉਹਦੇ ਸ਼ੋਰਟ ਨੋਟ ਆ ਗਏ ਕੀਬੋਰਡ ਦੇ ਮਾਊਸ ਦੇ ਹਾਰਡ ਡਿਸਕ ਦੇ ਸੀ ਡੀ ਰੋਮ ਦੇ ਇਹ ਸਾਰੇ ਤੁਸੀਂ ਪੜ੍ਹ ਲੈਣੇ ਆ ਠੀਕ ਹੈ ਜੀ ਇਹਦੇ ਵਿੱਚੋਂ ਵੀ ਕੁਐਸਚਨ ਪੜ੍ਹੇ ਆਉਣੇ ਆ ਅਤੇ ਲਾਸਟ ਦੇ ਵਿੱਚ ਜਿਹੜਾ ਨੰਬਰ ਸਿਸਟਮ ਹੈ ਇਹਦੇ ਫੋਕਸ ਕਰਿਓ ਨੰਬਰ ਸਿਸਟਮ ਕਿਹੜੇ ਕਿਹੜੇ ਨੇ ਕਿੰਨਾ ਕੀ ਬੇਸ ਹੈ ਕਿਹਦੇ ਵਿੱਚ ਕਿੰਨੇ ਨੰਬਰ ਨੇ ਉਹ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਕਲੀਅਰ ਹੈ ਅੱਗੇ ਪਰਸਨਲ ਕੰਪਿਊਟਰ ਲਈ ਆਪਾਂ ਪੜ੍ਹ ਚੁੱਕੇ ਹਾਂ ਤੇ ਬੇਸਿਕ ਕੰਪਿਊਟਰ ਟਰਮ ਹਾਰਡਵੇਅਰ ਸੀਪੀਯੂ ਡਿਸਕ ਡਰਾਈਵ ਹਾਰਡ ਡਿਸਕ ਡਰਾਈਵ ਇਹ ਉਹੀ ਚੀਜ਼ਾਂ ਨੇ ਜਿਹੜੀਆਂ ਆਪਾਂ ਪੜ੍ਹੀਆਂ ਨੇ ਪਰ ਥੋੜ੍ਹੀ ਜਿਹੀ ਇਹਨਾਂ ਨੂੰ ਇੱਕ ਇੱਕ ਲਾਈਨ 'ਚ ਐਕਸਪਲੇਨ ਕਰਦਾ ਤਾਂ ਇਹ ਤੁਸੀਂ ਆਰਾਮ ਨਾਲ ਘਰ ਬੈਠ ਕੇ ਪੜ੍ਹ ਲਈਓ ਅੱਗੇ ਵਿੰਡੋਜ਼ ਦੀ ਗੱਲ ਕਰਦੇ ਹਾਂ ਆਪਾਂ ਪੇਜ ਨੰਬਰ 18 ਤੇ ਵਿੰਡੋਜ਼ ਕੀ ਹੁੰਦੀ ਹੈ ਵਿੰਡੋਜ਼ ਨੂੰ ਪਤਾ ਲੱਗ ਗਿਆ ਆਪਰੇਟਿੰਗ ਸਿਸਟਮ ਸਭ ਤੋਂ ਪਹਿਲਾਂ ਜਿਹੜੀ ਵਿੰਡੋ ਬਣੀ ਸੀਗੀ ਉਹ ਡੋਸ ਬੇਸ ਸੀਗੀ ਪਹਿਲਾਂ ਜਿਹੜੇ ਸੌਫਟਵੇਅਰ ਬਣੇ ਸੀ ਉਹ ਵੀ ਡੋਸ ਬੇਸ ਸੀਗੇ ਹੁਣ ਡੋਸ ਦਾ ਕੰਮ ਬਿਲਕੁਲ ਹੀ ਖਤਮ ਹੋ ਗਿਆ ਠੀਕ ਹੈ ਨਹੀਂ ਹੈ ਜਦੋਂ ਅਸੀਂ ਸਟੱਡੀ ਕੀਤੀ ਆਪਾਂ ਡੋਸ ਸਾਨੂੰ ਸਾਨੂੰ ਮੈਨੂੰ ਅਮਿਤਸਰ ਨੂੰ ਆਪਾਂ ਨੂੰ ਡੋਸ ਆਉਂਦਾ ਕਿਉਂਕਿ ਅਸੀਂ ਅੱਜ ਤੋਂ 15-20 ਸਾਲ ਪਹਿਲਾਂ ਕੰਪਿਊਟਰ ਸਿੱਖਿਆ ਸੀਗਾ ਉਦੋਂ ਡੋਸ ਸਿੱਖਣਾ ਬਹੁਤ ਹੀ ਨੈਸੈਸਰੀ ਚੀਜ਼ ਸੀਗੀ ਕਿ ਡੋਸ ਆਉਣਾ ਚਾਹੀਦਾ ਕਿਉਂਕਿ ਡੋਸ ਹੀ ਕੰਮ ਹੁੰਦੇ ਸਨ ਪਰ ਹੁਣ ਜਿਹੜਾ ਹੈਗਾ ਸਾਰਾ ਕੰਮ ਜਿਹੜਾ ਹੈਗਾ ਡੋਸ ਦਾ ਖਤਮ ਮਤਲਬ ਡੋਸ ਖਤਮ ਨਹੀਂ ਹੋਇਆ ਨਾ ਕਦੇ ਖਤਮ ਹੋ ਸਕਦਾ ਕਿ ਜਿਹੜੀ ਓਪਰੇਟਿੰਗ ਸਿਸਟਮ ਹੈ ਜਿਹੜੀ ਵਿੰਡੋਜ਼ ਚੱਲਦੀਆਂ ਨੇ ਉਹ ਡੋਸ ਬੇਸ ਹੁੰਦੀ ਆ ਉਹ ਡੋਸ ਦੀ ਗੱਲ ਕਰਦੇ ਆ ਠੀਕ ਹੈ ਨਹੀਂ ਹੈ ਪਰ ਹੁਣ ਜਿਹੜਾ ਆਪਾਂ ਓਪਰੇਟਿੰਗ ਸਿਸਟਮ ਚਲਾਉਂਦੇ ਉਹ ਬਹੁਤ ਹਾਈ ਲੈਵਲ ਹੋ ਗਿਆ ਸਾਨੂੰ ਡੋਸ ਦੀ ਲੋੜ ਹੀ ਨਹੀਂ ਪੈਂਦੀ ਤਾਂ ਸਭ ਤੋਂ ਪਹਿਲਾਂ ਜਿਹੜੀ ਵਿੰਡੋਜ਼ ਸੀਗੀ ਆ ਇਹਦੇ ਵਿੱਚ ਜ਼ਿਆਦਾਤਰ ਲਿਖਿਆ ਵਿੰਡੋ ਕਦੋਂ ਆਈਆ ਓਐਸ ਮਤਲਬ ਓਪਰੇਟਿੰਗ ਸਿਸਟਮ ਕਦੋਂ ਕਿਹੜਾ ਓਪਰੇਟਿੰਗ ਸਿਸਟਮ ਆਇਆ ਉਹਦੇ ਵਿੱਚ ਕੀ ਫੀਚਰ ਸੀਗੇ ਉਹ ਕਿੰਨੇ ਬਣਾਇਆ ਕਿਹੜੇ ਸਾਲ ਦੇ ਵਿੱਚ ਫਿਰ ਉਸ ਤੋਂ ਬਾਅਦ ਕਿਹੜਾ ਆਇਆ ਉਸ ਤੋਂ ਬਾਅਦ ਕਿਹੜਾ ਆਇਆ ਇਸ ਤਰੀਕੇ ਨਾਲ ਆਪਣੇ ਸਾਰੇ ਸਾਨੂੰ ਯਾਦ ਕਰਨੇ ਪੈਣੇ ਠੀਕ ਹੈ ਜੀ ਐਕਸਪੀ ਵਿੰਡੋ ਕਦੋਂ ਆਈ ਹੈ ਵਿੰਡੋ 7 ਕਦੋਂ ਆਈ ਹੈ ਵਿੰਡੋ 8 ਕਦੋਂ ਆਈ ਹੈ ਵਿੰਡੋ 10 ਕਦੋਂ ਆਈ ਹੈ ਤੇ ਵਿੰਡੋ 11 ਕਦੋਂ ਆਈ ਹੈ ਵਿੰਡੋ 11 ਦਾ ਐਗਜ਼ਾਮਪਲ ਬਿਲਕੁਲ ਇਹ ਤੁਹਾਡੇ ਸਾਹਮਣੇ ਹੈ ਇਹ 5 ਅਕਤੂਬਰ 2021 ਮਤਲਬ ਇਸੇ ਸਾਲ 5 ਅਕਤੂਬਰ ਨੂੰ ਜਿਹੜੀ ਵਿੰਡੋ ਲਾਂਚ ਹੋ ਗਿਆ ਉਹ ਵਿੰਡੋ 11 ਹੈ ਇਹਦੇ ਵਿੱਚ ਸਭ ਤੋਂ ਮੇਨ ਜਿਹੜੀ ਵਧੀਆ ਚੀਜ਼ ਲੱਗੀ ਹੈ ਕਿ ਜਿਹੜੇ ਆਪਾਂ ਪਲੇ ਸਟੋਰ ਤੋਂ ਸੋਫਟਵੇਅਰ ਚਲਾਉਂਦੇ ਹਾਂ ਐਂਡਰੋਇਡ ਦੇ ਉਹ ਤੁਹਾਡੇ ਕੰਪਿਊਟਰ ਦੇ ਵਿੱਚ ਚੱਲ ਜਾਂਦੇ ਹਨ ਤੇ ਇਹਦੀ ਜਿਹੜੀ ਲੁੱਕ ਹੈ ਉਹ ਲੁੱਕ ਦਿੱਤੀ ਹੈ ਐਪਲ ਦੇ ਜਿਹੜੇ ਪੈਡ ਹੁੰਦੇ ਐਪਲ ਪੈਡ ਹੋ ਗਿਆ ਮੈਕਿੰਟੋਸ਼ ਕੰਪਿਊਟਰ ਹੋ ਗਏ ਉਹਦੀ ਜਿਹੜੀ ਲੁੱਕ ਹੈ ਉਹ ਵਿੰਡੋ 11 ਦੇ ਵਿੱਚ ਪਾਈ ਗਈ ਤੇ ਵਿੰਡੋ 7 8 10 11 ਟੱਚ ਸਕਰੀਨ ਦੇ ਵਿੱਚ ਤਾਂ ਸਾਰੀਆਂ ਵਿੰਡੋ ਹੀ ਹੁੰਦੀਆਂ ਆਪਣੇ ਕੋਲ ਟੱਚ ਡਿਵਾਈਸ ਨਹੀਂ ਹੁੰਦੀ ਗੱਲ ਵੱਖਰੀ ਹੈ ਬਾਕੀ ਇਹ ਵਿੰਡੋ ਟੱਚ ਦੇ ਵਿੱਚ ਵੀ ਚੱਲਦੀਆਂ ਨੇ ਠੀਕ ਹੈ ਜੀ
उस तो बाद जो आइकन आइकन कि कहते हैं कंप्यूटर जो समाल ग्राफिक सिंबल ऑन स्क्रीन स्क्रीन जो ग्राफिक सिंबल होंगे आइकन कहते हैं हम आइकन के माई कंप्यूटर माई डॉक्यूमेंट डाउनलोड जो स्क्रीन के उत्ते पे रहते हैं आइकन आइकन आप कही सारा कुछ आइकन ही है आइकन के अलग तो फॉन्ट होंगे शॉर्टकट होंगे वो अलग गल है पर आइकन जो स्क्रीन के उत्ते अपना डैस्कटॉप पर नजर आते हैं दैट्स आर आइकन अगे फोल्डर फोल्डर किनू कहते हैं तो फोल्डर भी शो करता पाया फोल्डर लाइक ए बैग जो सा बैग होता बैग जो आप समान रख लेंगे तो फोल्डर वही काम करता आप अपने गेम वॉलपेपर अपने नोट्स वगैरह या सॉन्ग्स वगैरह आप अलग अलग फोल्डर बना के अलग अलग उन्होंने रख सकते हैं ठीक है कि नहीं तो यह रखा कि कितने आप कि स्टोर होगा कि हाँ किस ठीक है नहीं है अगे माइक्रो प्रैक्टिकल वर्क आ गया हम आ गया जो थ्रैटिकल वर्क आप पढ़ चुके हैं जिन्होंने कहते हैं कंप्यूटर फंडामेंटल क्या कहते हैं कंप्यूटर वर्क किमें करता अस जो कंप्यूटर सिखाते हैं अभी सारा काम प्रैक्टिकल कराते हैं अभी कभी लिखवाया लिखो माउस व्हाट इज माउस व्हाट इज कीबोर्ड व्हाट इज प्रिंटर कभी नहीं लिखाया क्यों नहीं लिखाया क्योंकि दिसंबर एक यह महीना आता कि आपको कंप्यूटर फंडामेंटल की पूरी इनफॉर्मेशन दे देते हैं पूरी तैयारी करा देते हैं तो टाइम नहीं खराब करते क्योंकि स्कूलों के कंप्यूटर फंडामेंटल ही सीखा होता पढ़िया होता और लिखा होना ज्यादा काम करते हैं तो हमने कंप्यूटर फंडामेंटल है कंप्यूटर फंडामेंटल इस करके जरूरी है जी चीज़ आप चला रहे हैं उस चीज़ की नॉलेज होनी सब जरूरी है क्लीयर तो उस तो बाद आ गया हम माइक्रोसॉफ्ट वर्ड ये प्रैक्टिकल भी होने वाल जा रहे हैं प्रैक्टिकल अपने कंप्यूटर रखा नहीं है तो आप करा प्रैक्टिकल जो है तो वर्ड एक्सेल पावरपॉइंट ਦੇ ਮੈਂ ਕਰਾ ਦਿੰਦਾ ਹਾਂ ਜੀ ਕੋਈ ਪ੍ਰਸ਼ਨ ਹੈਗਾ ਵਰਡ ਐਕਸਲ ਪਾਵਰਪੁਆਇੰਟ ਜਿਹੜਾ ਹੈਗਾ ਆਪਾਂ ਕੰਪਿਊਟਰ ਤੇ ਬੈਠ ਕੇ ਤਿਆਰੀ ਕਰਾਂਗੇ ਤੁਹਾਡੇ ਸਾਰ ਕਰਾ ਦਿੰਦੇ ਠੀਕ ਹੈ ਉਸ ਤੋਂ ਬਾਅਦ ਆ ਗਿਆ ਐਕਸਟੈਂਸ਼ਨ ਐਕਸਟੈਂਸ਼ਨ ਦੇ ਨਾਲ ਪੇਜ ਨੰਬਰ 37 ਤੇ एक्सटेंशन की होंगे एक्सटेंशन होंगे पहचान किसी भी वर्ड मतलब कोई फाइल है उसको देख के पता लग जाएगा कि वो फाइल वर्ड की है या एक्सेल की है या वो म्यूजिक फाइल है या वीडियो फाइल है या ये सॉफ्टवेयर है तो फाइल का टाइप जरा होंगे टाइप में कहते एक्सटेंशन वर्ड की फाइल डब्ल्यू बन जाता अपने आप एक्सेल की फाइल एक्स बन जाता पावर पॉइंट की फाइल पी बन जाता तो वो जो है कहते एक्सटेंशन हूँ एने जो एक्सटेंशन ने वैसे सारे इंपोर्टेंट है कुछ एक्सटेंशन जो है मैं अपने बच्चों भी लाइक टिक मार्किंग कराई थी मैं भी सबू भेजा वा दस दूंगे हूँ ए होंगे कि आप डीओसी डीओसी एस डीओसी जरा 2007 तो पहला जी फाइल बीवर्ड की बनती थी टाइप होंगे डीओसी 2007 तो बाद हूँ तक जी फाइल बनती हैं दो बिनवर्ड के डीओसी एक्स इस तरीके ईएक्सई जी होंगी एप्लीकेशन फाइल होंगी गिफ्ट जी होंगी है जी एनीमेटेड फोटो होंगी गिफ्ट फाइल कहते हैं जेपी जी फोटो होंगी है पीडीएफ पोर्टेबल डॉक्यूमेंट फॉरमेट पीएनजी पोर्टेबल नेटवर्क ग्राफिक तो इस तरीके के नाल ये सारिया तुम्हें याद कर क्लीयर जी जो मेन इंपोर्टेंट है अगे व्हाट इज ईमेल और खत्म है 10 मिनट से ज्यादा नहीं खत्म कर देंगे ये व्हाट इज ईमेल ईमेल होता है इलेक्ट्रॉनिक मेल हाँ जी हाँ जी 10 मिनट हो रहा है ईमेल तो पता ही है कि ईमेल की टेक्नोलॉजी है एक थान तो डाटा विद दी हेल्प ऑफ इंटरनेट आप दूसरे पास भेज सकते हैं और ईमेल कहते हैं ईमेल का टाइप दिता आया पेपर के आऊगा कि मतलब सही टाइप करा ईमेल का उसे सही टिक लगाना तो ईमेल किन्ने बनाया ठीक है रैन जैनसन ने बनाया 1971 के इस तरीके के नाल ईमेल सब तो पहला किन्ने भेजा बनाया किन्ने है कदों इस्तेमाल होया ये चीज़ा याद रखने मेरे से उस तो वैबसाइट है वैबसाइट तुम्हें पता ही है वैब पेज मतलब सिंगल जो पेज होंगे वैब पेज कहते हैं एक तो बस वैब पेज जो बना लगे वैबसाइट कहते हैं तो वैबसाइट कौन बना सकता वैबसाइट तुम या मैं या कोई भी बंदा बना सकता और नॉलेज होनी चाहिए जो नॉलेज होगी वो बना सकता पहली वैबसाइट किन्ने बनाई सी कदों बनाई सी तो किन्ने बनाई सी लिखा सारा याद कर लो तीन क्वेश्चन इन्हें भी आ सकते हैं
वैबसाइट ਦੇ ਵੈਬ ਪੇਜ ਦੇ ਵਿੱਚ ਕੀ ਫਰਕ ਹੈ? ਸਿੰਗਲ ਪੇਜ ਨੂੰ ਵੈਬ ਪੇਜ ਕਹਿੰਦੇ ਆ, ਦੋ ਜਾਂ ਦੋ ਤੋਂ ਵੱਧ ਪੇਜ ਨੂੰ ਮਿਲਾ ਕੇ ਜਿਹੜਾ ਬਣਦਾ ਉਹ ਵੈਬਸਾਈਟ ਕਹਿ ਦਿੰਦੇ ਆ। ਤੇ ਇੱਥੇ ਲਿਖਿਆ ਕਿ ਚਾਰਟ ਕਿਹੜੇ ਹੁੰਦੇ ਆ, ਤੇ ਜਿਹੜੇ ਗ੍ਰਾਫਿਕ ਜਿਹੜੇ ਸਾਡੇ ਡਾਟਾ ਨੂੰ ਗ੍ਰਾਫਿਕ ਐਨਾਲਾਈਜ਼ ਕਰਦੇ ਆ ਵਿਦ ਦੀ ਹੈਲਪ ਆਫ ਲਾਈਨਿੰਗ ਬਾਰ, ਠੀਕ ਹੈ, ਤਾਂ ਉਹਨੂੰ ਚਾਰਟ ਕਹਿੰਦੇ ਆ। ਬਾਰ ਚਾਰਟ, ਲਾਈਨ ਚਾਰਟ, ਕੋਲਮ ਚਾਰਟ ਜਿਹੜੇ ਹੈਗੇ ਆ ਇਹ ਐਗਜ਼ਾਮਪਲ ਹੈਗੇ ਆ ਚਾਰਟ ਦੇ। ਸੋਸ਼ਲ ਮੀਡੀਆ ਕਿਹਨੂੰ ਕਹਿੰਦੇ ਆ? ਸੋਸ਼ਲ ਮੀਡੀਆ ਤੁਹਾਨੂੰ ਪਤਾ ਹੀ ਹੈ ਜਿਹੜੇ ਆਪਾਂ ਚਲਾਉਂਦੇ ਆ, ਜਿੱਥੇ ਆਪਾਂ ਆਪਣੇ ਰਿਲੇਟਿਵ ਫਰੈਂਡਸ ਵਗੈਰਾ ਨਾਲ ਗੱਲਾਂ ਕਰਦੇ ਆ, ਫੋਟੋ ਸ਼ੇਅਰ ਕਰਦੇ ਆ, ਵੀਡੀਓ ਸ਼ੇਅਰ ਕਰਦੇ ਆ, ਤਾਂ ਉਹ ਸੋਸ਼ਲ ਮੀਡੀਆ ਆ ਜਾਂਦਾ। ਸੋਸ਼ਲ ਮੀਡੀਆ ਜਿਹੜੇ ਹੈਗੇ ਆ ਇਹ ਕਈ ਤਰ੍ਹਾਂ ਦੇ ਹੁੰਦੇ, ਜਿਵੇਂ ਫੇਸਬੁੱਕ ਹੋ ਗਿਆ, ਸਨੈਪਚੈਟ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਟਵਿੱਟਰ ਹੋ ਗਿਆ, ਇਹ ਸਾਰੇ ਐਗਜ਼ਾਮਪਲ ਸੋਸ਼ਲ ਮੀਡੀਆ ਦੇ ਆ। ਐਂਡਰੋਇਡ ਕਿਹਨੂੰ ਕਹਿੰਦੇ ਆ? ਜਿਹੜੇ ਸਾਡੇ ਮੋਬਾਈਲ ਆ, ਓਪੋ, ਵੀਵੋ, ਸੈਮਸੰਗ, ਜਿਹੜਾ ਇਹਨਾਂ ਦਾ ਓਪਰੇਟਿੰਗ ਸਿਸਟਮ ਹੁੰਦਾ ਉਹਨੂੰ ਐਂਡਰੋਇਡ ਕਹਿੰਦੇ ਆ। ਐਂਡਰੋਇਡ ਜਿਹੜਾ ਹੈਗਾ ਗੂਗਲ ਬੇਸਡ ਹੈ, ਮਤਲਬ ਗੂਗਲ ਨੇ ਹੀ ਬਣਾਇਆ, google.com ਹੈ ਉਹਦਾ ਹੀ ਐਂਡਰੋਇਡ ਹੈ। ਉਸ ਤੋਂ ਬਾਅਦ ਇਹਦੇ ਵਿੱਚ ਲਿਖਿਆ 2003 ਕਿਹੜੇ ਸਾਲ ਦੇ ਵਿੱਚ ਬਣਾਇਆ, ਕਿਹੜੀ ਕੰਪਨੀ ਨੇ ਬਣਾਇਆ, ਕਦੋਂ ਬਣਾਇਆ, ਤੁਸੀਂ ਆਪ ਯਾਦ ਕਰਦੇ ਆ। ਫੇਸਬੁੱਕ 2004 ਦੇ ਵਿੱਚ ਆਏ ਸੀਗੇ, ਜਿਹਦੇ ਨਾਲ ਆਪਾਂ ਆਪਸ ਵਿੱਚ ਗੱਲਾਂ ਕਰ ਸਕਦੇ ਹਾਂ, ਠੀਕ ਨਹੀਂ ਹੈ। ਕਹਿੰਦੇ ਫੇਸਬੁੱਕ ਦੇ ਐਡਵਾਂਟੇਜ ਤੇ ਡਿਸਐਡਵਾਂਟੇਜ ਤਾਂ ਦੱਸੇ ਹੋਏ ਆ, ਪੜ੍ਹ ਲਿਓ ਨਾਲ। ਅਗੇ ਕੋਰਲ ਡਰਾਅ ਤੇ ਵੈਬ ਗ੍ਰਾਫਿਕ ਰੈਂਡਰ ਡਿਵੈਲਪਮੈਂਟ, ਮਤਲਬ ਵੈਬਸਾਈਟ ਕੀ ਹੁੰਦਾ ਹੈ, ਕੋਰਲ ਡਰਾਅ ਦੇ ਵਿੱਚ ਜਿਹੜੀ ਆਪਣੀ ਟੀ-ਸ਼ਰਟ ਡਿਜ਼ਾਈਨਿੰਗ ਹੈ ਜਾਂ ਲੋਗੋ ਡਿਜ਼ਾਈਨਿੰਗ ਹੈ ਜਾਂ ਕੋਈ ਵੀ ਪ੍ਰਿੰਟਿੰਗ ਹੁੰਦੀ ਹੈ, ਉਹ ਸਾਰੀ ਹੁੰਦੀ ਹੈ ਆਪਣੀ ਗ੍ਰਾਫਿਕ ਡਿਜ਼ਾਈਨਿੰਗ ਦੇ ਵਿੱਚ। ਗ੍ਰਾਫਿਕ ਡਿਜ਼ਾਈਨਿੰਗ ਕਿਹੜਾ ਸੌਫਟ ਹੈਗਾ? ਉਹ ਹੈਗਾ ਆਪਣਾ ਕੋਰਲ ਡਰਾਅ। ਵੈਬਸਾਈਟ ਡਿਜ਼ਾਈਨਿੰਗ, ਵੈਕਟਰ ਡਿਜ਼ਾਈਨਿੰਗ ਦਾ ਮਤਲਬ ਇਹ ਹੁੰਦਾ, ਵੈਕਟਰ ਡਿਜ਼ਾਈਨਿੰਗ ਦੇ ਵਿੱਚ ਤੁਸੀਂ ਜਿੰਨਾ ਵੱਡਾ ਮਰਜ਼ੀ ਡਿਜ਼ਾਈਨ ਬਣਾ ਸਕਦੇ ਹੋ, ਕਿਉਂਕਿ ਫਲੈਕਸਾਂ ਲੱਗਦੀਆਂ ਹੈ, ਫਲੈਕਸਾਂ ਲੱਗਦੀਆਂ 15 ਫੁੱਟ ਦੀਆਂ, 20 ਫੁੱਟ ਦੀਆਂ, ਵੱਡੀਆਂ ਵੱਡੀਆਂ ਫਲੈਕਸਾਂ ਲੱਗਦੀਆਂ ਨੇ, ਉਹ ਸਾਰੀ ਕੋਰਡਰਾ ਦੇ ਵਿੱਚ ਡਿਜ਼ਾਈਨ ਹੁੰਦੀਆਂ, ਠੀਕ ਨਹੀਂ ਹੈ। ਅਤੇ ਕੋਰਡਰਾ ਦਾ ਮੇਨ ਜਿਹੜਾ ਕੰਮ ਹੁੰਦਾ ਇਹ ਵੈਕਟਰ ਡਿਜ਼ਾਈਨ ਤਾਂ ਹੁੰਦੀ ਹੈ, ਇਹਦੇ ਵਿੱਚ ਡਿਜ਼ਾਈਨ ਤੁਸੀਂ ਬਣਾ ਕੇ ਜਿੰਨਾ ਮਰਜ਼ੀ ਜ਼ੂਮ ਕਰ ਲਓ ਉਹ ਕਦੇ ਫਟੂਗਾ, ਇਹ ਕੋਰਡਰਾ ਦਾ ਮੇਨ ਫੀਚਰ ਹੁੰਦਾ। ਇਹਦੇ ਟੂਲ ਲਿਖੇ ਹੋਏ ਕਿਹੜੇ ਕਿਹੜੇ ਟੂਲ ਹੁੰਦੇ ਆ ਯਾਦ ਕਰ ਲਈਓ। ਉਸ ਤੋਂ ਬਾਅਦ ਫੋਟੋਸ਼ੋਪ ਜਿਹੜਾ ਹੈਗਾ ਫੋਟੋ ਐਡੀਟਰ ਸੋਫਟਵੇਅਰ ਹੈਗਾ, ਜੇ ਆਪਾਂ ਮੋਬਾਈਲ 'ਤੇ ਪਿਕਰ ਚਲਾਉਂਦੇ ਆ, ਕੰਪਿਊਟਰ ਦੇ ਵਿੱਚ ਜਿਹੜਾ ਹੈਗਾ ਫੋਟੋਸ਼ੋਪ ਚੱਲਦਾ, ਉਹ ਫੋਟੋਸ਼ੋਪ ਇਹ ਕਦੋਂ ਬਣਿਆ, ਕਿਹੜੀ ਕੰਪਨੀ ਨੇ ਬਣਾਇਆ, ਇਸ ਤਰ੍ਹਾਂ ਯਾਦ ਕਰ ਲਿਓ। ਉਸ ਤੋਂ ਬਾਅਦ ਜਿਹੜਾ ਹੈਗਾ ਫੋਟੋਸ਼ੋਪ ਦੀ ਜਿਹੜੀ ਐਕਸਟੈਂਸ਼ਨ ਹੈ ਉਹ ਹੈ PSD .PSD, ਅਤੇ ਜਿਹੜਾ ਕੋਰਲਡਰਾ ਦਾ ਐਕਸਟੈਂਸ਼ਨ ਹੈਗਾ ਉਹ ਹੈਗਾ CDR ਕੋਰਲਡਰਾ। ਅਤੇ ਫੋਟੋ ਐਡੀਟਿੰਗ ਸੋਫਟਵੇਅਰ ਹੈਗਾ ਫੋਟੋਸ਼ੋਪ, ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਫੋਟੋ ਨੂੰ ਐਡਿਟ ਕਰ ਸਕਦੇ ਹਾਂ। ਫੋਟੋਸ਼ੋਪ ਦੇ ਵਿੱਚ ਫੋਟੋ ਐਡਿਟ ਹੁੰਦੀ ਹੈ, ਫੋਟੋ ਹਮੇਸ਼ਾ ਪਿਕਸਲ ਦੇ ਨਾਲ ਬਣੀ ਹੁੰਦੀ ਹੈ। ਹੁਣ ਪਿਕਸਲ ਕਿਹਨੂੰ ਕਹਿੰਦੇ? ਵੈਸੇ ਕਿ ਕੁਐਸਚਨ ਸੀਗਾ ਲਾਸਟ ਵਾਲਾ, ਪਿਕਸਲ ਕਿਹਨੂੰ ਕਹਿੰਦੇ? ਫੋਟੋ ਦੇ ਧਿਆਨ ਨਾਲ ਦੇਖੋ, ਇਹ ਲੋ ਪਿਕਸਲ ਨੇ, ਇਹ ਹਾਈ ਪਿਕਸਲ ਹੈ, ਪਿਕਸਲ ਪਤਾ ਲੱਗ ਗਿਆ। ਫੋਟੋਸ਼ੋਪ ਦੇ ਵਿੱਚ ਜਿਹੜੇ ਫੋਟੋ ਦੇ ਕੰਮ ਕਰਦੇ ਆ ਉਹ ਪਿਕਸਲ ਬੇਸ ਹੁੰਦੀ ਹੈ ਫੋਟੋ, ਮਤਲਬ ਜਿਹੜੀ ਫੋਟੋ ਆਪਾਂ ਮੰਨ ਲਓ 1,00,000 ਰੁਪਏ ਦਾ ਮੋਬਾਈਲ ਲਿੱਤਾ ਆਪਾਂ, ਉਹਦੀ ਫੋਟੋ ਖਿੱਚਦੇ ਹਾਂ, ਅਤੇ ਇੱਕ ਆਪਾਂ 10,000 ਦਾ ਮੋਬਾਈਲ ਲਿੱਤਾ ਉਹਦੀ ਫੋਟੋ ਲੈਂਦੇ ਹਾਂ। ਦੋਨੋਂ ਫੋਟੋ ਦੇ ਵਿੱਚ ਮੇਨ ਜਿਹੜਾ ਆਪਾਂ ਕੁਆਲਿਟੀ ਦਾ ਫਰਕ ਹੁੰਦਾ, ਕੁਆਲਿਟੀ ਦਾ ਜਿਹੜਾ ਫਰਕ ਪੈਂਦਾ ਉਹ ਪੈਂਦਾ ਪਿਕਸਲ ਦੇ ਨਾਲ, ਜਿਹਦੇ ਵਿੱਚ ਜ਼ਿਆਦਾ ਪਿਕਸਲ ਹੋਵੇ ਉਹ ਫੋਟੋ ਇੰਨੀ ਜ਼ਿਆਦਾ ਹੈਵੀ ਹੋਵੇ, ਉਹਦਾ ਸਾਈਜ਼ ਵੱਡਾ ਹੋਣਾ, ਅਤੇ ਉਹਨੂੰ ਜ਼ੂਮ ਕਰਨ ਤੋਂ ਬਾਅਦ ਆਪਾਂ ਬਹੁਤ ਜ਼ਿਆਦਾ ਜ਼ੂਮ ਕਰਾਂਗੇ ਤਾਂ ਜ਼ਿਆਦਾ ਫਟੂਗੀ, ਪਰ ਇੱਕ ਨਾ ਇੱਕ ਟਾਈਮ 'ਤੇ ਜਾ ਕੇ ਉਹਨੇ ਪਿਕਸਲ ਨੇ ਫਟਣਾ ਹੀ ਫਟਣਾ, ਜਿੰਨਾ ਮਰਜ਼ੀ ਵੱਡੇ ਤੋਂ ਵੱਡਾ ਕੈਮਰਾ ਲਓ, ਕਿਉਂਕਿ ਫੋਟੋ ਜਿਹੜੀ ਸਾਡੀ ਬਣੀ ਹੁੰਦੀ ਹੈ ਵਿਦ ਦੀ ਹੈਲਪ ਉਹ ਪਿਕਸਲ ਤੋਂ ਬਣੀ ਹੁੰਦੀ ਹੈ। ਪਿਕਸਲ ਹੁੰਦੇ ਆ ਰੈਕਟੈਂਗਲ ਫੋਰਮ ਦੇ ਵਿੱਚ ਹੁੰਦੇ, ਪਿਕਸਲ ਸਰਕਲ ਨਹੀਂ ਹੁੰਦੇ, ਪਿਕਸਲ ਚੌਰਸ ਹੁੰਦੇ ਆ, ਇਹ ਹਮੇਸ਼ਾ ਯਾਦ ਰੱਖਿਓ। ਤਾਂ ਫੋਟੋਸ਼ੋਪ ਇਸੇ ਬੇਸ 'ਤੇ ਕੰਮ ਕਰਦਾ। ਅੱਗੇ ਅਕਾਊਂਟਿੰਗ ਵਾਲੀ, ਅਕਾਊਂਟ ਦੀ ਜਿਹੜੀ ਲੈਂਗੁਏਜ ਕੀ ਹੈ ਉਹ ਅਕਾਊਂਟ ਦੇ ਆ, ਅਤੇ ਅਕਾਊਂਟ ਦੇ ਵਿੱਚ ਕਿਸੇ ਅਕਾਊਂਟ ਯੂਜ ਹੁੰਦਾ, ਅਕਾਊਂਟ ਹਰ ਪਾਸੇ ਯੂਜ ਹੁੰਦਾ, ਠੀਕ ਨਹੀਂ ਹੈ। ਅਕਾਊਂਟ 'ਚ ਕਿਹੜੀ ਕਿਹੜੀ ਚੀਜ਼ਾਂ ਇਸਤੇਮਾਲ ਹੁੰਦੀ ਉਹ ਤਾਂ ਤੁਹਾਨੂੰ ਦੱਸੀ ਗਈ ਹੈ। ਅੱਗੇ ਜਿਹੜਾ ਸੋਫਟਵੇਅਰ ਹੈਗਾ ਅਕਾਊਂਟ ਦਾ ਉਹ ਹੈਗਾ ਟੈਲੀ ERP ਜਾਂ ਟੈਲੀ ਪ੍ਰਾਈਮ, ਠੀਕ ਹੈ ਨਹੀਂ। ਇਹ ਸੋਫਟਵੇਅਰ ਕਿੰਨੇ ਬਣਾਇਆ ਇਹ ਸਾਰਾ ਕੁਝ ਕਿਹੜੇ ਸਾਂਚੇ ਬਣਾਇਆ ਇਹ ਯਾਦ ਕਰ ਲਿਓ। ਅੱਗੇ ਵਾਟ ਇਜ਼ ਇਨਫੋਰਮੇਸ਼ਨ ਟੈਕਨੋਲੋਜੀ, ਦੈਟ ਇਜ਼ IT ਆਪਾਂ ਕਰਦੇ ਹਾਂ, ਆਪਾਂ ਜੋ ਕੰਪਿਊਟਰ ਸਿੱਖਦੇ ਪਏ ਹਾਂ ਆਪਾਂ ਕਿਹੜੇ ਫੀਲਡ 'ਚ ਆ ਰਹੇ ਹਾਂ, ਆਪਾਂ IT ਫੀਲਡ ਦੇ ਵਿੱਚ ਆ ਰਹੇ ਹਾਂ। ਅਤੇ IT ਫੀਲਡ ਦੇ ਵਿੱਚ ਕੀ ਹੈਗਾ, ਆਪਾਂ BSc IT ਕਰਦੇ ਹਾਂ, BCA ਕਰਦੇ ਹਾਂ, ਜਿਹੜੀ ਟੈਕਨੋਲੋਜੀ ਹੈ ਕੰਪਿਊਟਰ ਨੂੰ ਯੂਜ਼ ਕਰਦੀ, ਜਿਹੜੀ ਸਟੱਡੀ ਜਿਹੜੀ ਹੈਗੀ ਹੈ ਕੰਪਿਊਟਰ ਬੇਸ ਹੁੰਦੀ ਹੈ ਉਹ IT ਦੇ ਵਿੱਚ ਹੁੰਦੀ ਹੈ। ਅੱਗੇ ਆ ਗਿਆ ਵਾਟ ਇਜ਼ ਸਕੈਨਿੰਗ, ਸਕੈਨਿੰਗ ਕਿਹਨੂੰ ਕਹਿੰਦੇ ਆ? ਤੁਹਾਨੂੰ ਪਤਾ ਹੀ ਹੈ ਜਿਹੜੀ ਚੀਜ਼ ਆਪਾਂ ਸਕੈਨ ਕਰ ਸਕਦੇ ਹਾਂ ਉਹਨੂੰ ਸਕੈਨਰ ਕਹਿੰਦੇ ਹਾਂ। ਅਤੇ ਸਕੈਨਿੰਗ ਆਪਾਂ ਜੋ ਕੰਪਿਊਟਰ 'ਤੇ ਆਪਣਾ ਸਕੈਨਿੰਗ ਮਸ਼ੀਨ 'ਤੇ ਆਪਾਂ ਕੋਈ ਚੀਜ਼ ਰੱਖਦੇ ਹਾਂ ਫਿਰ ਉਹ ਸਕੈਨ ਹੋ ਜਾਂਦੀ ਹੈ, ਤਾਂ ਉਹ ਸਕੈਨਿੰਗ ਹੁੰਦੀ ਹੈ। ਅੱਗੇ ਵਾਟ ਇਜ਼ ਪਿਕਸਲ, ਪਿਕਸਲ ਤੁਹਾਡੇ ਸਾਹਮਣੇ ਦਿੱਤੇ ਹੋਏ ਐਗਜ਼ਾਮਪਲ ਹੋਏ ਪਿਕਸਲ ਅਤੇ ਹਾਈ ਪਿਕਸਲ। ਅੱਗੇ ਜਨਰਲ